ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਸਿੰਭੂ ਬਾਰਡਰ ਦਾ ਜਿੱਥੇ ਆਪਾਂ ਕਹੀਏ ਨਿਹੰਗ ਸਿੰਘਾਂ ਨੇ ਆਪਦੇ ਘੋੜੇ ਬੰਨੇ ਹੋਏ ਆ, ਉਸ ਥਾਂ ਤੋਂ ਲਾਈਵ ਹਾਂ। ਮੈਂ ਕਹਿਣਾ ਵੀ ਇੱਥੇ ਵੀ ਕਲਚਰ ਨਾਲ ਜੋੜਿਆ ਜਾ ਰਿਹਾ, ਕਿਉਂਕਿ ਬੱਚੇ ਆਉਂਦੇ ਆ, ਜਿਹੜੇ ਸ਼ਹਿਰ ਦੇ ਲੋਕ ਆਉਂਦੇ ਆ, ਜਿਹੜਾ ਹੈਗਾ ਘੋੜਿਆਂ ਨਾਲ ਫੋਟੋਆਂ ਕਰਾਉਂਦੇ ਆ, ਜਿਹੜਾ ਨਿਹੰਗ ਸਿੰਘਾਂ ਦਾ ਕਲਚਰ ਆ ਉਹ ਜ਼ਿਆਦਾ ਜਾਣਦੇ ਆ। ਠੀਕ ਹੈ, ਮੈਂ ਇੱਥੋਂ ਜਿਹੜਾ ਹੈਗਾ ਮੈਂ ਲਾਈਵ ਤਾਂ ਉਦੋਂ ਪਿੱਛੇ ਹੋਇਆ ਸੀਗਾ, ਸ਼ਾਇਦ ਉਹ ਵੀਡੀਓ ਚੜ੍ਹ ਗਈ ਹੋਵੇ, ਮੈਂ ਆਸ ਕਰਦਾ, ਪਰ ਕਿਉਂਕਿ ਉਦੋਂ ਲਾਈਵ ਨਹੀਂ ਚੱਲਿਆ ਅਤੇ ਪਤਾ ਨਹੀਂ ਕੀ ਉਹਦੇ 'ਚ ਦਿੱਕਤ ਸੀਗੀ। ਠੀਕ ਹੈ, ਅਤੇ ਇਦੋਂ ਪਿੱਛੇ ਜਿਹੜੇ ਹੈਗੇ ਆ ਕੈਂਟਰ ਲਾਏ ਹੋਏ ਆ, ਤੁਸੀਂ ਦੇਖ ਹੀ ਰਹੇ ਹੋ ਮਿੱਟੀ ਨਾਲ ਭਰ ਭਰ ਕੇ, ਅਤੇ ਜਿਹੜੀ ਮੈਂ ਪਿਛਲੀ ਲਾਈਵ ਆ ਸ਼ਾਇਦ ਚੜ੍ਹੀ ਹੋਵੇ, ਨਾ ਚੜ੍ਹੀ ਤਾਂ ਮੈਂ ਦੁਬਾਰਾ ਕਰਨ ਦੀ ਕੋਸ਼ਿਸ਼ ਕਰੂੰਗਾ। ਤੁਹਾਨੂੰ ਮੈਂ ਉਹ ਵੀ ਚੀਜ਼ਾਂ ਦਿਖਾਵਾਂਗਾ ਜਿੱਥੇ ਕਿ ਪੁਲਿਸ ਨੇ ਅੱਗੇ ਜਾ ਕੇ ਸੜਕ ਪੱਟੀ ਹੋਈ ਹੈ, ਸੜਕ ਲਗਭਗ ਆਪਾਂ ਕਹੀਏ ਅੱਧਾ ਕਿਲੋਮੀਟਰ ਵਾਂਗੂ ਪੱਟੀ ਹੋਈ ਹੈ, ਤਾਂ ਕਿਉਂਕਿ ਉਹ ਅੱਗੇ ਨਾ ਕਿਤੇ ਚੱਲ ਜਾਣ ਉਹ ਟਾਈਮਾਂ ਦੇ ਵਿੱਚ। ਪਰ ਇੱਥੇ ਇੱਕ ਦੇਖੋ ਬੜਾ ਵਧੀਆ ਕਿ ਨਿਹੰਗ ਸਿੰਘਾਂ ਦਾ ਕਲਚਰ ਵੀ ਇੱਕ ਤਰ੍ਹਾਂ ਦਾ ਦੁਨੀਆਂ ਦੇ ਵਿੱਚ ਪ੍ਰਮੋਟ ਹੋ ਰਿਹਾ। ਆਹ ਦੇਖੋ ਮੁੰਡੇ ਫੋਟੋਆਂ ਕਰ ਰਿਹਾ, ਹੈ ਨਾ, ਅਤੇ ਇੱਥੇ ਮੈਂ ਹੁਣ ਦੇਖ ਰਿਹਾ ਸੀ ਬੀਬੀਆਂ ਜਿਹੜੇ ਹੈਗੇ ਖਾਸ ਕਰਕੇ ਸ਼ਹਿਰੀ ਬੱਚੇ ਆ ਉਹ ਘੋੜਿਆਂ ਨਾਲ ਫੋਟੋਆਂ ਕਰਾ ਰਿਹਾ, ਸੋ ਇੱਕ ਕਿਸਾਨੀ ਨਾਲ ਇੱਕ ਪਿਆਰ ਪੈ ਰਿਹਾ। ਸੋ ਇਹ ਜਿਹੜੀਆਂ ਤਸਵੀਰਾਂ ਵੀ ਇੱਕ ਤਰ੍ਹਾਂ ਦੀਆਂ ਲਾਸਾਨੀ ਹੈ, ਇਹ ਵੀ ਸਾਡਾ ਕਲਚਰ ਸਾਨੂੰ ਵਾਪਸ ਜਿਹੜਾ ਹੈਗਾ ਮਿਲ ਰਿਹਾ। ਠੀਕ ਹੈ, ਅਤੇ ਬਾਕੀ ਇੱਕ ਜਿਹੜਾ ਹੈਗਾ ਇੱਥੇ ਆ ਕੇ ਮੇਰਾ ਕਰਨ ਦਾ ਇੱਕ ਮਕਸਦ ਇਹ ਵੀ ਹੈ, ਕਿਉਂਕਿ ਇਹ ਵੀ ਪ੍ਰਮੋਟ ਕੀਤਾ ਜਾਂਦਾ ਬਾਅਦ ਦੇ ਵਿੱਚ ਵੀ ਨਿਹੰਗ ਸਿੰਘ ਆ ਕੇ ਪਤਾ ਨਹੀਂ ਉਹਨਾਂ ਨੇ ਗਾਂਹੀ ਟੱਪ ਜਾਣਾ ਹੈ, ਪਤਾ ਨਹੀਂ ਉਹਨਾਂ ਨੇ ਕੀ ਕਰ ਦੇਣਾ, ਇਹ ਕਰ ਦੇਣਾ। ਮੈਂ ਅੱਜ ਨਿਹੰਗ ਸਿੰਘਾਂ ਬਾਰੇ ਖਾਸ ਤੌਰ 'ਤੇ ਤੁਹਾਡੇ ਨਾਲ ਲਾਈਵ ਹੋਣਾ, ਇਸ ਤੋਂ ਬਾਅਦ ਮੈਂ ਚੱਲਦਾ ਚੱਲਦਾ ਪ੍ਰੈਸ ਕਾਨਫਰੰਸ ਲਗਭਗ ਸ਼ੁਰੂ ਹੋਣ ਵਾਲੀ ਹੈ ਕਿਸਾਨਾਂ ਦੀ, ਮੈਂ ਉੱਥੇ ਪਹੁੰਚੂੰਗਾ। ਪਰ ਮੈਂ ਲਾਈਵ ਵੀਰੇ ਮੈਂ ਤੁਹਾਨੂੰ ਦੱਸਦਾ ਘੱਟੋ ਘੱਟ ਅੱਧਾ ਘੰਟਾ ਪੌਣਾ ਘੰਟਾ ਚੱਲੂਗਾ, ਜਾਇਓ ਨਾ ਕਿਤੇ ਵੀ ਸਿਗਨਲ ਜਿਹੜਾ ਥੋੜ੍ਹਾ ਇੰਟਰਪਟ ਹੋ ਜਾਂਦਾ। ਸੋ ਤੁਹਾਨੂੰ ਮੈਂ ਇਹੀ ਕਹਿਣਾ ਵੀ ਗੁਰਪ੍ਰੀਤ ਕੋਟਲੀ ਨਾਲ ਜੁੜੇ ਰਹੋ, ਅਤੇ ਅਜੇ ਤਾਂ ਵਾਲ ਵੂਲ ਹੀ ਨਹੀਂ ਵਾਹੇ ਗਏ, ਚੱਲ ਕੋਈ ਗੱਲ ਨਹੀਂ ਆਪਾਂ ਕਿੱਥੇ ਕੁਛ, ਠੀਕ ਹੈ, ਬਣੂ ਕੁਝ ਕਿ ਨਹੀਂ, ਬਿਲਕੁਲ ਬਣ ਗਿਆ ਯਾਰ। ਇਹਦੇ 'ਚ ਕੀ ਆ, ਤੁਸੀਂ ਐਵੇਂ ਬੋਬੀ ਸੰਧੂ ਢਿੱਲੀਆਂ ਗੱਲਾਂ ਕਾਹਦੇ ਵਾਸਤੇ ਕਰਦੇ ਕਰਦੇ ਹੋ? ਠੀਕ ਹੈ, ਇੱਧਰੋਂ ਜਿਹੜੇ ਖਾਲਸੇ ਬਿਲਕੁਲ ਸ਼ਾਂਤੀ ਨਾਲ ਬੈਠੇ ਆ, ਠੀਕ ਹੈ, ਇੱਦੋਂ ਬਿਨਾਂ ਮੈਂ ਸੁਣਦਾ ਜਿਹੜਾ ਹੈਗਾ ਧਰਮ ਜਿਹੜਾ ਹੈਗਾ ਆਪਾਂ ਕਹੀਏ ਜਿਹੜਾ ਜੋ ਸਾਡੇ ਧਰਮ ਦੇ ਵਿੱਚ ਆਪਾਂ ਕਹੀਏ ਹੈਗਾ ਗੱਤਕਾ ਵਗੈਰਾ ਖੇਡ ਰਹੇ ਹੈ, ਇੱਧਰਲੇ ਪਾਸਾ ਟੈਂਟ ਦੇ ਪਿੱਛੇ ਲਗਾਤਾਰ ਗੁਰਬਾਣੀ ਚੱਲ ਰਹੀ ਹੈ, ਗੁਰਬਾਣੀ ਦਾ ਪ੍ਰਵਾਹ ਹੋ ਰਿਹਾ ਹੈ, ਭਾਈ ਘਣਈਆ ਸੁਸਾਇਟੀ ਠੀਕ ਹੈ ਇੱਥੇ ਖਾਲਸੇ ਜੀ ਬੈਠੇ ਹੋਏ ਆ। ਇਹ ਗੱਲਾਂ ਇਹ ਤਸਵੀਰਾਂ ਥੋੜ੍ਹੀਆਂ ਜਿਹੀਆਂ ਸਾਂਝੀਆਂ ਕਰੋ ਦੁਨੀਆਂ ਨੂੰ, ਇਹ ਕਿਸ ਤਰ੍ਹਾਂ ਜਿਹੜਾ ਹੈਗਾ ਆਪਾਂ ਇਹ ਤੁਸੀਂ ਆਪਦੇ ਬੱਚਿਆਂ ਨੂੰ ਵੀ, ਕਿਉਂਕਿ ਇਹ ਜਿਹੜਾ ਹੈਗਾ ਅੱਗੇ ਜਾ ਕੇ ਇਹ ਵੀਡੀਓ ਬਾਅਦ 'ਚ ਲੱਖਾਂ ਲੋਕਾਂ ਨੇ ਦੇਖਣੀ ਹੁੰਦੀ ਹੈ, ਅਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਇਹ ਪੰਜਾਬੀ ਕਲਚਰ, ਖਾਸ ਕਰਕੇ ਬਾਹਰਲੇ ਜਾਂ ਜਿਹੜੇ ਇੱਧਰ ਵੀ ਹੁਣ ਤਾਂ ਪੰਜਾਬ ਵਾਲੇ ਵੀ ਫੋਰਨ ਹੋਏ ਬੈਠੇ ਸੀਗੇ, ਹੈ ਨਾ, ਸੋ ਉਹਨਾਂ ਨੂੰ ਇਹ ਚੀਜ਼ਾਂ ਦਿਖਾਈਆਂ ਜਾਣ ਵੀ ਕਿਸ ਤਰ੍ਹਾਂ ਸਾਡਾ ਜਿਹੜਾ ਨਿਹੰਗ ਸਿੰਘਾਂ ਦਾ ਜਿਹੜਾ ਕਲਚਰ ਹੈ, ਠੀਕ ਹੈ, ਉਹ ਜਿਹੜਾ ਹੈਗਾ ਦਿਖਾਇਆ ਜਾਵੇ ਨੌਰਵੇ ਤੋਂ ਜੁੱਤੀਆਂ ਮੋਦੀ ਲਈ, ਠੀਕ ਹੈ ਵੀਰੇ। ਸੋ ਆਹ ਵੀ ਨੌਰਵੇ ਵਾਲੇ ਆਪਦੇ ਬੱਚਿਆਂ ਨੂੰ ਦਿਖਾਓ, ਠੀਕ ਹੈ, ਇਹਦੋਂ ਕਿਸ ਤਰ੍ਹਾਂ ਜਿਹੜੇ ਹੈਗਾ ਗੁਰੂ ਦੇ ਸਿੰਘ ਜਿਹੜੇ ਆ ਗਿਆ ਆ ਸ਼ਾਂਤੀ ਨਾਲ ਬੈਠੇ ਹੋਏ ਆ, ਅਤੇ ਆਪਾਂ ਕਹੀਏ ਇਹਨਾਂ ਬਾਰੇ ਪ੍ਰਚਾਰ ਬੜਾ ਗਲਤ ਕੀਤਾ ਜਾਂਦਾ ਕਿ ਜੀ ਇਹ ਤਾਂ ਸਿੱਧੇ ਹੁੰਦੇ ਆ, ਇਹ ਤਾਂ ਟੱਪ ਜਾਂਦੇ ਆ ਜੀ, ਇਹ ਤਾਂ ਬੰਦਾ ਮਾਰਨ ਤੋਂ ਬਾਅਦ ਬੰਦੇ ਦਾ ਪੁੱਛਦੇ ਵੀ ਇਹਦਾ ਕਸੂਰ ਕੀ ਸੀਗਾ, ਉਹ ਗੱਲਾਂ ਨਹੀਂ ਆ ਯਾਰ। ਜਿਸ ਤਰ੍ਹਾਂ ਕਿਸਾਨਾਂ ਨੂੰ ਜਿਹੜਾ ਹੈਗਾ ਮੋਦੀ ਨੇ ਸਮਝਿਆ ਸੀਗਾ ਨਾ ਵੀ ਅਨਪੜ੍ਹ ਹੁੰਦੇ ਆ, ਇਹਨਾਂ ਨੇ ਕਿਹੜਾ ਗੱਲ ਨਹੀਂ ਸੁਣਨੀ, ਇਹਨਾਂ ਨੇ ਫਲਾਣਾ ਨਹੀਂ ਕਰਨਾ, ਉਹ ਗੱਲਾਂ ਨਹੀਂ ਆ। ਇੱਧਰੋਂ ਦੇਖੋ ਨਿਹੰਗ ਸਿੰਘਾਂ ਦੇ ਘੋੜੇ ਦੇਖੋ, ਆਹ ਦੇਖੋ ਇਹ ਜਿਹੜਾ ਹੈਗਾ ਘੋੜੇ ਬੰਨੇ ਹੋਏ ਆ ਨਾ, ਠੀਕ ਹੈ, ਕਿਉਂਕਿ ਘੋੜਿਆਂ 'ਤੇ ਜਿਹੜੀਆਂ ਗੁਰੂ ਦੀਆਂ ਲਾੜਲੀਆਂ ਫੌਜਾਂ ਸਵਾਰੀ ਕਰਦੀਆਂ ਵੀਰੇ। ਸੋ ਤਾਂ ਕਰਕੇ ਮੈਂ ਇਹ ਤਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਕਈਆਂ ਨੂੰ ਇਹ ਭਰਮ ਪਾਇਆ ਜਾਣਾ ਬਾਅਦ ਦੇ ਵਿੱਚ, ਕਈ ਵਾਰੀ ਹੁੰਦਾ ਵੀ ਆ ਵੀ ਨਿਹੰਗ ਸਿੰਘ ਆ ਗਏ ਜੀ ਉਹ ਤਾਂ ਸਿੱਧੇ ਟੱਪਣ ਨੂੰ ਫਿਰਦੇ ਆ, ਬਿਲਕੁਲ ਜਿਹੜਾ ਹੈਗਾ ਆਪਾਂ ਕਹੀਏ ਸਿਰਫ ਅਤੇ ਸਿਰਫ ਜਿਹੜਾ ਹੈਗਾ ਗੁਰੂ ਦੀਆਂ ਲਾੜਲੀਆਂ ਫੌਜਾਂ ਜਿਹੜੀਆਂ ਹੈਗੀਆਂ ਕਿਸਾਨੀ ਮੋਰਚੇ ਦਾ ਸਮਰਥਨ ਕਰਦੀਆਂ, ਆਹ ਦੇਖੋ ਨਾਲ ਦੀ ਨਾਲ ਗੁਰਬਾਣੀ ਕਰ ਰਹੀਆਂ, ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਜਿਹੜਾ ਹੈਗਾ ਵਾਹਿਗੁਰੂ ਦੇ ਅੰਗ ਸੰਗ ਰਹਿ ਕੇ। ਇਹ ਅੱਜ ਤੁਹਾਨੂੰ ਸਪੈਸ਼ਲ ਤੌਰ 'ਤੇ ਨਿਹੰਗ ਸਿੰਘਾਂ ਦੇਖੋ ਲਓ, ਇਹ ਆਏ ਨਹੀਂ ਗਾ ਯਾਰ, ਇਹ ਤਾਂ ਦੁਨੀਆਂ ਜਾਣ ਗਏ ਝੂਠ ਮਾਰਦੇ ਆ ਲੋਕ। ਆਹ ਦੇਖੋ ਸ਼੍ਰੋਮਣੀ ਪੰਥ ਅਕਾਲੀ ਦਲ ਬਾਬਾ ਬੁੱਢਾ ਦਲ, ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵੀਰ, ਦੇਖੋ ਲਗਾਤਾਰ ਜਿਹੜਾ ਨਿਹੰਗ ਸਿੰਘ ਆ ਜਿਹੜੇ ਗੁਰਬਾਣੀ ਜਿਹੜਾ ਹੈਗਾ ਲਗਾਤਾਰ ਕੀਰਤਨ ਕਰ ਰਹੇ ਆ, ਠੀਕ ਆ, ਕੋਈ ਆਏ ਨਹੀਂ ਗਾ ਵੀ, ਠੀਕ ਆ, ਇਹ ਕਿਉਂਕਿ ਇੱਕ ਜਿਹੜਾ ਹੈਗਾ ਜਿਵੇਂ ਪੰਜਾਬੀਆਂ ਨੂੰ ਕਿਹਾ ਗਿਆ ਵੀ ਇਹ ਨਸ਼ੇੜੀ ਹੈ, ਉਹਨਾਂ ਨੂੰ ਬਦਨਾਮ ਕੀਤਾ, ਉਸ ਤਰ੍ਹਾਂ ਸਾਡੀਆਂ ਲਾੜਲੀਆਂ ਫੌਜਾਂ ਨੂੰ ਵੀ ਜਿਹੜਾ ਹੈਗਾ ਇਸ ਤਰ੍ਹਾਂ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਯਾਰ ਇਹ ਤਾਂ ਆਏ ਹੁੰਦੇ ਆ ਤਾਂ ਸਿੱਧੇ ਹੁੰਦੇ ਆ, ਹੈ ਨਾ, ਵੀ ਸਿੱਧਾ ਹੀ ਟੱਪ ਜਾਣਗੇ ਪਤਾ ਨਹੀਂ, ਨੋ ਇਹ ਕੋਈ ਗੱਲ ਨਹੀਂ, ਪੜ੍ਹੇ ਲਿਖੇ ਜਿਹੜਾ ਹੈਗਾ ਬਕਾਇਦਾ ਤੌਰ 'ਤੇ ਆਪਾਂ ਕਹੀਏ ਗੁਰੂ ਮਹਾਰਾਜ ਨੂੰ ਮੰਨਣ ਵਾਲੇ, ਗੁਰੂ ਦੀ ਰਜ਼ਾ 'ਚ ਰਹਿਣ ਵਾਲੇ, ਬਿਲਕੁਲ ਇੱਕ ਅਨੁਸ਼ਾਸਨ ਤਰੀਕੇ ਨਾਲ ਜਿਹੜਾ ਹੈਗਾ ਗੁਰੂ ਦੀਆਂ ਲਾੜਲੀਆਂ ਫੌਜਾਂ ਇੱਥੇ ਆਪਦੀ ਜ਼ਿੰਮੇਵਾਰੀ ਸਮਝ ਕੇ ਜਿਹੜਾ ਹੈਗਾ ਇਸ ਜਿਹੜਾ ਆਪਾਂ ਕਹੀਏ ਕੰਮ ਕਰ ਰਹੀਆਂ।
लगातार मैं इत्थे आउणा हुंना तां हमेशा ही एक बड़ा सुकून वाला कीर्तन मिलता है जिस बड़ा लॉजिकली गल्लां हुंदियां जे आपां आ शब्द भी सुणदी करके तस्वीर तू मैं शेयर कीतिया इतने क्योंकि नहिंग सिंह बारे बड़िया अफवाह फलांगा जा रही सिंह ठीक है किसान मजदूर एकता जिंदाबाद पहला सब तो पहला किसानों की गल की जो जेकर साढ़े गुरु के लाड़द पुजने कहते अरबा खरबा तरना दल श्रो मिसल श्रोमणी शहीद बाबा संगत सिंह जी दल के मौजूदा मुखी जथेदार बाबा चढ़त सिंह बाकी सारा उन्होंने डिटेल के लिखा हुआ सो जो गुरु दाड़ियाँ फौजा शांति ना बैठिया होगा कोई एडा नहीं गा तो इन्हां बारे भी जिहड़ा हैगा गलत प्रचार आ उहदा भी तुसीं इह वीडियो दिखा के कोड कर सकते हो ठीक है इत्थे लगातार जिहड़े हैगे आ धन धन भाई रूप चंद जी दल पंथ सो नाल ही जिहड़ा हैगा आपां कहिंदे नाल कम्यूनिस्टां दा जिहड़ा हैगा आपां कहिंदे जिहड़ा हैगा मैडिकल कैंप लगा होया है ना भाई अज यूपी एंड केएमपी हाईवे टोटल बंद करता वाहेगुरू जी सो लगातार तुहानूं मैं माड़ी जिहा गल कर लां जिहड़ा हैगा मीडिया लगातार कवर करता है ठीक है सो जिहड़ा हैगा जिहड़ा हरियाणे दे भरावां ने ते राजस्थान दे भरावां ने जां बाहर लैणे बड़ा बहुजन टीवी जिहड़ा कवर करता होया ठीक है सो लगातार इत्थे देखो किसानां दे हक च भुख हड़ताल एक तां भुख हड़ताल दे अंदर बैठे हुए है ते इधरों साढ़े जिहड़े हरियाणा हरियाणा वाले ताऊ उन्होंने नौजवान भरा जिहड़े हैगा एक इत्थे भी भुख हड़ताल च बैठे हुए है ठीक है सो जिहड़ा हैगा हर चीज़ नूं बड़ा यूटीलाइज तरीके नाल कीता जा रहा क्योंकि शहीदी दिहाड़े चल रहे आ तां लगातार देखो हर थां दे उत्ते कीर्तन चल रहा बई आ जिहड़ा हैगा सफरे शहादत दा दूजा पड़ा अठ को गुरद्वारा अटक साहिब सहेड़ी सो हर थां ते स्क्रीनां ला के इत्थों तक कि ये जिहड़ी स्टेज आ इहनूं भी हुण स्क्रीनिंग कीता जाणा जिथे मैं सवेरे बोलिया सीगा ठीक है तो मैं कहना भी मैं बड़े भागा वाला समझदा जिन्ना क्योंकि जो पहली मंगते ही जाके सब तो पहला बुलारे तौर पर मैंने बुलाया तो मैं माण महसूस करदा भी यार मैं भी कोई माड़ी मोटी चीज़ हैगा है ना दुनिया के उत्ते तो उन्होंने सवेरे वाली मेरी जी स्टेज पर बोलिया वो मैं वीडियो पाई भी है और जरूर देखो जिस मोदी मैं जोड़ा है दस्या हुआ क्योंकि मोदी के एडवरटाइजमेंट से एक मिनट का खर्चा भी 2 लाख रुपया तो साल के किन्ने होंगे है एक जिहड़ा अरब रुपया जिहड़ा खर्चा हुंदा इधरों राजवीर जवंदा मैनूं लगदा राजवीर जवंदा जिहड़ा हैगा मेन स्टेज ते गा रहा हुण चलो तुहानूं भी सुना दिंदे आ थोड़ा जिहा उस तों बाद आपां गांह जांदे आ आवाज़ नहीं पूरी एनर्जी एनर्जी थोड़ी इसे तरह होनी चाहिए वाहेगुरु जी का खालसा वाहेगुरु जी की फतेह बहुत धन्यवाद राजवीर जवंदा जी का लोग ये देख सकते हो
ਗਾਇਕ ਬਹੁਤ ਜਿਹੜੀ ਹੈਗੀ ਉਸਾਰੂ ਭੂਮਿਕਾ ਨਿਭਾ ਰਹੇ ਇੱਥੇ ਲੰਗਰ ਵਾਸਤੇ ਦਿੱਕਤ ਆਉਣੀ ਹੈ ਬੜਾ ਉਹਨੇ ਦੇਖੀ ਜਾਓ ਤੇ ਮੈਂ ਬੋਲਿਆ ਘੱਟ ਜਾਣਾ ਸੋਨੀਆ ਮਾਨ ਸਪੁੱਤਰੀ ਬਲਦੇਵ ਸਿੰਘ ਮਾਨ ਕਿਰਤੀ ਕਿਸਾਨ ਯੂਨੀਅਨ ਉਹਨਾਂ ਦੀ ਬੇਟੀ ਆ ਕਿਸਾਨ ਆਗੂ ਆ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਮਾਈਕ ਤੇ ਆਓ मैं पिछे जेड़ा क्या बात है हल मेहनत दी फसल नू लगने किसान कामे एक हो गए सो किसान ते कामिया दा बहुत वधिया जिहड़ा कहिंदे कॉम्बीनेशन दिखाया गया सो इत्थे सारा कुछ इस तरह चल रहा ते जे मैं इधरों गल करां स्टेज दे उत्ते ए मेन स्टेज है ठीक है जिथे हुण आपां कहिंदे जिहड़ी फिल्मी अदाकारा शायद पता नहीं गाउण वाली बड़ी बेचारी है सोनिया मान ये बोल रही है सो इत्थे जिहड़ा हैगा तुसीं देखिया होणा इत्थे सवेरे आपां भी मोदी का बड़ा ठाया सीगा जिन्ना वे पा सका थौला मैं जिन्ना का बनता से मैं तो पाया गया तो मैं पाया सो हूँ इतने थौला पाने वास्ते अड्ड अड्ड बंदे लाए हुए हैं सो तुसे इतने पास थौला पाई जाया करो कड़ी जाओ वट यार इधर देखो लगातार जिहड़ा हैगा हुण इत्थे कवरेज जिहड़ा हुंदी है मेरी गल लोकां नाल मैं थोड़ी तां अजकल घट कर रहा क्योंकि ना इतने लगातार मैक लगे हुए हैं सो इतने देखो जिहड़ियां हैगियां किसान नहीं रोटी नहीं भविख नहीं रोटी गूगल हाँ भाई ने सिरे ही लिखा वा कहना रोटी गूगल तो डाउनलोड नहीं होंगी बई ठीक है सो ता करके जोड़ा हैगा आइस बोर्ड बारमर किसान जहर खाने तू कोई फर्क नहीं पैना किसान पिंजा खावे तो ब्रेकिंग न्यूज बन जाए पीज़ा खावे अच्छा जहर खावे तो कहना सू पुछते नहीं तो जे पीज़ा खाता तो ब्रेकिंग न्यूज सो किसान जोड़ा हैगा नंगे पैर ते कच लग जाए सप्प डंगे तो कोई खबर नहीं पर किसान ने पैरों की मसाज कर ली था सो असी किसान छड़ दो छड़ दो कोई चक्कर नहीं अपना आप जिंदाबाद जिंदाबाद इधर देखो किसान एकता जिंदाबाद असी चुप हाँ चुप रहन दे दिलिए जय किसान जय किसान जय किसान सो इत जो है नौजवान है लगातार हैगा किसान एकता जिंदाबाद असं चुप्पा चुप रहन दे दिलिए सुन सरकार कदे खोली इतिहास किन्ने सिर वार सिंह इस दिते देश लई मैं किसान बोलदा मैं अत्तवादी जसियां नूं सो नाल जिहड़ा हैगा गुरु गोबिंद सिंह जां होर ठीक हो सो किरत करो नाम जपो माई भागो इधरों जय जवान चार साहिबजादे जय किसान शहीद आजम भगत सिंह साढ़े जिहड़े हैगे बजुर्ग सो लगातार जिहड़ा हैगा इत्थे चीज़ां तुसीं लाइव देख रहे हो उधरले पासे जिहड़ा हैगा जिहड़ा क्योंकि शाम का टाइम आ लंगर की सेवा भी शुरू हो गई है सो इधरले पासे केवल मातावां लई जिहड़ा हैगा सिर्फ साड़ियां बीबियां वास्ते इह जिहड़ा विश्राम घर बनाया गया तां कि मैं तुहानूं कहिण दिखाउंदा तां रहिंदा भी तुसीं घरां 'च आओ भाई ते इत्थे रहण दी कोई एड्डी दिक्कत नहीं गी नाल उही साढ़े यार किताबां वाले सो लगे हुए है और लोगों को पढ़ाते भी है चंगी गल है सो मैं थोड़ा जिहा तेजी नाल हुण प्रैस कॉन्फ्रेंस करनी जाना ता कि इधरले पासे आ सारियां किताबां बहुत वड्डी मात्रा दे विच लग्गिया हुआ इधरों नागरिक नाँ दा जिहड़ा हैगा आपां कहे आगे बढ़ता किसान अंदोलन लग थ लग पड़ती सरकारें राजधानी का घेराओ खेती किसानों को कारपोरेट पूंजीपति के हवाले करने के विरोध में सो जिहड़ा ये सारियां चीज़ां हुण देखो परचे कढ़े गए आ नौजवानों वल्लों ते एक मैं तुहानूं लिया खबर दे दिया यार भी जिहड़ा कैप्टन अमरिंदर सिंह कहिंदा सीगा हैना एक गल आ माड़ी जी गल सारे ध्यान नाल सुन लो कैप्टन अमरिंदर सिंह कहिंदा सीगा मैं किसानां दे हक जा तां उहने बड़ी चाल चली आ हुण कि जिहड़ा PCS दा एग्जाम है ठीक आ उहदी अगले महीने च डेट रखती आ भी भाई हुण PCS दी क्योंकि तैयारी करदे सी जिहड़े मुंडे क्योंकि सानूं बड़ियां जिहड़ा मेरे वर्गे पढ़े लिखे जां असीं UPSC दी तैयारी करन वाले बंदे आ जां PCS वाले ਉਹ ਹੁਣ ਕਿਉਂਕਿ ਉਹ ਲਗਾਤਾਰ ਕਿਸਾਨਾਂ ਦੇ ਜਿਹੜਾ ਇੱਕ ਮਾਈਂਡ ਬਣੇ ਹੋਏ ਸੀਗੇ
ਉਹਨਾਂ ਨੂੰ ਅੱਡ ਕਰਨ ਵਾਸਤੇ ਜਿਹੜਾ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੀ ਕੀਤਾ, ਇਹ ਚਾਲ ਖੇਡਿਆ ਵੀ ਜਿਹੜਾ ਹੈਗਾ PCS ਦਾ ਪੇਪਰ ਹੀ ਰੱਖਤਾ ਵੀ ਤਾਂ ਕਿ ਜਿਹੜਾ ਕਿਸਾਨਾਂ ਦੇ ਮੁੰਡੇ ਆ ਜਾਂ ਕਿਸਾਨਾਂ ਨਾਲ ਜਿਹੜੀ ਆਪਾਂ ਕਹੀਏ ਵੱਡੇ ਦਿਮਾਗ ਜਾਂ ਜਿਹੜੇ ਬੰਦੇ ਜਿਹੜਾ ਇਹਨਾਂ ਨੂੰ ਚੰਗੀ ਸਲਾਹ ਦੇ ਸਕਦੇ ਆ ਵੀ ਉਹ ਆਪਦੇ ਧਿਆਨ ਆਪਦੇ ਪੇਪਰ 'ਚ ਕਰਨ ਅਤੇ ਜਿਹੜਾ ਹੈਗਾ ਕਿਸਾਨ ਅੰਦੋਲਨ ਤੋਂ ਉਹਨਾਂ ਨੂੰ ਨਿਖੇੜਿਆ ਜਾ ਸਕੇ। ਸੋ ਇਹ ਲੇਟੈਸਟ ਅਪਡੇਟ ਆ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਚਾਲ ਚੱਲੀ ਆ ਤੁਹਾਨੂੰ ਮੈਂ ਦੱਸ ਦਿਆਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਫਾਈਨੈਂਸ਼ੀਅਲ ਸਪੋਰਟ ਆ ਨਾ ਉਹ ਜਿਹੜਾ ਹੈਗਾ ਅਡਾਨੀ ਗਰੁੱਪ ਹੀ ਕਰਦਾ। ਸੋ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟਿਆ, ਚਾਹੇ ਅਕਾਲੀ, ਕਾਂਗਰਸੀ, ਝਾੜੂ ਵਾਲੇ, ਬੀਜੇਪੀ, A to Z, ਕੋਈ ਮੈਂ ਕਹਿੰਦਾ ਵੀ ਇਹਨਾਂ 'ਚੋਂ ਕੋਈ ਘੱਟ ਨਹੀਂ ਗੁਜ਼ਾਰ ਰਿਹਾ। ਸੋ ਇੱਧਰੋਂ ਉਦੋਂ ਇੱਧਰਲੇ ਪਾਸੇ ਚਲਾ ਗਏ, ਠੀਕ ਆ ਅੱਜ ਤਾਂ ਯਾਰ ਮੈਨੂੰ ਲੱਗਦਾ ਵਾਲ ਵੀ ਨਹੀਂ ਵਾਹੇ ਗਏ, ਬੜੇ ਯੱਬ ਨੂੰ ਖੜੇ ਆ, ਕੰਗਾ ਕੁੰਗਾ ਫੜ ਗਿਆ ਕਿਸੇ ਪਾਸੇ, ਹੁਣ ਮੈਂ ਦੇਖਿਆ ਹੀ ਹੋਣਾ। ਸੋ ਆਹ ਲਗਾਤਾਰ ਮੀਡੀਆ ਆ ਰਿਹਾ, ਮੀਡੀਆ ਕਾਫੀ ਅੱਛਾ, ਜਿਹੜੇ ਅੰਦਰ ਆ ਰਿਹਾ ਠੀਕ ਆ, ਜਿਹੜੇ ਪਿੱਛੇ ਜੇ ਖੜੇ ਹੁੰਦੇ ਆ ਉਹ ਵੜਦੇ ਆ, ਉਹਨਾਂ ਨੂੰ ਮੈਂ ਵੀ ਫੜ ਲੈਣਾ ਤੇ ਤੁਹਾਨੂੰ ਦੇਖਦੇ ਆ ਲਗਾਤਾਰ। ਆਪਾਂ ਕਹੀਏ ਵੀ ਹਰ ਇੱਕ ਖੰਬੇ ਤੇ ਨਾ ਖੰਬੇ ਤੇ ਸਪੀਕਰ ਲਾਤੇ ਆ, ਅਸੀਂ ਕੋਠੇ ਤੇ ਸਪੀਕਰ ਲਾਈ ਰੱਖਣਾ, ਅੱਜ ਮੈਂ ਖੰਬੇ ਆ ਜਿੰਨੇ ਵੀ ਤੁਸੀਂ ਦੇਖਦੇ ਹੋ ਸਪੀਕਰ ਲੱਗ ਗਏ ਆ। ਕਈ ਕਹਿੰਦੇ ਹੁਣੇ ਬਾਈ ਗੁਰਪ੍ਰੀਤ ਯਾਰ ਹੁਣ ਤੂੰ ਲੋਕਾਂ ਨਾਲ ਗੱਲ ਨਹੀਂ ਕਰਦਾ, ਇਕੱਲਾ ਆਪ ਬੋਲਦਾ ਰਹਿੰਦਾ, ਉਹਦਾ ਕਾਰਨ ਆ ਵੀਰੇ ਦੂਜੇ ਦੀ ਗੱਲ ਨਹੀਂ ਸੁਣਨੀ। ਮੈਂ ਜਿਹੜਾ ਹੈਗਾ ਮਾਈਕ ਦਾ ਲੈਣ ਦੀ ਕੋਸ਼ਿਸ਼ ਕਰ ਰਿਹਾ, ਜੇ ਬਣ ਜੇ ਗੱਲ ਤਾਂ ਫਿਰ ਜਿਹੜਾ ਹੈਗਾ ਮਾਈਕ ਦੇ ਥਰੂ ਹੀ ਇਹ ਗੱਲ ਹੋ ਸਕਦੀ ਹੈ ਹੁਣ ਇੱਥੇ ਲੋਕਾਂ ਨਾਲ, ਕਿਉਂਕਿ ਲਗਾਤਾਰ ਜਦੋਂ ਇੱਥੋਂ ਆਪਾਂ ਕਹੀਏ ਸਪੀਕਰ ਵੱਜਦੇ ਰਹਿੰਦੇ ਆਵਾਜ਼ ਆਉਂਦੀ ਰਹਿੰਦੀ ਹੈ, ਤਾਂ ਜਿਹੜਾ ਹੈਗਾ ਲੋਕਾਂ ਨਾਲ ਮੈਂ ਕੰਟੈਕਟ ਨਹੀਂ ਕਰ ਸਕਦਾ, ਕਿਉਂਕਿ ਲੋਕਾਂ ਦੀ ਆਵਾਜ਼ ਨਹੀਂ ਆਉਂਦੀ, ਕਿਉਂਕਿ ਜਿੰਨਾ ਕੁ ਫੋਨ ਖਿੱਚ ਸਕਦਾ ਉਹ ਇੱਕ ਪਾਸੋਂ ਸਿੱਧੀ ਖਿੱਚਦੇ ਆ, ਅਤੇ ਹੁਣ ਮੈਂ ਫਰੰਟ ਕੈਮਰੇ 'ਤੇ ਹੁਣ ਆਵਾਜ਼ ਤੁਹਾਨੂੰ ਫੁੱਲ ਆਊਗੀ, ਅਤੇ ਜਦੋਂ ਮੈਂ ਐਂ ਬੈਕ 'ਤੇ ਕਰ ਦਿੰਦਾ ਅਤੇ ਇੱਧਰਲੇ ਪਾਸੇ ਕੋਈ ਬੰਦਾ ਖੜਾਉਣਾ ਉਹ ਆਵਾਜ਼ ਨਹੀਂ ਆਉਂਦੀ, ਤਾਂ ਕਰਕੇ ਇਹ ਮੇਰੀ ਵੱਡੀ ਦਿੱਕਤ ਹੋ ਗਈ ਆ। ਹੁਣ ਇਹਨੂੰ ਮੈਂ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰਦਾ, ਠੀਕ ਹੈ। ਸੋ ਇੱਧਰ ਦੇਖੋ ਯਾਰ, ਆਹ ਸਾਡੇ ਆਹ ਨੌਜਵਾਨਾਂ ਸੜਕਾਂ ਦੀ ਸਫਾਈ ਕਰ ਰਹੇ ਆ, ਠੀਕ ਹੈ, ਜਿਉਂਦਾਰ ਹੈ ਭਰਾਵਾ ਜਿਉਂਦਾਰ ਹੈ, ਠੀਕ ਹੈ। ਬਾਈਕਾਟ ਅਡਾਨੀ ਉੱਤੇ ਇਹ ਵੀ ਲਿਖਿਆ ਮੁੰਡੇ ਨੇ, ਆਹ ਦੇਖੋ ਆ ਜਿਹੜਾ ਹੈਗਾ ਉੱਪਰ ਲਿਖਿਆ ਬਾਈਕਾਟ ਅਡਾਨੀ, ਅਤੇ ਜਿਹੜਾ ਹੈਗਾ ਇੱਧਰਲੇ ਪਾਸਿਓਂ ਤੁਹਾਨੂੰ ਯਾਰ ਇਹੋ ਜਿਹੇ ਚੋਬਰਾਂ ਦੀ ਸਹੁੰ ਜਿਹੜੇ ਹਜੇ ਵੀ ਜਿਹੜਾ ਅੰਬਾਨੀ ਅਡਾਨੀ ਦਾ ਬਾਈਕਾਟ ਨਾ ਕਰਕੇ, ਅਤੇ ਪਰ ਕਈ ਬੰਦੇ ਮੈਨੂੰ ਵੀ ਕਹਿ ਸਕਦੇ ਆ ਬਾਈ ਤੂੰ ਜੀਓ ਦਾ ਸਿਮ ਕਿਉਂ ਨਹੀਂ ਪੋਰਟ ਕਰਾਉਂਦਾ, ਉਹ ਯਾਰ ਮੇਰੀ ਤਾਂ ਹੁਣ ਇੱਥੇ ਇੱਕ ਤਰ੍ਹਾਂ ਦੀ ਮਜਬੂਰੀ ਹੈ, ਕਾਰਨ ਹੈ ਜੇ ਮੈਂ ਜੀਓ ਦਾ ਸਿਮ ਪੋਰਟ ਕਰਾ ਦੂੰਗਾ ਤਾਂ ਸਾਰੀ ਰੇਂਜ ਉਹਨਾਂ ਦੀ ਹੈਗੀ ਹੈ, ਠੀਕ ਹੈ, ਇੱਕ ਥਾਂ 'ਤੇ, ਅਤੇ ਮੈਨੂੰ ਹਰੇਕ ਤਰ੍ਹਾਂ ਦਾ ਸਿਮ ਪਾਉਣਾ ਪੈਂਦਾ, ਮੇਰੇ ਕੋਲ ਏਅਰਟੈਲ ਵੀ ਹੈ, VI ਵੀ ਹੈ, ਜੀਓ ਵੀ ਹੈ, ਆਈਡੀਆ ਤਾਂ ਵੋਡਾਫੋਨ ਇਕੱਠੇ ਆ ਗਏ। ਸੋ ਉਹ ਚੀਜ਼ ਕਰਕੇ ਆ, ਬਾਕੀ ਸਿੱਟਣ ਵਾਲਾ ਤਾਂ ਮੈਂ ਪਹਿਲਾਂ ਸਿੱਟ ਦੇਣਾ। ਸੋ ਦੇਖੋ ਮੁੰਡੇ ਜਿਹੜੇ ਸੜਕਾਂ ਦੀ ਸਫਾਈ ਕਰ ਰਹੇ ਆ ਯਾਰ, ਠੀਕ ਹੈ, ਅਤੇ ਇੱਧਰਲੇ ਪਾਸੇ ਉੱਧਰਲੇ ਪਾਸੇ ਮੇਨ ਸਟੇਜ 'ਤੇ ਜਿਹੜੇ ਹੁਣ ਕੰਵਰ ਗਰੇਵਾਲ ਵਰਗੇ ਜਾਂ ਹੋਰ ਕਲਾਕਾਰ ਉਹ ਚੱਲਦੇ ਆ, ਬਾਕੀ ਤੁਸੀਂ ਵੀਰ ਬਣ ਕੇ ਗੁਰਪ੍ਰੀਤ ਕੋਟਲੀ ਪੇਜ ਨੂੰ ਫੋਲੋ ਕਰ ਲਓ, ਦੱਬੀ ਉਤਰੀ ਆਓ, ਅਤੇ ਅੱਜ ਤੋਂ ਬਾਅਦ ਐਡਾ ਤਕੜਾ ਮੋਦੀ ਦਾ ਗਾਪਣਾ, ਐਡਾ ਤਕੜਾ ਗਾਪਾ ਜਿਹੜਾ ਉਹ ਇਸ ਤੋਂ ਬਾਅਦ ਮੈਂ ਵੀਡੀਓ ਪਾਊਂਗਾ ਲਾਈਵ ਤੋਂ ਬਾਅਦ, ਉਹ ਤੁਸੀਂ ਸ਼ੇਅਰ ਕਰਿਓ ਯਾਰ, ਮੋਦੀ ਕਿੱਡਾ ਹੀ ਵੱਡਾ ਝੂਠਾ। ਮੈਂ ਤੁਹਾਨੂੰ ਦੱਸਾਂ, ਜਿਹੜਾ ਦੋ ਕੁ ਦਿਨ ਪਹਿਲਾਂ ਜਿਹੜਾ ਇੱਕ ਖਬਰ ਫੈਲਾਈ ਨਾ ਵੀ ਗੁਜਰਾਤ ਦੇ ਕਿਸਾਨਾਂ ਨਾਲ ਗੱਲ ਕੀਤੀ ਹੈ, ਹੈ ਨਾ, ਗੁਜਰਾਤ ਦੇ ਕਿਸਾਨਾਂ ਨਾਲ ਗੱਲ ਕੀਤੀ, ਜਿਹੜਾ ਬੰਦਾ ਪਤਾ ਗੱਲ ਕੀ ਹੋਈ ਸੀ, ਗੱਲ ਇਹ ਹੋਈ ਸੀ ਵੀ ਗੁਜਰਾਤ ਦੇ ਕਿਸਾਨਾਂ ਨਾਲ ਗੱਲ ਨਹੀਂ ਸੀ, ਉੱਥੇ ਇੱਕ ਗੁਰਦੁਆਰਾ ਸਾਹਿਬ ਆ, ਉੱਥੋਂ ਦੀ ਕਮੇਟੀ ਦੇ ਮੁੰਡੇ ਮੈਂਬਰ ਸੀਗੇ, ਠੀਕ ਹੈ, ਅਤੇ ਉਹਨਾਂ ਨੂੰ ਕਿਹਾ ਗਿਆ ਵੀ ਯਾਰ ਤੁਸੀਂ ਜਿਹੜਾ ਹੈਗਾ ਗੁਰਦੁਆਰਾ ਕਮੇਟੀ ਦੇ ਮੈਂਬਰ ਹੋ ਅਤੇ ਤੁਹਾਨੂੰ ਮੋਦੀ ਸਾਹਿਬ ਨੇ ਮਿਲਣਾ, ਤਾਂ ਉਹ ਮੁੰਡੇ ਜਾ ਵੜੇ, ਠੀਕ ਹੈ, ਅਤੇ ਖਬਰ ਮੀਡੀਆ ਨੇ ਜੀ ਨਿਊਜ਼ ਨੇ ਕੀ ਚਲਾਈ, ਗੁਜਰਾਤ ਕੇ ਕਿਸਾਨ ਪੰਜਾਬੀ ਕਿਸਾਨੋਂ ਕੇ ਸਾਥ ਜਿਹੜਾ ਹੈਗਾ ਮੋਦੀ ਸਾਹਿਬ ਨੇ ਮੀਟਿੰਗ ਕੀ, ਠੀਕ ਹੈ, ਤਾਂ ਉਹ ਇੱਕ ਮੁੰਡੇ ਨੇ ਮੈਨੂੰ ਆਪਦੀ ਵੀਡੀਓ ਬਣਾ ਕੇ ਭੇਜੀ ਹੈ, ਠੀਕ ਹੈ, ਵੀ ਉਹਨੇ ਸਾਰਾ ਕੁਝ ਦੱਸਿਆ, ਬਾਕੀ ਉਹਨੂੰ ਮੈਂ ਜਿਹੜਾ ਹੈਗਾ ਆਪ ਦੱਸੂਗਾ, ਇਸ ਤੋਂ ਬਾਅਦ ਮੈਂ ਉਹ ਵੀਡੀਓ ਤੁਹਾਨੂੰ ਜਿਹੜਾ ਹੈਗਾ ਪਾਊਂਗਾ ਇਸ ਪੇਜ ਦੇ ਉੱਤੇ ਅੱਜ ਅਫਵਾਹਾਂ ਦਾ ਪਰਦਾਫਾਸ਼ ਭਾਗ 5 ਦੇ ਵਿੱਚ। ਸੋ ਉਹ ਚੀਜ਼ ਜ਼ਰੂਰ ਦੇਖਿਓ। ਸੋ ਇਹ ਗੱਪਾਂ ਦੀ ਸਰਕਾਰ ਆ ਯਾਰ, ਅਤੇ ਪੇਜ ਵੀਰ ਬਣ ਕੇ ਸਾਰੇ ਲਾਈਕ ਕਰਦੇ ਰਹੋ, ਫੋਲੋ ਕਰੀ ਜਾਓ। ਆਹ ਦੇਖੋ, ਸੋ ਜਿੱਤ ਵੱਡੀ ਹੈ। ਸੋ ਆਪਾਂ ਕਹੀਏ ਜਿਹੜਾ ਹੈਗਾ ਸ਼ਹੀਦ ਭਗਤ ਸਿੰਘ ਲੋਕ ਹਿੱਤ ਕਮੇਟੀ ਇਹ ਚੱਲੀ ਜਾਂਦਾ, ਮੈਂ ਜਿਹੜਾ ਹੈਗਾ ਹੁਣ ਪ੍ਰੈਸ ਕਾਨਫਰੰਸ ਵੱਲ ਵੱਧ ਰਿਹਾ। ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂ, ਕਈਆਂ ਨੂੰ ਨਾ ਪਤਾ ਲੱਗ ਜਾਵੇ, ਮੋਦੀ ਦਾ ਸਭ ਤੋਂ ਵੱਡਾ ਝੂਠ ਜਿਹੜਾ ਹੁਣ ਆਪਾਂ ਆਪਣੇ ਇਸ ਚੈਨਲ 'ਤੇ ਇਸ ਪੇਜ ਦੇ ਉੱਤੇ ਮੈਂ ਤੁਹਾਨੂੰ ਵਿਦ ਪਰੂਫ ਵਿਦ ਉਹ ਬੰਦਾ ਜਿਹਦੀ ਬਿਲਕੁਲ ਉਹਦੇ ਨਾਲ ਮੋਦੀ ਨਾਲ ਫੋਟੋ 'ਤੇ ਮੈਂ ਉਹ ਭਰਾ ਨੂੰ ਬਹੁਤ ਵਧਾਈ ਦਿੰਦਾ, ਐਡਾ ਜਿਗਰਾ ਕੱਢਿਆ ਜਿਹਨੇ ਵੀ ਸਿੱਧਾ ਮੋਦੀ ਦੇ ਨਾਲ ਦਾ ਫੋਟੋ ਖਿਚਾਉਣ ਵਾਲੇ ਲੋਕ ਪਾਗਲ ਹੋ ਜਾਂਦੇ ਆ, ਅਤੇ ਉਹ ਨਾਲ ਬੈਠਾ ਤਾਂ ਉਹਨੇ ਦੱਸਿਆ ਸੱਚਾਈ, ਉਹਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਹੈ, ਮੈਂ ਕਿਹਾ ਬਾਈ ਵੀਡੀਓ ਬਣਾ ਕੇ ਭੇਜ ਆਪਦੇ ਖੇਤ 'ਚ ਬਹਿ ਕੇ, ਉਹ ਜ਼ਰੂਰ ਸ਼ੇਅਰ ਕਰਿਓ। ਸੋ ਉਹਨੇ ਆਹ ਦੇਖੋ, ਆਪ ਵੀ ਕੁਝ ਕਰਨਾ ਦੱਸ ਰਿਹਾ ਮੇਰੇ ਭਰਾ ਨੂੰ ਉਹਨਾਂ ਤੋਂ ਕਿਹਾ ਕਰੇ।
बच्चे लैके आ रहे सारे परिवार यार आ देखो छोटे छोटे बच्चे लैके आ रहे लोग नाल मिस आओ पुत देखो ठीक है आ तुसी भी लैके आओ ये पंजाब दी भारत लिखी जा रही आ देखो सारे लमकाए पए ता विच मोदी विच राम दे विच फलाना टमका जिन्ने भी है आ देखो छोटे छोटे बच्चे नाल लैके आए आ गलबात तां नहीं हो सकदी क्योंकि माइक जिहड़ा हैगा आपां करदा मैं एडजस्ट हां सॉरी सो जिहड़ा हैगा तां सो नाल जुड़े रहो कोई मैं थोड़ा रास्ता भी आप कित लाइव नहीं टुटते रहा क्योंकि हजे मैं प्रेस कॉन्फ्रेंस तुम्हें दिखाई है लाइव तो लगभग 5-7 मिनट तक मैं पहुँच जाना क्योंकि तुर के हाँ जो मोटरसाइकिल मिल गया तो 2 मिनट में पहुँच जाना सो आ देखो लगातार कट्ठ जोड़ा है जमा हाथों का मतलब टाइम है तो लगातार इतने देखो लोहर भी वंडिया जा रही बल्ले 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 खालसा एड हाले खड़ दिया धुखी बई ठीक है लोकल बंदे भी लैन फिरते हैं यार बड़े खराब बंदे हैं सो तुम देख सकते आ मेरे का कोई कला कलाकार आया चलो नाल उन्होंने मैं भी कर देना पता नहीं किड़ा कलाकार है तुम देख सकते हो ठीक है ये मुंडे जोड़े है कलाकार जोड़ा है खाल साइड पर जोड़े है करते हैं सो दबी उतरी हो हेलो हाँ जी हाँ जी हाँ जी हाँ जी हाँ मैं लाइव कर रहा तुम दसो की कहना चाहते हो अच्छा ओके मैं गल दसो तुम मोटे तौर पर नमेड़ो गल न ओके फिर उन्होंने फोन करो ना जिन्हों जिन्हों को हैगा वीर मैंने तो थोड़ा पता होना उस चीज़ का चलो फिर मैं हम की कर सकता दसो ओके सो जो है मैं इधर पास खाली वाले पास आया भी इधर मोटरसाइकिल मिल जाना ठीक है इधरों आवाजाई हैगी है ता कि आप छेदी छेदी सूँ फिर उत्थे कढ़ के मीडिया वाले वट जाके देखिए तुम उन्हें सारे जाने गुरप्रीत कोटली पेज फॉलो कर लो नाल यूट्यूब चैनल आ गुरप्रीत कोटली सबसक्राइब कर लो ट्विटर से आ जाओ मेरे नाल एक जोड़ा है किसान एकता वैबसाइट बनाई है वो आ जाओ सारे जाने मैं इधरों मंगदा लिफ्ट ऐसे वैसे को दिया है मुझको भी तो लिफ्ट करा दे एक गाना जहा है पुछा किसी को चढ़ाऊ गई तो लगातार जोड़ा है इधरले पास जो हारन वजदा मैं उधर मूँह कर लेना सो मोटे तौर पर यह है भी जोड़ा है अज किसान अंदोलन जोड़ा है पूरा भखया हो अफवाह से यकीन ना करो इतों तक कि जलंधर वाली साइड वाले पास ना एक अफवाह हूँ डाती है भी जोड़ा है भाई यार लैके जाई लै जा यार लै जा मिनती है बस जहाँ तक भी जाओगे ले जाओ यार है एक एक मिनट रोक ले धक्के नहीं चढ़ना पाया चलो भाई सो ये बंदे से हम चले चल चलो चले मितवा इन ऊंची नीची राहों में कहीं खो ना जाए मैं लगता मूहरे गड्डी आ गई कितने ऊन चढ़ा दी कसते सो इधरले पास बाबा ने क्यों की करता उतो लंगर जा क्यों लाता टेंट जा कहीं अग उग तो नहीं लग गई आ देखना पैना यार जा कि बधाते बधाते होना ये बेजती कट दे आ वे थाई थां चल चल यार आ मेरा तेरे बिना की बनना मेरा यहां से तरन तरन वाले बाबे का लंगर है तो मैं लगता शायद इन्होंने जो दोबारा तरपाल तरपुल पानी होगी कोई मोटी जहाँ मैं कहना परमात्मा रखे सुख कि वैसे ना कि जोड़ा है कोई गलत मलत होया हो कि अग उगना लग गई होर की है सो वीरे एक हैंड्स फ्री लैड़ा नाल तेरे माइक और लाइन तो मेरा जी करता मैं अंबानी वाली कंपनी लैना रौला तो भी आके रुपया पै जाता सो देखो यार माइकल शुमाकर बनया फिर सो आ कि बाबे ने दूरी बारी लाना टेंट है कोई ऊँदा ठीक है सो ये बाबे ने टेंट है बड़ा बहुत सेवा की मैं तो बड़ा प्रभावित होया बाबे तो जगतार सिंह जी
ਠੀਕ ਆ ਇਹਨਾਂ ਨੇ ਸ਼ਾਇਦ ਜਿਹੜਾ ਟੈਂਟ ਦਾ ਨਾ ਹੁਣ ਉੱਪਰਲਾ ਸ਼ਾਇਦ ਚੇਂਜ ਕਰਨਾ ਹੋਵੇ ਜਾਂ ਇਹ ਹੋਊਗਾ ਵੀ ਇੱਥੇ ਧੂੰਆਂ ਬਹੁਤ ਨਿਕਲਦਾ ਤਾਂ ਉਹਨੂੰ ਕੋਈ ਸਿਸਟਮ ਲਾਉਂਦੇ ਹੋਣਗੇ ਤੇ ਹੁਣ ਮੈਂ ਨਿਕਲਾਂ ਕਿੱਧਰ ਦੀ ਲੈ ਮੈਂ ਇੱਧਰ ਜਾਮ ਲੱਗ ਗਿਆ ਮੈਂ ਤਾਂ ਜਾਮ 'ਚ ਫਸ ਗਿਆ ਬਾਈ ਕਿਆ ਕਰੂੰ ਲੱਕੜਾਂ ਦਾ ਵੀ ਜਾਮ ਲੱਗ ਗਿਆ ਇੱਧਰ ਬਾਈ ਟਰੱਕ ਆ ਉੱਤੇ ਨਾ ਚੜਾ ਜਿਹਨੇ ਛੱਡਣਾ ਕੁਛ ਨਹੀਂ ਅਤੇ ਦੇਣਾ ਵੀ ਕਿਸੇ ਨੇ ਕੁਛ ਨਹੀਂ ਅਤੇ ਮਾੜਾ ਜਿਹਾ ਬਾਈ ਬਾਈ ਇੱਕ ਮਿੰਟ ਬਾਬਾ ਕੋਈ ਫਾਇਦਾ ਨਹੀਂ ਗਾਹ ਆਉਣ ਦਾ ਹਜੇ ਮੈਂ ਲੰਘਣਾ ਉਹ ਮਰ ਗਏ ਸੀ ਔਰ ਵਾਹ ਆਹ ਦੇਖ ਮੋਟਰਸਾਈਕਲ ਲੈ ਕੇ ਜਾਣਾ ਕਿਸੇ ਨੇ ਇੰਨੀ ਲਾਈਨ ਹੋਈ ਇੱਕ ਮਿੰਟ ਬਾਈ ਖੜੀ ਹੈ ਸੋ ਦੇਖੋ ਇਹ ਰੈਲੀ ਕਰਨ ਆਏ ਹੈ ਜਦ ਆਪਾਂ ਗੱਪ ਮਾਰਨਾ ਹੋਵੇ ਇਹ ਬਾਈ ਨੋਰਮਲ ਬੰਦੇ ਆ ਇਹ ਨਹੀਂ ਮੈਂ ਗਿਣਦਾ ਕਿਸਾਨਾਂ 'ਚ ਹਾਂ ਜੇ ਇਹ ਹੁੰਦਾ ਜੀ ਨਿਊਜ਼ ਵਾਲੇ ਜਾਂ ਦੂਜੇ ਤਾਂ ਆਪਾਂ ਵੈਸੇ ਹੀ ਗਿਣਦੇ ਨੇ ਸੀਗੇ ਇਹ ਵੀ ਭਗਤ ਆ ਲਗਾਤਾਰ ਮੁੰਡੇ ਆ ਮੈਂ ਮੋਟਰਸਾਈਕਲ ਲੈ ਲਿਆ ਸੀਗਾ ਤੁਹਾਡੇ ਵਾਸਤੇ ਵੀ ਤੇਜ਼ੀ ਨਾਲ ਜਾਵਾਂ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀਗਾ ਅਤੇ ਇੱਧਰਲੇ ਪਾਸੇ ਵੀ ਹੁਣ ਜਾਮ ਲੱਗ ਗਿਆ ਸੋ ਤੁਸੀਂ ਦੇਖ ਰਹੇ ਹੋ ਗੁਰਪ੍ਰੀਤ ਕੋਟਲੀ ਚੈਨਲ ਅਤੇ ਇੱਧਰੋਂ ਕਿਸਾਨ ਵਿਰੋਧੀ ਸਰਕਾਰੇ ਮੁਰਦਾਬਾਦ ਅਤੇ ਇੱਧਰੋਂ ਕਾਰਪੋਰੇਟ ਕੇ ਪਿੱਠੂ ਸਰਕਾਰੇ ਮੁਰਦਾਬਾਦ ਔਰ ਯਹਾਂ ਪੇ ਹੈਗੀ ਆ ਲਾਈ ਲੰਘ ਜਾਮ ਦੇ ਕੁਛ ਨਹੀਂ ਹੁੰਦਾ ਸੋ ਇੱਧਰੋਂ ਭਗਤ ਸਿੰਘ ਦਾ ਪਹਿਲਾ ਅੰਦੋਲਨ ਆ ਜਿਹੜਾ ਆਪਾਂ ਕਹੇ ਗਏ ਖੜਕੜ ਕਲਾਂ ਤੋਂ ਜਿਹਨਾਂ ਨੇ ਸਹੁੰ ਖਾ ਕੇ ਨਹੀਂ ਚੱਲੇ ਪਰ ਦਿਲ ਦੇ ਵਿੱਚ ਜ਼ਰੂਰ ਸਹੁੰ ਸੀ ਨਹੀਂ ਤਾਂ ਪਾਰਟੀਆਂ ਪੰਜਾਬ 'ਚ ਇੰਨੀਆਂ ਬਣੀਆਂ ਹਰੇਕ ਬੰਦੇ ਭਗਤ ਸਿੰਘ ਨੂੰ ਚੁੰਬੜ ਜਾਂਦਾ ਸੀ ਜਾ ਕੇ ਹੈਨਾ ਹਰੇਕ ਬੰਦਾ ਅਤੇ ਬਾਅਦ 'ਚ ਜਦੋਂ ਵੋਟਾਂ ਜਾਂ ਪੈ ਜਾਂਦੀਆਂ ਸੀ ਬਾਅਦ 'ਚ ਪਾਰਟੀ ਨਹੀਂ ਹੁੰਦੀ ਸੀ ਸੋ ਬਹੁਤ ਚੰਗਾ ਲੱਗਿਆ ਇਹ ਸਾਰਾ ਕੁਝ ਤੁਸੀਂ ਗੁਰਪ੍ਰੀਤ ਕੋਟਲੀ ਜਿਹੜਾ ਹੈਗਾ ਫੇਸਬੁੱਕ ਪੇਜ ਆਪਣਾ ਜਿਹੜਾ ਹੈਗਾ ਇਹ ਚੈਨਲ ਆ ਤੁਸੀਂ ਵੀਰ ਮੇਰੋ ਸਾਰੇ ਜਾਣੇ ਗੂਠਾ ਜਾਂ ਮਾਰਦੇ ਰਹੋ ਇਹਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰਦੇ ਰਹੋ ਅਤੇ ਯੂਟਿਊਬ 'ਤੇ ਬਾਈ ਸਪੋਰਟ ਕਰੋ ਯਾਰ ਉੱਥੋਂ 4 ਰੁਪਈਏ ਆ ਸਕਦੇ ਆਪਾਂ ਨੂੰ ਅਤੇ ਉੱਥੋਂ 4 ਰੁਪਈਏ ਉਹਨਾਂ ਦਾ ਮੈਕ ਮੁੱਕ ਲੈ ਲਾਂਗੇ ਅਤੇ ਫਿਰ ਆਪਾਂ ਚੰਗੇ ਤਰੀਕੇ ਨਾਲ ਕਵਰੇਜ ਕਰਾਂਗੇ ਅਤੇ ਇੱਧਰੋਂ ਇੱਕ ਆ ਗਿਆ ਟੈਂਪੂ ਜੀ ਵਾਲਾ ਮੈਂ ਉਹ ਤੋਂ ਲੈਣਾ ਲਿਫਟ ਸੋ ਆਹ ਸਾਰੀਆਂ ਚੀਜ਼ਾਂ ਤੁਸੀਂ ਦੇਖੀ ਜਾਣਾ ਹੈਲੋ ਲੈ ਜਾ ਯਾਰ ਲੈ ਜਾ ਜਿੱਥੇ ਤੱਕ ਜਾਏਗਾ ਲੈ ਜਾ ਬੱਲੇ 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 ਇਹ ਮੇਰਾ ਬਾਈ ਆਪ ਲੈ ਲਿਆ ਆਪਾਂ ਐਵੇਂ ਰੋਈ ਜਾਂਦੇ ਰਹਿੰਦੇ ਹਾਂ ਵੀ ਆ ਨਹੀਂ ਦੇਖੋ ਯਾਰ ਕੋਲ ਵੀ ਚੱਲ ਚੱਲ ਖਿੱਚਦੇ ਖਿੱਚਦੇ ਕੰਮ ਸੋ ਕਿੱਧਰਲੇ ਪਾਸੇ ਕਰਾਂ ਹੁਣ ਰਸਤਾ ਤੋਂ ਨਹੀਂ ਹੈ ਰਸਤਾ ਤੋਂ ਐਸਾ ਵੈਸਾ ਹੀ ਹੁੰਦਾ ਹੈ ਤੋ ਆਪ ਐਸੇ ਖਿੱਚੋ ਕੰਮ ਨੂੰ ਕਹਾਂ ਸੇ ਹੋ ਬਾਈ ਦਿੱਲੀ ਸੇ ਹੋ ਕੈਸਾ ਲੱਗ ਰਿਹਾ ਅੰਦੋਲਨ ਠੀਕ ਚੱਲ ਰਿਹਾ ਹੈ ਬੜੀਆ ਚੱਲਣਾ ਚਾਹੀਏ ਔਰ ਯਾਰ ਮੋਦੀ ਕੇ ਬਾਰੇ ਮੈਂ ਕਿਆ ਖਿਆਲ ਹੈ ਵੇਚ ਰਿਹਾ ਸਾਰਾ ਕੁਛ ਜਾਂ ਬੰਦਾ ਚੰਗਾ ਹੈ ਸਾਰੀ ਚੀਜ਼ਾਂ ਠੀਕ ਨਹੀਂ ਹੈ ਬੰਦਾ ਛੜਾ ਕਹਿੰਦਾ ਤੰਗ ਇਹ ਵੀ ਬਹੁਤ ਹੈ ਕਿਉਂਕਿ ਵਿਆਹ ਮੇਰੇ ਬੰਦੇ ਦਾ ਤੰਗ ਹੋਣਾ ਹੀ ਹੈ ਮੋਦੀ ਤੋਂ ਯਾਰ ਜਿਹੜਾ ਬੰਦਾ ਛੜਾ ਛੜੇ ਨੂੰ ਕੀ ਪਤਾ ਹੈ ਛੜੇ ਨੂੰ ਕੋਈ ਮੰਗਿਆ ਪਤੀਲਾ ਨਹੀਂ ਦਿੰਦਾ ਤੇ ਤੁਸੀਂ ਕੰਮ ਲਓ ਦੇਸ਼ ਬੜਾ ਬੈਠੇ ਤਾਂ ਫਾਇਦਾ ਤਾਂ ਬਿਲਕੁਲ ਬਿਲਕੁਲ ਜਿਸ ਗਰੀਬ ਬੰਦੇ ਕੋਲ ਕਹਿੰਦਾ ਖਾਣ ਨੂੰ ਕੁਛ ਨਹੀਂ ਆ ਜਾ ਇੱਥੇ ਬਹਿ ਜਾ 2 ਮਿੰਟ ਨਾਲ ਜੁੜੇ ਰਹੋ ਯਾਰ ਤੇ ਆਪਾਂ ਗੱਲਾਂ ਐਂ ਕਰ ਲੈਂਦੇ ਫਿਰ ਦਿਖਾਵਾਂ ਜੰਪ ਵਾਲੀ ਸੜਕ ਫਿਰ ਤੁਹਾਨੂੰ ਆਹ ਦੇਖੋ ਟੈਂ 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 ਇਹ ਭਰਾਵਾ ਸਿਰ ਵੱਜਦਾ ਤਾਂ ਜਾ ਕੇ ਹਾਏ ਰੱਬਾ ਹੈ ਨਾ ਸੋ ਜੰਪ ਵਾਲੀ ਸੜਕ 'ਤੇ ਜਾ ਰਹੇ ਹਾਂ ਸੋ ਇਹ ਵੀ ਯਾਰ ਅੱਜ ਬਾਹਰ ਪਤਾ ਨਹੀਂ ਕੀ ਹੋਇਆ ਅੱਜ ਚਲੋ ਕੋਈ ਗੱਲ ਨਹੀਂ ਸੋ ਜੀਰੋ ਤੋਂ ਰਿਪੋਰਟ ਤੇਰੀ ਬਬਲੂ ਕੋਟਲੀ ਵੀਰੇ ਜੀਰੋ ਤੋਂ ਕੀ ਤਾਂ ਮੈਂ ਤੁਹਾਨੂੰ ਸਾਹ ਚੜਾ ਦੇਣਾ ਵੇ ਆਹ ਦਿਖਾਵਾਂ ਹਾਏ ਰੱਬਾ ਸਾਡਾ ਤਾਂ ਟੈਂਪੂ ਵੀ ਆ ਜਾਂਦਾ ਕਿਉਂਕਿ ਯਾਰ ਆਹ ਸੜਕ 'ਤੇ ਤੁਰੇ ਕਿਹੜੇ ਹਿਸਾਬ ਨਾਲ ਵਿਚਾਰਾ ਇਹ ਤਾਂ ਬਹੁਤ ਧੰਨ ਬੰਦਾ ਜਿਹੜਾ ਲਈ ਜਾਂਦਾ ਮੰਨ ਲਓ ਵਿਕਾਸ ਦੇਖ ਲਓ ਤੁਸੀਂ ਹਰਿਆਣੇ ਵਾਲਿਆਂ ਦਾ ਵੀ ਨਾਲ ਇੱਕ ਦਿਨ ਦਿੱਲੀ ਦਾ ਦਿਖਾਇਆ ਸੀ ਅੱਜ ਹਰਿਆਣੇ ਦਾ ਦੇਖ ਲਓ ਇਹ ਥੋੜ੍ਹਾ ਜਿਹਾ ਹਰਿਆਣੇ 'ਚ ਆ ਜਾਂਦਾ ਹੈ ਆਏ ਰੱਬਾ ਚੱਕ ਲੱਗ ਮੰਡਗਣ ਅੱਜ ਤਾਂ ਤੇਰੇ ਹੀ ਹੈ ਸੋ ਆਹ ਜਿਹੜਾ ਹੈਗਾ ਵਿਕਾਸ ਅਤੇ ਵਿਕਾਸ ਰੁਲਦਾ ਫਿਰਦਾ ਨਾਲ ਨਾਲ ਕਾਗਜ਼ ਕੂਗਜ਼ ਵੀ ਉੱਠੇ ਫਿਰਦਾ ਇੱਧਰਲੇ ਪਾਸੇ ਮਸਾਂ ਆਏ ਹਾਂ ਸੋ ਤੁਸੀਂ 2 ਮਿੰਟ ਨਾਲ ਰਹੋ ਆਪਾਂ ਪਹੁੰਚਣ ਵਾਲੇ ਹਾਂ ਥਾਂ 'ਤੇ ਉਦੋਂ ਬਾਅਦ ਬਸ ਇਹਦਾ ਸੇਵਾ ਹੀ ਕਰਦਾ ਮੁੰਡਾ ਔਰ ਨਾ ਇੰਨਾ ਗਰਮ ਨਾ ਹੋ ਸੋ ਬੇਸਿਕਲੀ ਤੁਹਾਨੂੰ ਮੈਂ ਕਹਿਣਾ ਵੀਰੇ ਹਿੰਮਤ ਲਿਆ ਕਰੋ ਹੈਲਮਟ ਲਿਆ ਕਰਕੇ ਹੈਲਮਟ ਤਾਂ ਭਾਈ ਲੈ ਫਿਰ ਹੈਲਮਟ ਨਾਲ ਮੈਂ ਚਾਹੀਦਾ ਬਹੁਤ ਕੁਛ ਹੈ ਪਰ ਆਇਆ ਵੇ ਇਕੱਲੀ ਜਾਨ ਅਤੇ 100 ਸਿਆਪੇ ਇੱਧਰਲੇ ਪਾਸੇ ਕੰਮ ਐਡੇ ਐਡੇ ਟੋਏ ਆ ਵੀਰੇ ਇਹ ਤਾਂ ਹੁਣ ਬੰਦਾ ਨਾ ਕੀ ਆ ਬਾਈ ਤੇਰਾ ਮੋਨੂ ਕੁਮਾਰ ਕਹਾਂ ਸੇ ਦਿੱਲੀ ਸੇ ਮੇਰੇ ਸਾਥ ਕੈਮਰਾਮੈਨ ਮੋਨੂ ਕੁਮਾਰ ਨਹੀਂ ਕੈਮਰਾਮੈਨ ਕਿਉਂ ਆਟੋ ਡਰਾਈਵਰ ਮੋਨੂ ਕੁਮਾਰ ਜੋ ਸਪੌਂਸਰ ਕਰ ਰਹੇ ਹਾਂ ਹਮਾਰੇ ਸ਼ੋ ਕੋ ਜੋ ਕਿ ਆਪ ਲਾਈਵ ਦੇਖ ਰਹੇ ਹਾਂ ਔਰ ਇੱਧਰਲੇ ਪਾਸੇ ਜੋ ਗੰਦ ਵੀ ਦੇਖ ਰਹੇ ਹੈ ਸੋ ਆਪ ਦੇਖ ਸਕਦੇ ਹੋ ਜਿਤਨਾ ਮਰਜ਼ੀ ਲੜੋ ਸੋ ਲਗਾਤਾਰ ਜਿਹੜਾ ਹੈਗਾ ਮੈਂ ਉਹਨੇ ਸੋਚਿਆ ਵੀ ਤੁਹਾਡਾ ਜੀ ਲਵਾ ਦਿਆ ਯਾਰ 2 ਮਿੰਟ ਹੈ ਨਾ ਅਤੇ ਨਾਲੇ ਮੇਰਾ ਥਕਾਇਮਾ ਲੈ ਜੂ ਇੱਧਰੋਂ ਮੋਨੂ ਕੁਮਾਰ ਜੀ ਕੈਸਾ ਫੀਲ ਹੋ ਰਿਹਾ ਇਤਨੀ ਅੱਛੀ ਸੜਕ 'ਤੇ ਚੱਲ ਕੇ ਬੜੀਆਂ ਮੋਦੀ ਦਾ ਰਾਜ ਹੈ ਸੜਕੇ ਖਰਾਬ ਹੈ ਔਰ ਗਰੀਬ ਬੰਦਾ ਬੇਹਾਲ ਹੈ ਕਿਸਾਨ ਡਰਨੇ ਪਿਆ ਹੈ ਔਰ ਕਿਆ ਕਿਆ ਆਪਕੋ ਬਤਾ ਸਕਤੇ ਹੈ ਕਿ ਦੁਕਾਨਦਾਰ ਕੋ ਕਾਮ ਛੁੱਟ ਗਿਆ ਬੱਚੇ ਜਹਾਂ ਪੇ ਸੜਕੋਂ ਪੇ ਖੇਡ ਰਹੇ ਹੈ ਔਰ ਹੁੱਕਾ ਚੱਲ ਰਿਹਾ ਹੈ
जानने के लिए देखिए धारावाहिक की जे घड़ी, क्या आप देखना चाहते हो? ओ भाई किधर चढ़ा था तू, ओ मैनू इधर लेके जा यार, औखा सौखा मैनू गांह छड़ गया वीर बन के मोनू यारी है तेरे के साथ मैं कजार गया दे विच ना प्रेस कॉन्फ्रेंस कवर कर रहे हैं, मोनू ने यहां पे टेंपो लगाना था लेकिन मोनू मेरा साथ चल गया है, मोनू बहुत बहुत धन्यवाद, आप जीत गया कुछ भी नहीं क्योंकि मेरे पास तो 10 रुपए भी नहीं कि आपको किराया दे दूं। सो क्या नहीं चाहिए आपको? किराया नहीं चाहिए, फ्री ऑफ कॉस्ट है। मोनू के नाम स्पॉन्सर किया इस बार लाइव गुरप्रीत कोटरी लाइव को स्पॉन्सर करने वाले हैं मोनू कुमार जो कि दिल्ली से हैं, दिल्ली से दिल्ली दलवालों की, और यहाँ पे सूर मोदी के जो है बिल्कुल इस तरह ही हमारी सरकार का देश का प्रधानमंत्री का रवैया हमारे मतलब है, और यहाँ पे गऊ माता टट्ठा बापू सारे कुछ फिर रहे खुले, क्या करें यार गऊ माता टट्ठा बापू का भी बेहाल है और ये उस मोदी राज का हाल है, यहाँ पे कहा जा रहा है कि गऊ हमारी माता है और पता नहीं क्या क्या है, चलो अच्छी बात है आगे नहीं जा सकोगे आप मुझे लगता है। सो मैं मोनू कुमार का बहुत बहुत थैंक यू कह रहा हूँ, थैंक यू मोनू, लगे रहो मुन्ना भाई, थैंक यू। सो ये मोनू सीगा यार बंदा चंगा निकला बेचारा, इतने फिर ही आवा मैं खैर मोनू रहन दे आप, पर जड़ा है जगह पर पहुँच गए हाँ आप भी से बहुत ही अच्छे तरीके नाल, क्योंकि मैं कदे बहुत बाबा बाबा हो जा परे तुसी वीर मेरे हो छेती छेती शेयर कर लो, गुरप्रीत कोटली पेज फॉलो कर लो, इधर ले पासे देखो लोग साइनर दर जाके जावांगे असीं लोड पैण उत्ते ਕਿਦਾਂ ਦਿੰਦੇ ਆ ਇੱਥੇ ਲੋਕਾਂ ਨੇ ਘਰੇ ਰੋਟੀਆਂ ਪਕਾਉਣੀਆਂ ਬੰਦ ਕਰ ਦਿੱਤੀਆਂ ਆਇਓ ਦਿਖਾ ਕੇ ਸੁਣੋ ਕਿਉਂਕਿ ਭਗਤ ਸਿੰਘ ਨੇ ਤੋਂ ਕੱਲੇ ਆਪ ਨਹੀਂ ਜੇ ਫਾਂਸੀ ਵਾਪਸ ਕਰ ਦਿੰਦੇ ਆ ਇੱਥੇ ਲਗਾਤਾਰ ਦੇਖੋ ਚੰਗਾ ਛੋਟੇ ਛੋਟੇ ਬੱਚਿਆਂ ਦਾ ਪੁੰਨ ਬਹੁਤ ਲੱਗੂ ਪੰਜਾਬ ਕੋ ਹਰਿਆਣਾ ਦੇ ਬਹੁਤ ਧੰਨਵਾਦ ਆ ਤੁਹਾਡਾ ਜਿਹੜਾ ਤੁਸੀਂ ਇਹਨੇ ਲੋਕਾਂ ਦਾ ਢਿੱਡ ਭਰ ਰਹੇ ਹੋ ਯਾਰ ਸਾਰਿਆਂ ਨੂੰ ਲਵ ਯੂ ਤੁਸੀਂ ਵੀ ਆਪਦੇ ਘਰਾਂ ਚੋਂ ਬਾਈ ਦੇਖੋ ਪਿੰਡਾਂ ਦਾ ਫਿਲਟਰ ਪਾਣੀ ਸੜਗਾ ਜਿਹੜੀਆਂ ਹੈਗਾ ਵਿਚਾਰੀਆਂ ਬੁੜੀਆਂ ਤੇ ਦੇਖ ਲਓ ਘਰੇ ਬੈਠੇ ਦਾ ਮੇਰੇ ਵਰਗੇ ਨੇ ਵੀ ਪਤਾ ਨਹੀਂ ਕੋਈ ਸੜ ਦਿੰਦੇ ਸੀਗੇ 1000 ਤੇ ਮਾਰੋ ਯਾਰ ਸ਼ੇਅਰ ਕਰਕੇ ਇੱਕ ਕੇ ਤੋਂ ਬਾਅਦ ਆਪਾਂ ਅੰਦਰ ਵੜਦੇ ਆ ਸੋ ਦੇਖੋ ਬੱਚਿਆਂ ਦੇਖੋ ਆ ਦੇਖੋ ਜਿਨ੍ਹਾਂ ਦੇ ਆ ਮੋਦੀ ਤੇਰੇ ਹਾਲ ਦੇ ਵਿੱਚ ਦੇਖ ਲੈ ਕੀ ਹੈ ਤੇ ਕਿਸਾਨ ਫੇਰ ਵੀ ਢਿੱਡ ਜਿਹੜਾ ਹੈਗਾ ਲੋਕਾਂ ਦਾ ਭਰ ਰਿਹਾ ਦੁਨੀਆਂ ਦਾ ਭਰ ਰਿਹਾ ਆਹ ਬੱਚੇ ਦੇਖੋ ਯਾਰ ਕੀ ਬਾਤ ਹੈ ਪਤਾ ਨਹੀਂ ਯਾਰ ਕਿੱਦੇ ਹਨਾ ਜਦੇ ਜਾ ਵੜੇ ਯਾਰ ਇਹ ਤਾਂ ਰੋਇਆ ਕਰਨਗੇ ਮੈਨੂੰ ਲੱਗਦਾ ਮੋਦੀ ਚਲਾ ਦੇ ਲੰਮਾ ਕੁਛ ਨਹੀਂ ਉਹਦਾ ਦੇਖੀ ਜਾਊਗਾ ਇਸ ਤਾਂ ਬੈਠੇ ਹੀ ਹੈ ਇਹਨਾਂ ਚੱਲੇ ਯਾਰ ਕੰਮ ਇਹ ਇੱਕ ਦੁਨੀਆਂ 'ਚ ਆਪਾਂ ਛਾਪ ਛੱਡ ਕੇ ਜਾ ਰਹੇ ਹਾਂ ਪੰਜਾਬ ਕੋ ਗੱਲ ਯਾਦ ਰੱਖਿਓ ਦੁਨੀਆਂ ਯਾਦ ਰੱਖੂਗੀ ਇੱਥੋਂ ਦੇ ਲੋਕ ਯਾਦ ਰੱਖਣਗੇ ਪੰਜਾਬੀ ਆਏ ਸੀਗੇ ਬਾਈ ਪੰਜਾਬੀ ਆਏ ਸੀਗੇ ਕੀ ਹਾਲ ਆ ਬਾਈ ਨਜ਼ਾਰਿਆ ਨਜ਼ਾਰਿਆ ਇੱਧਰੋਂ ਦੇਖ ਲਓ ਆਹ ਮੋਦੀ ਵਾਂਗੂ ਫਲੈਟ ਇਹ ਤੁਰਿਆ ਫਿਰਦਾ ਉਹ ਭਰਾਵਾ ਭਰੇ ਹੋ ਜਾ ਮੈਂ ਆ ਗਿਆ ਕਜਾਰਗਿਆ ਹਾਊਸ ਦੇ ਵਿੱਚ ਲਗਭਗ ਜਿਹੜਾ ਆਪਾਂ ਕਹੇ ਚੱਲ ਰਹੀ ਹੈ ਜਿੱਥੇ ਇੱਕ ਮਿੰਟ ਉੱਤੇ ਨਾ ਚੜ੍ਹਾ ਨਹੀਂ ਭਰਾਵਾ ਕਿਉਂਕਿ ਬਹੁਤ ਔਖਾ ਹੋ ਗਿਆ ਇੱਥੋਂ ਆਇਆ ਇੱਧਰੋਂ ਬਾਬੇ ਦਾ ਮੈਂ ਮੂੰਗਫਲੀ ਨਾ ਖਾਣਾ ਯਾਰ ਬਾਬਾ ਮੂੰਗਫਲੀ ਦੇ ਧੰਨਵਾਦ ਬਾਬਾ ਬਸ ਬਹੁਤ ਆ ਥੋੜ੍ਹੀ ਹੈ ਸੋ ਬਹੁਤ ਬਹੁਤ ਧੰਨਵਾਦ ਬਾਬੇ ਸੇ ਕੀ ਮੂੰਗਫਲੀ ਰਸੀਵ ਔਰ ਗੁਰਪ੍ਰੀਤ ਕੋਟਲੀ ਫਿਰ ਸੇ ਚੱਲ ਪੜੇ ਹੈ ਆਪਣੀ ਨਹੀਂ ਦਿਸ਼ਾ ਕੀ ਤੌਰ ਔਰ ਮੈਂ ਕਜਾਰੀਆ ਹਾਊਸ ਪਹੁੰਚ ਗਿਆ ਦੇਖੋ ਪਾਥੀਆਂ ਲੱਕੜਾਂ ਬਾਲਣ ਦੀ ਕੋਈ ਘਾਟ ਨਹੀਂ ਚਾਰ ਚਾਰ ਮਸ਼ੀਨਾਂ ਲਾਈ ਬੈਠੇ ਹੈ ਕੱਪੜੇ ਕੁੱਪੜੇ ਧੋਣ ਦਾ ਕੋਈ ਘਾਟਾ ਨੀਗਾ ਤੇ ਮੇਰਾ ਵਾਲਾ ਕੰਮ ਤਾਂ ਬਈ ਇਹੋ ਹੈ ਵੀ ਮੈਂ ਉਤਲਾ ਤਾਂ ਮੇਰਾ ਸਹੀ ਹੈ ਤੇ ਥੱਲੇ ਵਾਲਾ ਜਿਹੜਾ ਸਾਰਾ ਸਪੌਂਸਰ ਹੀ ਹੈ ਕਿਤੇ ਜਿਹੜਾ ਆਉਂਦਾ ਬਦਲ ਲਈਦਾ ਕੱਲ ਪਰਸੋਂ ਦੇ ਕੇ ਗਏ ਸੀ ਆਹ ਦੇਖੋ ਚਿੱਟਾ ਕੱਲ ਨੂੰ ਕਾਲਾ ਸੋ ਕੋਈ ਮੈਨੂੰ ਹੈਗਾ ਕੋਈ ਤੰਗੀ ਤੁਰਸੀ ਨਹੀਂ ਨਜ਼ਾਰੇ ਲੈਣਾ ਤੇ ਬੜਾ ਘੈਂਟ ਕੰਮ ਆ ਯਾਰ ਆ ਜਾਓ ਦੇਖੋ ਬੇਬੇ ਉਹ ਮਰ ਗਿਆ ਇਤਨੀ ਦੇ ਬੇਬੇ ਕਿੱਥੋਂ ਆਉਂਗਾ ਕਿਹੜੀ ਜਗ੍ਹਾ ਤੋਂ ਆਉਂਗਾ ਸੰਗਰੂਰ ਘਰੇ ਨਹੀਂ ਜੀ ਲੱਗਿਆ ਹਾਂ ਬੇਬੇ ਕਹਿੰਦਾ ਕਰਾਂ ਹੁਣ ਜਾ ਵੜੋ ਨਹੀਂ ਜਾਂਦੇ ਲਾ ਦਿਓ ਨਜ਼ਾਰਾ ਕਿਸਾਨ ਯੂਨੀਅਨ ਹਾਂਜੀ ਮਾਤਾ ਬੱਲੇ ਬੱਲੇ ਮਾਤਾ ਇੱਧਰ ਦੇ ਪਾਸੇ ਕੇਸ ਰੱਦ ਕਰਾਂਗੇ ਪਿਛਲੀ ਵਾਰ ਤਾਂ ਲੇਟ ਹੀ ਹੋ ਗਿਆ ਸੀ ਮੈਨੂੰ ਲੱਗਦਾ ਅੱਜ ਵੀ ਲੇਟ ਹੀ ਚਲੋ ਚਲੋ ਐਂ ਕਰੋ ਇੰਨੇ ਕੁ ਬੰਦੇ ਜੁੜੇ ਰਹੋ ਮੇਰੀ ਇੱਜ਼ਤ ਚ ਬਣੀ ਰਹਿਣੀ ਹੈ ਆਦਰ ਬਾਈ ਤਾਂ ਨੇ ਐਂ ਕਹਿਣਾ ਵੀ ਇਹ ਕੌਣ ਹੈ ਇਹ ਗੁਰਪ੍ਰੀਤ ਪ੍ਰੈਸ ਕਾਨਫਰੰਸ ਹੋ ਗਈ ਤੇ ਚੱਲੀ ਜਾਂਦੀ ਹੈ ਸ਼ੁਰੂ ਨਹੀਂ ਹੋਈ
ਸਤਿ ਸ਼੍ਰੀ ਅਕਾਲ ਸਰ ਪ੍ਰੈਸ ਕਾਨਫਰੰਸ ਹੋ ਗਈ ਹੈ ਚੱਲ ਰਹੀ ਹੈ ਨਹੀਂ ਨਹੀਂ मीटिंग खत्म नहीं है सर जो उन्होंने बोला था क्या कि सानी उन्होंने जा रही है सर बात कर रहे हैं क्या पता नहीं अभी अभी तक चल रही है मीटिंग मुझे लगता है 4 घंटे चला दी इसके बाद आपकी मीटिंग है उसके बाद प्रेस कॉन्फ्रेंस होगी मतलब क्या कहें आप 7-8 आप लाइव चल रहे हो सर अपने किसान चैनल पे सीधे सीधा कोई बात नहीं लगभग 1200 बंदा आपसे साथ जुड़ा हुआ है तो आपकी थोड़ी मोटी स्ट्रेटजी जो आपके दिमाग में है क्या डिस्कस करने जा रहे हैं उस मीटिंग में देखिए अब तक जितनी मीटिंगें हुई है ना तो सब सहा एक मत से हुई है तो जो भी निर्णय होगा वो मीटिंग के बाद में प्रेस कॉन्फ्रेंस में सबको पता चलेगा ओके या मीटिंग किस रिगार्डिंग हुई है कौन से इशू पे आप जो सरकार की तरफ से प्रस्ताव आया है तो उसी प्रस्ताव के ऊपर क्या रणनीति होनी चाहिए और आगे की जो रणनीति तय की है जो 27 तारीख की 25 तारीख की 26 तारीख की तो उस सभी रणनीति के तहत ये मीटिंग है आज की सर हम तो आपको जानते हैं लेकिन लोगों को बताइए आप कहाँ से हो सर हम संदीप गिड्डे है राष्ट्रीय किसान महासंघ के कोर कमेटी सदस्य महाराष्ट्र से महाराष्ट्र में कैसा माहौल है सर किसान आंदोलन जितना महाराष्ट्र में बहुत अच्छा माहौल है आज हमारे महाराष्ट्र के बहुत सारे किसान संगठनों ने अंबानी का जो कॉरपोरेट ऑफिस है मुंबई का तो उसके ऊपर भी बड़ा मोर घेराव किया था और अच्छा रिस्पॉन्स जो है वो भी आ रहा है तो बढ़िया है रिस्पांस तो महाराष्ट्र के किसान भी उनको भी ये अभी समझ में आ गया है क्या प्रॉब्लम आ रही है जैसे कि प्याज का है ये होने के बाद ये कानून आने के बाद में प्याज का जो है इसेंशियल कमोडिटी एक्ट में से बाहर निकला और उसके बाद फिर से एक्सपोर्ट के ऊपर बैन आ गया तो ये जो है ये किसानों को समझ गया है कि ये पूरा जो कानून बनाए है ये खेती और किसानी खत्म करने के लिए बनाए है तो ये हमारे पास में हमारे महाराष्ट्र के खुद के एग्जांपल्स है तो इश्यूज है हमें लगता है कि आंदोलन जो है कड़ी अभी एक अच्छा रूप बन गया है सर मैं आपसे एक सवाल पूछना चाहता हूँ कई बार शरद पवार जब खेती बाड़ी मंत्री थे उन्होंने एक बार बयान दिया था कि 70% किसानों को ये नहीं पता कि MSP क्या है ये दिक्कत है क्या उधर की साइड जहाँ सबको पता है अभी सभी किसानों को पता चल गया है MSP क्या है इससे पहले थोड़ा सा अवेयरनेस की कमी थी आप मानते हो थोड़ी सी नहीं अवेयरनेस इस नहीं है देखिए कुछ जो है बाकी के जो चीजें है फल सब्जी इसके ऊपर MSP लागू ही नहीं होती थी तो जितने सारी धान की खेती है वगैरह इसके ऊपर MSP थी तो ये जो है ये अभी लोगों को पता चल गया अवेयरनेस हो गया है सर एक लास्ट क्वेश्चन यदि MSP लागू हो जाए तो जो शहरों में जैसे महाराष्ट्र में मुंबई है या दिल्ली है अब ये नहीं पता लगता प्याज कभी 100 रुपए हो जाता कभी 10 रुपए हो जाता यदि MSP हो मान लो 40 रुपए हो गया या 30 रुपए हो गया तो उसका किसान को भी फायदा और उपभोक्ता हमारे मांग 30 रुपए की है 30 रुपए एक स्टेबल जायज फिगर है तो 30 रुपए की मांग ओके है और यदि 30 रुपए हो तो जो जो वहाँ पे खरीदने वाले हैं उनके लिए भी अच्छा रहेगा उनको पता तो लगेगा ना इस सब्जी का इतना ही भाव रहेगा है ना तो ये आप क्या आग्रह करना चाहोगे जो उपभोक्ता है जिन्हों जो किसान नहीं है उनको बताइए थोड़ा सा नहीं ये आंदोलन देखिए ये आंदोलन उपभोक्ता के लिए भी चल रहा है क्योंकि जैसे कि ये जब खेती किसानी अदानी अंबानी के हाथ में जाएगी आगे जाके जब शॉर्टेज होगा वो शॉर्टेज बनाएंगे और वो शॉर्टेज बना के कुछ भी भाव जो है वो बढ़ा सकते हैं तो वो अगर जो है ये किसी किसानी जो कॉर्पोरेट से बचानी है तो ये आंदोलन को सभी लोगों ने साथ देना चाहिए ओके सर थैंक यू सर आप हमेशा ही मेरा साथ देते हैं थैंक यू सो ये सीगे जिहड़े हैगा महाराष्ट्र के किसान आगू इधरों जगजीत सिंह डल्लेवाल हार आ गए ने पंजाब की मीटिंग लगता है नाल सरजीत सिंह जी फूल ने तो मैं लगता इस बाद जो है हम पंजाब की प्रेस कॉन्फ्रेंस जरूर होगी क्योंकि लगातार बहुत टाइम तो जोड़ा है वेट हो रहा है लगभग सारा मीडिया कह के इतने पहुंचा हुआ मीडिया का पूरा जमावड़ा अपनी तो वारी नहीं होनी मैं लगता सत श्रीकाल बापू की हाल ने बापू जोड़ा है हम करा प्रेस कॉन्फ्रेंस फिर तो हाँ बापू कहता इन्ना कट किया मोदी करके दफ्तर नहीं नहीं मैं इतने खड़ के नहीं नहीं भापा वो टेंशन आ रहा सो इतने जोड़ा है हम जी मीडिया की प्रेस कॉन्फ्रेंस होने वाली है तो मेरी गल सुनो यार सारे जने 900 वा तो 1000 हजूर करो वीर बन के जल्दी जल्दी बेइज्जती खराब होंगी मैं थोड़ा बहुत बारी क्या इतने तो इज्जत रखा करो यार देखो किन्ने किन्ने बंदे आ बी कड्डे कड्डे कैमरे आए बल्ले 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 तुम यार आए ना करो शेयर करो दब के है ना बनता यार मुड़ के मैं यार मैंने बेइज्जती खराब होनी मेरी देख रहे हो जो है सीधा प्रेस कॉन्फ्रेंस जी शुरू होने लगी है भाई
थैंक यू सारे जने थोड़ा होर खिचो काम नूं कई बार दो चार महीने प्रेस कॉन्फ्रेंस होने लगी है तो ज्यों ही होने लग जूगी मैं जिहड़ा हैगा सानू उत्थे मूहरे बह के सारियां गल्लां सुना दूंगा उन्हें मैं सानू बेनती करदा साडी आह डिजिटल किसान मोर्चा जिन्होंने हजे तक डाउनलोड नहीं किया ना तो ये जरूर डिजिटल किसान तो जिहड़ा हैगा डिजिटल किसान ते है ते डिजिटल किसान मोर्चा ये जो दोनों जरूर डाउनलोड कर लो सारे जने तो क्योंकि फेसबुक पर भी इंस्टा पर भी आ स्नैपचैट पर भी आ यूट्यूब पर भी तो ट्विटर पर भी है सो ऑफिशियल अकाउंट इन्हां दे हैगे आ सो साडे आप दे परसनली एक तरह के किसानों के सो इतों सारी अपडेट तुसीं लै सकदे हो कई बार मैं भी नहीं लाइव हो सकता हुंदा हर थां ते ठीक है तो तुसीं ये भी नाल नाल कर लो ठीक है सानूं बेनती है सारयां नूं ये कर लो नाल दी नाल जिहड़ा हैगा जिहड़ा गुरप्रीत कोटली पेज है इहनूं फॉलो जरूर कर लो यार ठीक है तो तां करके आ सारे मीडिया वालों दा आपां लक जिहड़ा हैगा इहनूं चंगे भी बहुत है तो जिहड़े हैगा दूजे उहनां दा भी कम कर सकीए सो जल्दी चकदे फटे बजेंद्र सपोली साहब चकते फटे साफ सुथरा कर भरावा सह कह सकता को इतने बहन की कोशिश कर आ गए वे आ गए मैं भी बैठा गए भाई भाई मैं बहने ही सर मैं नीचे ही बैठ जाता हूँ तो आगे बैठ जाओ ना हाँ बस यार बस 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 सर 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 इतने इतने बहना ਸਾਮ ਬੈਠੇ ਆ ਭਰਾਵੋ ਹੈਲੋ ਸੋ ਇਧਰਲੇ ਪਾਸੇ ਜਿਹੜਾ ਹੈਗਾ ਆਪਾਂ ਕਿ ਇਧਰੋਂ ਪ੍ਰੈਸ ਕਾਨਫਰੰਸ ਵਾਲਿਆਂ ਨੇ ਬਸ ਬਸ ਚੌਂਕੜੀ ਮਾਰਦੇ ਮੈਨੂੰ ਹਾਂਜੀ ਹਾਂਜੀ ਸਰ ਬੈਠੋ ਇਹ ਭਰਾ ਕਹਿੰਦਾ ਜ਼ਿਆਦਾ ਧੱਕਾ ਕਰਦਾ ਯਾਰ ਹੀ ਆ ਤੇਰੇ ਨਾਲ ਯਾਰ ਆਪਦੇ ਭਰਾਵਾਂ ਨੇ ਧੱਕਾ ਹੋ ਸਕਦਾ ਹੁੰਦਾ ਸੋ ਦੇਖੋ ਫਿਰ ਇੰਨੇ ਬੰਦੇ ਬੈਠੇ ਯਾਰ ਏਡੇ ਏਡੇ ਕੈਮਰੇ ਲਈ ਤਾਂ ਮੈਂ ਇੱਥੇ ਗੁਰਪ੍ਰੀਤ ਕੋਟ ਯੋ ਹਣੀ ਸਿੰਘ ਨਾਲ ਦਲਜੀਤ ਇਹ ਭਰਾ ਸਾਡਾ ਕਿਹੜਾ ਪਿੰਡ ਪੈਂਦਾ ਪੰਜਾਬੀ ਸਾਡੇ ਆਪਦੇ ਬੰਦੇ ਯਾਰ ਕੋਈ ਚੱਕਰ ਨਹੀਂ ਸੋ ਇੱਧਰਲੇ ਪਾਸੇ ਕੈਮਰੇ ਵਾਲੇ ਲਾਈਟਾਂ ਲੂਟਾਂ ਮਾਰਨ ਨੂੰ ਤਿਆਰ ਹੈ ਮੈਂ ਨਹੀਂ ਆਪਾਂ ਮੂਹਰੇ ਬੈਠੇ ਜਮਾਂ ਦਿਖਾਵਾਂ ਆਪਾਂ ਜਮਾਂ ਨਾਲ ਬਹਿ ਗਏ ਹਾਂ ਐਡਾ ਕੋਈ ਚੱਕਰ ਨਹੀਂ ਬੜਾ ਰੰਦੀ ਬੰਦਾ ਮੈਂ ਪਹਿਲੇ ਦਿਨ ਤਰੋਲੇ ਪਾਉਣ 'ਚ ਬਹੁਤ ਮਾਰ ਇੱਧਰੋਂ ਚੱਲ ਪਿਆ ਇੱਧਰੋਂ ਆ ਗਏ ਲਾਈਟਾਂ ਛੱਡਤੀਆਂ ਅਤੇ ਪ੍ਰੈਸ ਕਾਨਫਰੰਸ ਆ ਵੀਰੇ ਵੱਧ ਤੋਂ ਵੱਧ ਸ਼ੇਅਰ ਕਰ ਲਓ ਨਾਲ ਨਾਲ ਬੇਨਤੀ ਹੈ ਜਿਹੜਾ ਇਹ ਪੇਜ ਆ ਆਪਣਾ ਇਹਨੂੰ ਨਾਲ ਨਾਲ ਫੋਲੋ ਕਰਾਈਏ ਲੋਕਾਂ ਤੋਂ ਵੀ ਠੀਕ ਹੈ ਕਿਵੇਂ ਲਓ ਲਓ ਬਾਪੂ ਨੰਗ ਜਾਓ ਨੰਗ ਜਾਓ ਨੰਗ ਜਾਓ ਸੋਡੇ ਬਿਨਾਂ ਕੀ ਬਣਦਾ ਸੋ ਇੱਥੇ ਚੱਲਦਾ ਲਓ ਵੀ ਪ੍ਰੈਸ ਕਾਨਫਰੰਸ ਸੁਣੋ ਫਿਰ ਸੁਣ ਲਓ ਸਾਰੇ ਨੇ ਸ਼ੇਅਰ ਕਰੀ ਜਾਓ ਨਾਲ ਥੋੜ੍ਹਾ ਜਿਹਾ ਐਂ ਕਰੋ 2000 ਕਰ ਦਿਓ ਤੰਦਲ ਪਾ ਦਿਓ ਪਿਛਲਿਆਂ ਨੂੰ ਸਾਰਿਆਂ ਨੂੰ ਸ਼ੇਅਰ ਕਰੀ ਜਾਓ ਹਜੇ ਦੇਖਾ ਮੀਡੀਆ ਵਾਲੇ ਵੀ ਲੜੀ ਜਾਂਦੇ ਇੱਕ ਦੂਜੇ ਨਾਲ ਕਹਿੰਦੇ ਸਾਡਾ ਕੈਮਰਾ ਨਹੀਂ ਆਉਂਦਾ ਸਾਡਾ ਨਹੀਂ ਆਉਂਦਾ ਧਮਕਾ ਨਹੀਂ ਆਉਂਦਾ ਲੈ ਮੈਂ ਤੁਹਾਡੇ ਸਾਰਿਆਂ ਨੂੰ ਦਿਖਾ ਦੇਣਾ ਵਾਹਿਗੁਰੂ ਮਿਹਰ ਕਰੋ ਕਿਸਾਨ 'ਤੇ ਲਓ ਬਈ ਚੱਲ ਪਈ ਸੁਣ ਲਓ ਨਹੀਂ ਨਹੀਂ ਬਹੁਤ ਪ੍ਰੈਕਟਿਸ ਹੈ ਨਹੀਂ ਐਡਾ ਹਾਂਜੀ ਹਾਂਜੀ ਮੈਂ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਅੱਜ ਦੀ ਮੀਟਿੰਗ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਹੋਈ ਹੈ ਜਿਹ 'ਚ ਫੈਸਲਾ ਕੀਤਾ ਗਿਆ
ਜਿਹੜਾ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿਹੜੀ ਚਿੱਠੀ ਸੈਂਟਰ ਦੇ ਜੁਆਇੰਟ ਸੈਕਟਰੀ ਵੱਲੋਂ ਅਗਰਵਾਲ ਵੱਲੋਂ ਆਈ ਆ ਉਹਦੇ ਸੰਬੰਧ ਦੇ ਵਿੱਚ ਕੀ ਜਵਾਬ ਦੇਣਾ ਕੀ ਫੈਸਲਾ ਲੈਣਾ ਇਹ ਸਮੁੱਚੇ ਪ੍ਰਧਾਨ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੀ ਕੱਲ੍ਹ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਊਗਾ ਜੋ ਅੱਜ ਫੈਸਲੇ ਲੈ ਗਏ ਆ ਉਹ ਇਹ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜੇ ਆ ਰਹੇ ਆ ਖਾਸ ਤੌਰ 'ਤੇ ਵੱਡੇ ਸਾਹਿਬਜ਼ਾਦਿਆਂ ਦਾ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰੀ ਦਾ ਇਸ ਦੌਰ ਦੇ ਵਿੱਚ ਸ਼ਹੀਦੀ ਦਿਹਾੜਿਆਂ ਦੇ ਵਿੱਚ ਹੀ ਪੰਜ ਦਰਜਨ ਤੋਂ ਵੱਧ ਪੰਜਾਬ ਹਰਿਆਣਾ ਅਤੇ ਹਿੰਦੁਸਤਾਨ ਦੇ ਹੋਰ ਇਲਾਕਿਆਂ ਦੇ ਕਿਸਾਨ ਬੀਬੀਆਂ ਅਤੇ ਮਜ਼ਦੂਰ ਸ਼ਹਾਦਤ ਦਾ ਜਾਮ ਪੀ ਗਏ ਆ ਜਿਹਦੇ ਸੰਬੰਧ ਵਿੱਚ ਕੱਲ੍ਹ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਬਹੁਤ ਸਾਰੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਪਿੰਡਾਂ ਦੇ ਵਿੱਚ ਇਕੱਠ ਕਰਕੇ ਲੱਖਾਂ ਦੀ ਕਰੋੜਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਉਹਨਾਂ ਨੂੰ ਸ਼ਹਾਦਤ ਲਈ ਨਮਸਕਾਰ ਕੀਤਾ ਅਤੇ ਇਸ ਘੋਲ ਨੂੰ ਕਾਲੇ ਕਾਨੂੰਨਾਂ ਦੇ ਖਿਲਾਫ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ 23 ਤਰੀਕ ਨੂੰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ 26 ਸਤਾਈ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਇਹ ਦੋਨੋਂ ਸ਼ਹੀਦੀ ਦਿਹਾੜੇ 26 ਸਤਾਈ ਮਿੰਟ ਨਾ 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 26 ਸਤਾਈ ਇਹ ਦੋਨੋਂ ਸ਼ਹੀਦੀ ਦਿਹਾੜੇ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਇਹ ਤੇ ਵੱਡੇ ਪੱਧਰ 'ਤੇ ਅਸੀਂ ਮਨਾਵਾਂਗੇ ਕਿਉਂਕਿ ਇਹ ਲੋਕਾਂ ਨੂੰ ਛੋਟੀਆਂ ਜਿੰਦਾਂ ਦੀਆਂ ਸ਼ਹੀਦੀਆਂ ਹੋਰ ਹੌਸਲਾ ਦਿੰਦੀਆਂ ਅਤੇ 80 ਸਾਲ ਦੀ ਬਿਰਧ ਮਾਤਾ ਦੀ ਸ਼ਹਾਦਤ ਠੰਡੇ ਬੁਰਜ ਵਿੱਚ ਜਿਹਨਾਂ ਨੂੰ ਰੱਖਿਆ ਗਿਆ ਉਹ ਬਜ਼ੁਰਗਾਂ ਨੂੰ ਹੋਰ ਹੌਸਲਾ ਦਊਗੀ ਕਿ ਪੋਹ ਦੇ ਮਹੀਨੇ ਦੇ ਵਿੱਚ ਕਿਵੇਂ ਉਹਨਾਂ ਨੂੰ ਠੰਡੀਆਂ ਰਾਤਾਂ 'ਚ ਰੱਖਿਆ ਗਿਆ ਜਿਵੇਂ ਇੱਥੇ ਦਿੱਲੀ ਦੇ ਵਿੱਚ ਕਿਸਾਨ ਅੱਜ ਠੰਡੀਆਂ ਰਾਤਾਂ ਦੇ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੈਠੇ ਆ ਉਹਦੇ ਵਿੱਚ ਪ੍ਰਸਿੱਧ ਢਾਡੀ ਜਥੇ ਕਮਿਸ਼ਨਰ ਜਥੇ ਕਥਾਵਾਚਕ ਅਤੇ ਚੰਗੇ ਉੱਘੇ ਲੇਖਕ ਬੁੱਧੀਜੀਵੀ ਉਹ ਇੱਥੇ ਬੁਲਾਏ ਜਾਣਗੇ ਅਤੇ ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਹ ਦੋ ਦਿਹਾੜੇ ਸਮਰਪਿਤ ਕੀਤੇ ਜਾਣਗੇ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਆ ਹਰਿਆਣਾ ਦੇ ਕਿਸਾਨ 25-26 ਅਤੇ 27 ਦਸੰਬਰ ਨੂੰ ਹਰਿਆਣਾ ਦੇ ਟੋਲ ਪਲਾਜ਼ੇ ਫ੍ਰੀ ਕਰਨਗੇ ਇਹਨਾਂ ਦਿਨਾਂ ਦੇ ਵਿੱਚ ਬੀਜੇਪੀ ਦੇ ਆਗੂਆਂ ਨੂੰ ਅਤੇ NDA ਦੇ ਭਾਈਵਾਲ ਨੂੰ ਚੇਤਾਵਨੀ ਪੱਤਰ ਦਿੱਤੇ ਜਾਣਗੇ ਅਤੇ ਜਾਂ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰੋ ਨਹੀਂ ਤੁਹਾਡਾ ਸ਼ਹਿਰਾਂ ਪਿੰਡਾਂ 'ਚ ਵੜਨਾ ਮੁਸ਼ਕਲ ਕੀਤਾ ਜਾਊਗਾ ਇਹਨਾਂ ਦਿਨਾਂ ਵਿੱਚ 25-26 ਦਸੰਬਰ ਨੂੰ ਦੁਨੀਆ ਭਰ ਦੀਆਂ ਜਿੱਥੇ ਪੰਜਾਬੀ ਲੋਕ ਵੱਸਦੇ ਆ ਉੱਥੇ ਦੀਆਂ ਅੰਬੈਸੀਆਂ ਦੇ ਸਾਹਮਣੇ ਡੈਮੋਸਟ੍ਰੇਸ਼ਨ ਪਹਿਲਾਂ ਵੀ ਬਹੁਤ ਵੱਡੇ ਵੱਡੇ ਹੋਏ ਆ ਉੱਥੇ ਡੈਮੋਸਟ੍ਰੇਸ਼ਨ ਕੀਤੇ ਜਾਣਗੇ ਭਾਰਤ ਦੀ ਸਰਕਾਰ ਬਜਾਏ ਆਪਣਾ ਦਿਮਾਗ ਠੀਕ ਕਰਨ ਦੇ ਉਹ ਕਾਊਂਟਰ ਪ੍ਰਾਪਾਗੰਡਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਜਿਹਦਾ ਰਿਜ਼ਲਟ ਇਹ ਨਿਕਲਿਆ ਲੋਸ ਏਂਜਲਸ ਦੇ ਵਿੱਚ ਕੱਲ੍ਹ ਮੋਦੀ ਭਗਤਾਂ ਨੇ ਇੱਕ ਮੁਜ਼ਾਹਰਾ ਰੱਖਿਆ ਸੀ ਪਰ ਪੰਜਾਬ ਦੇ ਨੌਜਵਾਨਾਂ ਨੇ ਉਹਨੂੰ ਚੈਲੇਂਜ ਕੀਤਾ ਵੀ ਮੁਜ਼ਾਹਰਾ ਅਸੀਂ ਨਹੀਂ ਹੋਣ ਦੇਣਾ ਉਸੇ ਥਾਂ 'ਤੇ ਨੌਜਵਾਨਾਂ ਨੇ ਮੁਜ਼ਾਹਰਾ ਰੱਖਿਆ
ਤੇ ਜਿਹੜੇ ਆੜ੍ਹਤੀਏ ਲੋਕ ਹੁੰਦੇ ਆ ਪਹਾੜੇ ਦੇ ਹੁੰਦੇ ਆ ਉਹ ਮੈਦਾਨ ਚ ਆਉਣ ਤੋਂ ਬਹੁਤ ਡਰਦੇ ਹੁੰਦੇ ਆ ਤੇ ਮੋਦੀ ਭਗਤ ਇੱਕ ਵੀ ਉੱਥੇ ਨਹੀਂ ਪਹੁੰਚਾ। ਬਹੁਤ ਵੱਡਾ ਮੁਜ਼ਾਹਰਾ ਨੌਜਵਾਨਾਂ ਨੇ ਲਾਸ ਏਂਜਲਸ ਵਿੱਚ ਕੱਲ੍ਹ ਕੀਤਾ। ਅਸੀਂ ਇੱਕ ਅਪੀਲ ਜਾਰੀ ਕਰ ਰਹੇ ਹਾਂ ਇੰਗਲੈਂਡ ਦੇ ਐਮ ਪੀ ਨੂੰ ਕਿ ਸਾਡੀ ਭਾਰਤ ਸਰਕਾਰ 26 ਜਨਵਰੀ ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਬੁਲਾ ਰਹੀ ਹੈ ਇੱਥੇ 26 ਜਨਵਰੀ ਦੇ ਦਿਹਾੜੇ 'ਤੇ। ਉੱਥੇ ਦੇ ਐਮ ਪੀ ਪਹਿਲਾਂ ਹੀ ਕੋਸ਼ਿਸ਼ ਕਰ ਰਹੇ ਆ, ਖਾਸ ਤੌਰ 'ਤੇ ਦੁਆਬੇ ਦੇ ਦੋ ਐਮ ਪੀ ਵਰਿੰਦਰ ਸ਼ਰਮਾ ਜੀ ਅਤੇ ਤਨਵਨ ਜੀ ਢਿੱਲੋਂ ਤਨਵਨ ਜੀ ਢੇਸੀ ਉਹ ਕੰਪੇਨ ਕਰ ਰਿਹਾ। ਪਹਿਲਾਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ, ਈਮੇਲ ਲੈ ਰਹੇ ਅਸੀਂ ਉਹਨਾਂ ਦੇ ਕਿ ਉੱਥੇ ਪ੍ਰੈਸ਼ਰ ਪਾਇਆ ਜਾਵੇ ਕਿ ਜਿੰਨਾ ਚਿਰ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਕਾਲੇ ਕਾਨੂੰਨ ਵਿਧਾਨ ਦੀਆਂ ਧੱਜੀਆਂ ਇਹਨਾਂ ਨੇ ਅੜਾਈਆਂ, ਸੂਬਿਆਂ ਦੇ ਅਧਿਕਾਰਾਂ 'ਤੇ ਹਮਲੇ ਕੀਤੇ ਆ, ਇਹ ਜਿਹੜੇ ਕਾਨੂੰਨ ਪਾਸ ਕੀਤੇ ਆ ਇਹ ਸੈਂਟਰ ਦੇ ਪ੍ਰਿਵਿਊ ਵਿੱਚ ਨਹੀਂ ਆਉਂਦੇ, ਸੂਬਿਆਂ ਦੇ ਪ੍ਰਿਵਿਊ ਵਿੱਚ ਆਉਂਦੇ ਆ। ਉਹਨਾਂ ਚਿਰ ਤੱਕ ਤਨਵਨ ਜੀ ਢੇਸੀ ਪਰ ਇਥੋਂ ਦੀ ਸਰਕਾਰ ਦੇ ਦਿਮਾਗ ਚ ਇਹੋ ਜਿਹੀ ਗੱਲ ਨਹੀਂ ਸੀ ਵੀ ਏਡੇ ਵੱਡੇ ਪੱਧਰ ਤੇ ਵਿਰੋਧ ਹੋਣਾ, ਇੰਨੇ ਲੋਕਾਂ ਦੀ ਸ਼ਮੂਲੀਅਤ ਹੋਣੀ ਆ, ਔਰ ਪੱਕੇ ਪੈਰੀ ਲੋਕਾਂ ਨੇ ਆਪਣਾ ਅਨਾਜ ਦਾ ਪ੍ਰਬੰਧ ਕਰਕੇ ਇੱਥੇ ਬੈਠੇ ਰਹਿਣਾ। ਇਹਨੀ ਵਿਰੋਧ ਕਦੇ ਦੇਖਿਆ ਹੀ ਨਹੀਂ ਸੀ, ਕਿਉਂਕਿ ਪਹਿਲੇ ਜਿੰਨੇ ਵੀ ਕਾਨੂੰਨ ਪਾਸ ਕੀਤੇ ਆ ਉਹ ਲੋਕਾਂ 'ਚ ਵੰਡ ਪਾਉਣ ਵਾਲੇ ਸੀ। ਜੇ ਮੁਸਲਮਾਨਾਂ ਨੂੰ ਕੁੱਟਿਆ ਉਹਨਾਂ ਦੇ ਖਿਲਾਫ਼ ਕਾਨੂੰਨ ਪਾਸ ਕੀਤਾ ਤਾਂ ਹਿੰਦੂ ਵੋਟ ਪੱਕੀ ਕਰ ਲਈ, ਜੇ 370 ਧਾਰਾ ਖਤਮ ਕੀਤੀ ਆ ਉੱਥੇ ਕਸ਼ਮੀਰੀਆਂ ਨੂੰ ਕੁੱਟ ਕੇ ਪੈਰਾਂ ਹੇਠ ਲਤਾੜ ਕੇ ਹਰ 3 ਬੰਦਿਆਂ ਪਿੱਛੇ ਇੱਕ ਫੌਜੀ ਲਾ ਕੇ ਉਹ ਵੀ ਹਿੰਦੂ ਵੋਟ ਪੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਜਿਹੜੇ ਆ ਕਾਨੂੰਨ ਪਾਸ ਕੀਤੇ ਆ ਇਹ ਕਿਸੇ ਇੱਕ ਭਾਈਚਾਰੇ ਦੇ ਖਿਲਾਫ਼ ਨਹੀਂ, ਇਹ ਸਮੁੱਚੇ ਕਿਰਤੀ ਲੋਕਾਂ ਦੇ ਖਿਲਾਫ਼ ਆ, ਅੰਨਦਾਤੇ ਦੇ ਖਿਲਾਫ਼ ਆ ਜਿਹੜਾ ਅਨਾਜ ਪੈਦਾ ਕਰਦਾ, ਅਤੇ ਜਿਹੜਾ ਅਸੈਂਸ਼ੀਅਲ ਕਮੋਡਿਟੀ ਐਕਟ ਆ ਜ਼ਰੂਰੀ ਵਸਤਾਂ ਕਾਨੂੰਨ ਆ ਉਹ ਖਪਤਕਾਰ ਦੇ ਵਿਰੋਧੀ ਆ, ਜਿਹਦੇ ਵਿੱਚੋਂ ਸਰਕਾਰ ਖਰੀਦ 'ਚੋਂ ਨਿਕਲਣਾ ਚਾਹੁੰਦੀ ਆ, ਜ਼ਖੀਰੇਬਾਜ਼ਾਂ ਨੂੰ ਮੌਕਾ ਦੇਣਾ ਚਾਹੁੰਦੀ ਆ ਅਤੇ ਆਪ ਉਹ ਸਿਰਫ ਡੰਡੇ ਦਾ ਰਾਜ ਕਰਨਾ ਚਾਹੁੰਦੀ ਆ। ਜਿਹੜੇ ਕਹਿੰਦੇ ਸਾਡਾ ਕੰਮ ਆ ਰਾਜ ਕਰਨਾ, ਮਾਰਕੀਟਿੰਗ ਕਰਨਾ ਸਾਡਾ ਕੰਮ ਨਹੀਂ। ਮਾਰਕੀਟਿੰਗ ਜਿਹੜਾ ਆ ਉਹ ਵਿਸ਼ਵ ਵਪਾਰ ਸੰਸਥਾ ਅਤੇ ਗੈਡ ਦੇ ਕਾਨੂੰਨਾਂ ਮੁਤਾਬਕ ਉਹਨਾਂ ਨੇ ਕਿਹਾ ਕੋਈ ਵੀ ਸਰਕਾਰ ਮਾਰਕੀਟ ਵਿੱਚ ਇੰਟਰਵੀਨ ਨਾ ਕਰੇ, ਜਿਹੜੀਆਂ ਮਾਰਕੀਟ ਦੀਆਂ ਸ਼ਕਤੀਆਂ ਨੂੰ ਪ੍ਰਭਾਵਿਤ ਕਰਦੀ ਹੋਵੇ ਉਹਦੇ ਵਿੱਚ ਸਰਕਾਰ ਦਖਲ ਨਹੀਂ ਦੇ ਸਕਦੀ। ਇਹੀ ਕਾਰਨ ਆ ਇਹ ਕਾਨੂੰਨ ਬੜੇ ਗਲਤ ਟਾਈਮ 'ਤੇ ਕਰੋਨਾ ਦੇ ਡਰ ਥੱਲੇ ਈਵਨ ਰਾਜ ਸਭਾ ਦੇ ਵਿੱਚ ਵੋਟਾਂ ਵੀ ਨਾ ਪਵਾ ਕੇ ਬੜੇ ਸੈਸ਼ਨ ਸੱਦੇ ਤੋਂ ਬਿਨਾਂ ਆਰਡੀਨੈਂਸ ਰਾਹੀਂ ਲਾਗੂ ਕੀਤੇ ਗਏ ਆ। ਅਤੇ ਹੁਣ ਜਾਂ ਲੋਕਾਂ ਦਾ ਵਿਰੋਧ ਪੈਦਾ ਹੋਇਆ ਅਤੇ ਵਿੰਟਰ ਸੈਸ਼ਨ ਸੱਦਣ ਤੋਂ ਵੀ ਸਰਕਾਰ ਭੱਜ ਰਹੀ ਆ। ਇਸ ਕਰਕੇ ਇਹ ਜਿਹੜੇ ਸਾਡੇ ਆਉਣ ਵਾਲੇ ਦਿਨਾਂ ਦੇ ਫੈਸਲੇ ਆ ਇਹਨੂੰ ਹੋਰ ਵੀ ਸ਼ਿੱਦਤ ਨਾਲ ਲਾਗੂ ਕੀਤਾ ਜਾਊਗਾ। ਬੜੀ ਹੌਸਲੇ ਵਾਲੀ ਖਬਰ ਆ, ਅਸੀਂ ਅੱਜ ਸਰਵੇ ਕਰਨ ਲਈ ਕੁਛ ਬੰਦੇ ਭੇਜੇ ਸੀ ਸੜਕ 'ਤੇ। ਆਮ ਤੌਰ 'ਤੇ ਕਿਸਾਨ ਪੰਜਾਬ ਹਰਿਆਣੇ ਦੇ 2 ਵਜੇ ਤੋਂ ਬਾਅਦ ਚੱਲਦੇ ਆ, ਪਰ ਸਵੇਰ ਦੀ ਜਿਹੜੀ ਖਬਰ ਆ ਇੱਕ ਟਰਾਲੀ ਵਾਪਸ ਗਈ ਆ ਅਤੇ 11 ਟਰਾਲੀਆਂ ਇੱਧਰ ਨੂੰ ਆ ਰਹੀਆਂ ਸੀ ਅੱਜ ਕਰਨਾਲ ਤੋਂ ਇੱਥੇ ਤੱਕ ਲੈ ਕੇ। ਜਿਹੜਾ ਰਿਵਾਜ ਹਰਿਆਣੇ 'ਚ ਘੱਟ ਸੀ ਪੰਜਾਬ 'ਚ ਹੁੰਦਾ ਸੀ, ਥਾਂ ਥਾਂ 'ਤੇ ਲੰਗਰ ਲੱਗੇ ਹੋਏ ਆ। ਜਿਹੜਾ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ ਇੱਥੇ ਬੜੇ ਲੋਕ ਮੌਜ ਕਰ ਰਹੇ ਆ, ਬੜੇ ਚੰਗੇ ਚੰਗੇ ਖਾਣੇ ਖਾ ਰਹੇ ਆ, ਇਹ ਖਾਣਾ ਕੋਈ ਸਰਕਾਰ ਦਾ ਖਾਣਾ ਨਹੀਂ, ਇਹ ਸਾਡੇ ਪੰਜਾਬ ਦਾ ਹਰਿਆਣੇ ਦਾ ਕਲਚਰ ਆ। ਪੰਜਾਬ ਹਰਿਆਣਾ ਇਕੱਠੇ ਰਹੇ ਆ ਪਹਿਲਾਂ ਤੋਂ, ਸੁਭਾਅ ਵੀ ਇੱਕ ਆ ਉਹਨਾਂ ਦਾ, ਕਿੱਤਾ ਵੀ ਇੱਕੋ ਜਿਹਾ ਆ ਅਤੇ ਲੰਗਰ ਲਾਉਣ ਦਾ ਜਿਹੜਾ ਉਹਨਾਂ ਦਾ ਢੰਗ ਤਰੀਕਾ ਆ ਉਹ ਵੀ ਉਹੋ ਜਿਹਾ ਹੀ ਆ।
जे करोना दे मार दे दौरान लंगर लगे आ ते गुरद्वारा साहिबान ने लाए आ जां पंजाबियां लाए आ किसे अमीर घराणियां ने अडानियां अबानी ने एक भी लंगर नहीं लाया। उन्होंने पैसे कमाने आउंदे खर्चने नहीं आउंदे उन्हां नूं। इह साडे लंगर दी रवायत आ। इत्थे रोज वीडियो लाउंदे आ ਇਹ ਕੀ ਖਾਂਦੇ ਆ ਬਰਗਰ ਕੀ ਖਾਦੇ ਕੀ ਕਹਿੰਦੇ ਆ ਪੀਜ਼ਾ ਪੀਜ਼ਾ ਖਾਂਦੇ ਪੀਜ਼ਾ ਤਾਂ ਸਾਡੀ ਖੁਰਾਕ ਨਹੀਂ ਪੰਜਾਬੀਆਂ ਦੀ ਪੀਜ਼ਾ ਨਹੀਂ ਖਾਂਦੇ ਪਿੰਨੀਆਂ ਖਾਂਦੇ ਆ ਤਾਜ਼ੀਆਂ ਉਹ ਵੀ ਸਾਡੇ ਪਿੰਡਾਂ 'ਚ ਘਰਾਂ 'ਚ ਬਣਦੀਆਂ ਦਸ ਦਸ ਕੁਇੰਟਲ ਪਿੰਡਾਂ 'ਚੋਂ ਪਿੰਨੀਆਂ ਆ ਰਹੀਆਂ ਕੱਦੇ ਬਿਸਤਰੇ ਪਿੰਡਾਂ 'ਚੋਂ ਆ ਰਹੇ ਆ ਰਿਪੋਰਟ ਪਹੁੰਚੀ ਸੀ ਦੋ ਦਿਨ ਪਹਿਲਾਂ ਫਿਰ ਜੈਪੁਰ ਦੇ ਬਾਰਡਰ 'ਤੇ ਬਿਸਤਰੇ ਘੱਟ ਆ ਅੱਜ ਕਈ ਟਰੱਕ ਪੰਜਾਬ ਤੋਂ ਜੈਪੁਰ ਦੇ ਬਾਰਡਰ ਨੂੰ ਬਿਸਤਰੇ ਲੈ ਕੇ ਤੁਰ ਪਏ ਆ ਇਹ ਸਾਡਾ ਸੱਭਿਆਚਾਰ ਆ ਸਾਡਾ ਕਲਚਰ ਆ ਦੂਜੇ ਦੀ ਸੇਵਾ ਕਰਨਾ ਇਸ ਕਰਕੇ ਭਰਾਓ ਜਿੱਥੇ ਲੋਕਾਂ ਨੇ ਸਾਡੀ ਬੜੀ ਹਮਾਇਤ ਕੀਤੀ ਆ ਜਿੱਥੇ ਪੰਜਾਬ ਹਰਿਆਣਾ ਯੂਪੀ ਉੱਤਰਾਖੰਡ ਅਤੇ ਰਾਜਸਥਾਨ ਦੇ ਲੋਕ ਦਿੱਲੀ ਆ ਕੇ ਬਹੁਤ ਵੱਡੀ ਗਿਣਤੀ 'ਚ ਬੈਠੇ ਆ ਪੰਜ ਨਾਕੇ ਅਸੀਂ ਲਾ ਚੁੱਕੇ ਹਾਂ ਛੇ ਮੈਕ ਰਹਿੰਦਾ ਉਹ ਵੀ ਥੋੜ੍ਹੇ ਦਿਨਾਂ ਵਿੱਚ ਬੰਦ ਕਰਤਾ ਜਾਊਗਾ ਬਾਕੀ ਸਟੇਟਾਂ ਦੇ ਵਿੱਚ ਬੰਗਲੌਰ ਦੀ ਅਸੈਂਬਲੀ ਕਈ ਦਿਨ ਘੇਰੀ ਰੱਖੀ ਉੱਥੋਂ ਦੇ ਲੋਕਾਂ ਨੇ ਕੇਰਲਾ ਦੀ ਸਰਕਾਰ ਨੇ 16 ਸਬਜ਼ੀਆਂ ਦੀਆਂ ਰੇਟ ਵੀ ਫਿਕਸ ਕਰਤੇ ਆ ਉਹ ਕੋਰਟ ਵਿੱਚ ਜਾਣ ਨੂੰ ਵੀ ਤਿਆਰ ਹੋਈ ਆ ਛੱਤੀਸਗੜ੍ਹ ਰਾਜਸਥਾਨ ਅਤੇ ਪੰਜਾਬ ਦੀ ਅਸੈਂਬਲੀ ਨੇ ਇਹ ਕਾਨੂੰਨ ਰੱਦ ਵੀ ਕਰ ਦਿੱਤੇ ਆ ਦਿੱਲੀ ਦੀ ਸਰਕਾਰ ਨੇ ਕਾਨੂੰਨ ਭਾਵੇਂ ਨਹੀਂ ਰੱਦ ਕੀਤਾ ਪਰ ਅਸੈਂਬਲੀ ਵਿੱਚ ਇਹਦੀਆਂ ਕਾਪੀਆਂ ਪਾੜ ਦਿੱਤੀਆਂ ਆ ਇਹ ਤੋਂ ਮਹਿਸੂਸ ਕਰਨਾ ਚਾਹੀਦਾ ਵੀ ਦਿੱਲੀ ਦੇ ਆਲੇ ਦੁਆਲੇ ਦੀਆਂ ਸਾਰੀਆਂ ਸਰਕਾਰਾਂ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਅਤੇ ਬਾਕੀ ਹਿੰਦੁਸਤਾਨ 'ਚ ਲਹਿਰ ਚੱਲ ਰਹੀ ਹੈ ਉਹ ਹੁਣ ਫਸੇ ਹੋਏ ਇਸ ਗੱਲ ਤੋਂ ਆ ਅਤੇ ਇਹਨੂੰ ਅਸੀਂ ਉਹ ਸ਼ਬਦ ਤਾਂ ਭਾਵੇਂ ਨਿਕੰਮਾ ਆ ਪਰ ਕਹਿ ਹੀ ਦੇਣਾ ਚਾਹੀਦਾ ਥੋਕੇ ਚੱਟਣਾ ਮੁਸ਼ਕਲ ਬਹੁਤ ਹੁੰਦਾ ਗਲਤ ਫੈਸਲਾ ਕਰ ਬੈਠੇ ਆ ਸੂਬਿਆਂ ਦੇ ਅਧਿਕਾਰਾਂ ਵਾਲਾ ਫੈਸਲਾ ਕਾਂਗਰਸ ਦੇ ਨਾਂ 'ਤੇ ਧਾਰਾ 33 ਪਾ ਕੇ ਸਾਡੇ ਜਿਹੜੇ ਝੋਨੇ ਅਤੇ ਕਣਕ ਪੈਦਾ ਅਸੀਂ ਕਰਦੇ ਹਾਂ ਉਹਨੂੰ ਚੌਲ ਅਤੇ ਆਟਾ ਬਣਾ ਕੇ ਫੂਡ ਸਟਾਪ ਗਿਣ ਕੇ ਉਹਨੇ ਕੰਕਰੇ ਵਿੱਚ ਪਾ ਦਿੱਤਾ ਕਿਸਾਨ ਪੈਦਾ ਕਰਦਾ ਜਾਂ ਮਾਰਕੀਟ ਕਰਦਾ ਜਿਹੜੇ ਕਾਨੂੰਨ ਪਾਸ ਕੀਤੇ ਆ ਤੋਮਰ ਨੇ ਪ੍ਰੈਸ ਕਾਨਫਰੰਸ 'ਚ ਕਹਿਤਾ ਜਾਂ ਸੱਚ ਬੋਲ ਹੋ ਗਿਆ ਉਹਦੇ ਕੋਲੋਂ ਵੀ ਅਸੀਂ ਇਹ ਕਾਨੂੰਨ ਟਰੇਡ ਅਤੇ ਕਮਰਸ ਲਈ ਕੀਤੇ ਆ ਅਸੀਂ ਨਾ ਟਰੇਡ ਕਰਦੇ ਹਾਂ ਕਿਸਾਨ ਨਾ ਅਸੀਂ ਵਪਾਰ ਕਰਦੇ ਹਾਂ ਕਮਰਸ ਵੀ ਨਹੀਂ ਕਰਦੇ ਅਸੀਂ ਪੈਦਾ ਕਰਦੇ ਹਾਂ ਔਰ ਮਾਰਕੀਟਿੰਗ ਕਰਦੇ ਹਾਂ ਇਸ ਮਾਰਕੀਟ ਔਰ ਐਗਰੀਕਲਚਰ ਦਾ ਜਿਹੜਾ ਮੁੱਦਾ ਆ ਇਹ ਸਟੇਟਾਂ ਦਾ ਅਧਿਕਾਰ ਆ ਇਸ ਕਰਕੇ ਇਹ ਗੈਰ ਕਾਨੂੰਨੀ ਆ ਇਹਨਾਂ ਨੂੰ ਕੰਪੀਟ ਕਰਨਾ ਚਾਹੀਦਾ ਉੱਤੇ ਲੜਨਾ ਚਾਹੀਦਾ ਕੇਸ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵਿੱਚ ਜੇ ਜਸਟੀਫਾਈਡ ਆ ਉੱਤੇ ਕਿਉਂ ਨਹੀਂ ਜਾਣ ਨੂੰ ਤਿਆਰ ਸੈਂਟਰ ਸਰਕਾਰ ਸਾਈਲੈਂਟ ਬੈਠੀ ਆ ਵੀ ਜਾਈਏ ਕਿ ਨਾ ਜਾਈਏ ਸੁਪਰੀਮ ਕੋਰਟ ਨੇ ਏ ਜੀ ਨੂੰ ਪੁੱਛਿਆ ਉਹਨਾਂ ਦੇ ਐਡਵੋਕੇਟ ਜਨਰਲ ਨੂੰ ਵੀ ਤੁਸੀਂ ਇੱਕ ਬੁੱਧੀਜੀਵੀਆਂ ਦੀ ਕਮੇਟੀ ਬਣਾਓ ਅਤੇ ਇਹਨਾਂ ਕਾਨੂੰਨਾਂ ਨੂੰ ਉਹਨਾਂ ਚੱਲੇ ਫਰੀਜ਼ ਕਰ ਦਿਉ ਇਹਨਾਂ ਨੂੰ ਰੋਕ ਦਿਉ ਉਹਦਾ ਸਰਕਾਰ ਜਵਾਬ ਦੇਣ ਨੂੰ ਤਿਆਰ ਨਹੀਂ ਹਾਲੇ ਤੱਕ ਇਹ ਸਰਕਾਰ ਆਪਣੀ ਹੀ ਜਿਹੜੀ ਸਭ ਤੋਂ ਵੱਡੀ ਕੋਰਟ ਆ ਉਹਦਾ ਵੀ ਕਹਿਣਾ ਮੰਨਣ ਨੂੰ ਤਿਆਰ ਨਹੀਂ ਬਾਕੀ ਅਗਲੀਆਂ ਗੱਲਾਂ ਮੇਰੇ ਨਾਲ ਦੇ ਸਾਥੀ ਕਰਨਗੇ ਉਦੋਂ ਬਾਅਦ ਕੋਈ ਸਵਾਲ ਜਵਾਬ ਤੁਹਾਡੇ ਹੋਣਗੇ ਉਹਦਾ ਅਸੀਂ ਜਵਾਬ ਦੇਵਾਂਗੇ ਹਿੰਦੀ ਮੈਂ ਬਤਾ ਦੂੰ ਮੈਂ ਗਲਤੀ ਕਰ ਗਿਆ ਮੇਰਾ ਖਿਆਲ ਹਮਦਰਦ ਪੰਜਾਬੀ ਮੈਂ ਪੰਜਾਬੀ ਮੈਂ ਠੀਕ ਹੈ ਆਨੇ ਵਾਲੇ ਦਿਨੋਂ ਮੈਂ ਚਮਕੌਰ ਸਾਹਿਬ ਔਰ ਫਤਿਹਗੜ੍ਹ ਸਾਹਿਬ ਕਾ ਬੜੇ ਸਾਹਿਬਜ਼ਾਦੋਂ ਕਾ ਛੋਟੇ ਸਾਹਿਬਜ਼ਾਦੋਂ ਕਾ ਸ਼ਹੀਦੀ ਦਿਹਾੜਾ ਹੈ ਜੇ ਹਮ ਦੋਨੋਂ ਸਿੰਧੂ ਔਰ ਟੀਕਰੀ ਬਾਰਡਰ ਪਰ ਵੱਡੇ ਕਮਿਸ਼ਨਰ ਢਾਡੀ ਜਥੇ ਕਥਾਵਾਚਕ ਔਰ ਸਿੱਖ ਚਿੰਤਕ ਬੁਲਾ ਕੇ ਇੱਥੇ ਅਸੀਂ ਇੱਥੇ ਮਨਾਵਾਂਗੇ ਸ਼ਹੀਦੀ ਦਿਹਾੜਾ 26-27 ਅਤੇ 23 ਪਹਿਲਾਂ 23 ਫਿਰ 26-27 ਵੱਡੇ ਸਾਹਿਬਜ਼ਾਦਾ 23 ਨੂੰ ਆ ਛੋਟੇ ਸਾਹਿਬਜ਼ਾਦਾ 26-27 ਦਾ ਆ ਉਹ ਇੱਥੇ ਅਸੀਂ ਮਨਾਵਾਂਗੇ ਅਤੇ ਇਹਦੇ ਨਾਲ ਹੀ 25-27 ਨੂੰ ਹਰਿਆਣਾ ਕੇ ਲੋਕ ਟੋਟਲ ਟੋਲ ਫਰੀ ਕਰੇਗੇ ਪੰਜਾਬ ਮੇਂ ਟੋਲ ਫਰੀ ਪਹਿਲਾਂ ਹੀ ਹੈ ਜੋ ਟੈਕਸ ਲੱਗਦਾ ਰੋਡ ਪਰ ਜਬ ਹਮ 4-wheeler ਖਰੀਦਤੇ ਹੈ ਤੋ ਰੋਡ ਟੈਕਸ ਉਸਕੇ ਸਾਥ ਹੀ ਤਾਰਤੇ ਹੈ ਤੋ ਜੇ ਰੋਡ ਟੈਕਸ ਕਾਹੇ ਕਾ ਲੇ ਰਹੇ ਹੈ ਕਿਉਂਕਿ ਸਰਕਾਰ ਨੇ ਰੋਡ ਪ੍ਰਾਈਵੇਟ ਲੋਕੋਂ ਕੋ ਦੇ ਰੱਖਾ ਹੈ ਉਨਕੋ ਕਮਾਈ ਕਰਨੇ ਕਾ ਹੈ
हमें तो मालूम यही पड़ा है कि इसके बड़ा शेयर अमित शाह के लड़के का है। मैं गारंटी के साथ नहीं कह रहा, सुना है, पर उसने इसका रिपोर्ट भी नहीं किया है। और इसके बगैर जो अडानी अबानी और बड़े कारपोरेट कराने हैं उनकी जो पैदावार है, उनका जो प्रोडक्शन है, उनका जो जियो का टावर है और चिप है, वो हम निकाल कर फेंक रहे हैं लोग सारे। और 68 करोड़ का उसका लॉस हो गया इतने टाइम में, और उसको ट्राई में जाना पड़ा, पहले नंबर से दूसरे नंबर पर आ गया। ये हमारे होने दिन आने वाले दिनों के संघर्ष हैं। और जो चिट्ठी लिखी है ज्वाइंट सेक्रेटरी अग्रवाल ने, उसके बारे में क्या जवाब देना है वो हम कानों भारत के सभी जो संगठन हैं 472 उनकी तरफ से जो कमेटी बनी हुई है वो लेकर देंगे। और उस मीटिंग में जाना है कि नहीं जाना है, कब जाना है, किसके बुलावे पर जाना है, वो कल को फैसला होगा। कोई और? हाँ, जो हमारे भारत की सरकार ने 26 जनवरी को इंग्लैंड के प्रधानमंत्री को बुला रखा है, उसके बारे में हम इंग्लैंड के एमपी को लिख रहे हैं कि वो अपने प्रधानमंत्री को रोकने की कोशिश करें कि जितना देर इतनी मुश्किल में सियाने बुजुर्ग, बीवियां, छोटे बच्चे और लाखों लोग जहां सड़कों पर बैठे हैं, जितना देर तक ये मांगे हमारी नहीं मानते, इंग्लैंड के प्रधानमंत्री को जहां नहीं आना चाहिए इस पर प्रेशर डालना चाहिए। और सभी दुनिया की एम्बेसियों के सामने जो पंजाबी हैं वो डेमोंस्ट्रेट करें। और कल की बात मैं खुशी की बताता हूँ, मोदी ने सदा दिया था अमेरिका के, क्योंकि होडी मोदी मनाया गया था ना, तो इसको बहम पड़ गया कि शायद अमेरिका के में पंजाबी या हिंदुस्तानी हमारे साथ हैं। मोदी भक्तों ने रैली रखी थी वहाँ पर, हमारे हिंदुस्तानी नौजवानों ने उनको चैलेंज किया कि आपको रैली नहीं करने देंगे, आप काले कानून बनाए हैं, और मोदी भक्त एक भी वहां जा नहीं पाया। ये खुशी की बात है हमारे लिए। आगे प्रेम सिंह पंगोजिया मेरे साथ एडवोकेट साहब हैं, वो बात करेंगे और सभी थोड़ा थोड़ा बात करेंगे, उसके बाद आपके आंसर के क्वेश्चन के जवाब देंगे। बहुत ही सत्कार योग पत्रकार साहबान, जैसे मेरी जथेबंदी ऑल इंडिया किसान फेडरेशन, प्रेसिडेंट ऑल इंडिया किसान फेडरेशन प्रेम सिंह भंगू, जैसे हमारे प्रधान जी कुलवंत सिंह संधु ने जो प्रोग्राम हमने लिखे उनके बारे में बताया, आपको ये पता है कि जैसे जैसे ये मोर्चे के दिन बड़े होते जा रहे हैं तो वैसे ही लोगों के अंदर इसका जोश और हौसला बढ़ता जा रहा है। ये प्रोग्राम जो सभी हमने आपके सामने रखे हैं इसी की दिशा के अंदर है कि पंजाब से शुरू होके मोर्चा आप सारे देश व्यापी होता जा रहा है, और हमारे प्रोग्राम भी इसी तरफ सिद्ध है। जैसे 23 तारीख को हमने कॉल दी है सारे देश के अंदर कि सारे देश का अन्नदाता दोपहर का खाना नहीं खाएगा, ये मैसेज देने के लिए कि जो अन्नदाता है सारे देश को खिलाता है, क्योंकि सरकार ने कानून हमारे खिलाफ बनाए इसलिए हम एक वक्त खाना नहीं खाएंगे, ये एक मैसेज है सिंबॉलिक। इसलिए हमने जो आगे प्रोग्राम इन्होंने बताया कि जो देश विदेश है वो तो पहले ही हमारे हक में बहुत बहुत बड़े मजारे हो रहे हैं, आपने देखा है, चाहे अमेरिका हो, कनाडा हो और इंग्लैंड हो, दूसरे देशों के अंदर भी। पर अब दो दिन के लिए हमने यहां से जो 32 ऑर्गेनाइजेशन 40 ऑर्गेनाइजेशन है उनकी तरफ से कॉल अपॉन किया है, जो अब्रॉड में इंडियन है, पंजाबी है, कि वो अपनी अपनी इंडियन एम्बेसी के सामने धरने मुजाहरे करें और मेमोरेंडम दे करके इंडियन गवर्नमेंट को कंपेल करें कि वो जो एंटी फार्मर्स लॉज बने हैं उनको वो रिपील करे, वापस करे, रद्द करे, ये एक हम मैसेज दे रहे हैं। और दूसरी बात जो हम कहना चाहते हैं कि बीजेपी और सरकार की तरफ से बहुत प्रोपेगंडा चल रहा है मोर्चे के खिलाफ भी, और दूसरा जो कानून बने उनके पक्ष में भी
कि बहुत अच्छे हैं, सरकार ने बहुत बातें मान ली हैं, हम उनको भी काउंटर कर रहे हैं, उसका भी प्रोग्राम लीक दिया है, हर रोज काउंटर हो रहा है। हमारा आईटी सेल है, आपको पता है, किसान एकता मोर्चा, वो बहुत तेजी से इनको एक एक पॉइंट वाइज उसको काउंटर कर रहे हैं, हम जवाब भी दे रहे हैं, और जो आया भी है जैसे बताया उसका भी कल किसान मोर्चा की मीटिंग में हम बढ़ाया, उसका भी एक एक मद के अनुसार उसका जवाब दे देंगे, हर चीज का रिजेक्ट कर देंगे उसको जो भी है। और दूसरा हम ये कर रहे हैं कि उसको काउंटर करने के लिए हम ऐसा नहीं कि केवल आईटी सेल पर डिपेंड करेंगे, हम लोगों के पास जाएंगे, गांव में जाएंगे, गुरुद्वारा साहब है, स्पीकर है, उनसे अनाउंसमेंट करेंगे कि ये कानून है, ये किसानों के खिलाफ है, लोगों के खिलाफ है और देश के खिलाफ है। गांव में मीटिंग्स भी करेंगे, इसके प्रोपेगेंडा मुहिम भी चलाएंगे, लीफलेट्स इश्तहार हो वो लाखों की गिनती में, पंजाबी हो, हिंदी हो, अंग्रेजी हो, लोगों तक पहुंच करेंगे, जो हमारा मेन प्लान है, लोगों को ऑर्गेनाइज करना है, लोगों के खिलाफ कानून है। इसलिए जो भी हथियार हमारे पास है, सरकार के पास पैसा हो सकता है, मीडिया हो सकता है उनका, सरकार का इश्तहार हो सकते हैं, कुछ भी हो सकता है, पर हमारे पास उसको काउंटर करने के लिए लोक शक्ति है, जो हमारे साथ है, गांव के बहुत बड़े लोग, उनके पास ही हम अपने छोटे छोटे लीफलेट लेकर के मीटिंग्स करके जाएंगे और उस प्रोपेगेंडे को उसको हम काउंटर करेंगे ग्राउंड लेवल पर जाके। ये भी हमने आज प्रोग्राम बनाया है आने वाले दिनों में। अब अगली बात मेरे साथी हरिंदर सिंह जी लखोवाल वो करेंगे, नाम कंफर्म करा दीजिए, प्रेम सिंह बंगू, प्रेसिडेंट ऑल इंडिया किसान फेडरेशन। साथियों, मैं हरिंदर सिंह लखोवाल, जनरल सैकटरी भारतीय किसान यूनियन पंजाब, अज जिहड़े फैसले लए आ दस भी दिते गए ने, असीं तां प्रधानमंत्री जी नूं इही बेनती करदे आ वी होर स्टेटां दे विचों तुसीं किसान लभदे तुरे फिरदे हो, तुहाडे दरवाजे ते किसान बैठे आ, तुसीं इह किसानां नूं क्यों नहीं मिलदे। दूसरा, असीं जिहड़ा विरोध कीता जियो सिम दा, जियो सिम दे नाल असीं सारे प्रोडक्ट अडानियां अवानियां दे ने, असीं उह वी बेनती करदे आ देश वासियां नूं, ਭਾਵੇਂ ਕੱਪੜੇ ਦਾ ਸਟੋਰ ਆ, ਭਾਵੇਂ ਕੋਈ ਵੀ ਸਟੋਰ ਆ, ਨਾਨੀਆਂ ਵਾਨੀਆਂ ਦਾ, ਉਹਨਾਂ ਤੋਂ ਪਰਹੇਜ਼ ਕਰੋ, ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ। ਤੀਜੀ, ਅਸੀਂ ਬੇਨਤੀ ਕਰਦੇ ਹਾਂ ਪੰਜਾਬ ਹਰਿਆਣੇ ਜਾਂ ਜਿੱਥੇ ਵੀ ਹੈਗੇ ਸਾਡੇ ਕਿਸਾਨ ਬੈਠੇ ਆ, ਇੱਕ ਇੱਕ ਟਰਾਲੀ ਹਰੇਕ ਗਾਂਵ ਤੋਂ, ਹਰੇਕ ਪਿੰਡ ਤੋਂ ਇੱਥੇ ਹੋਰ ਪਹੁੰਚਣੀ ਚਾਹੀਦੀ ਆ। ਹਰੇਕ ਪਰਿਵਾਰ ਦਾ ਇੱਕ ਮੈਂਬਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ। ਅਤੇ ਟਰੱਕਾਂ ਵਾਲਿਆਂ ਨੂੰ ਬੇਨਤੀ ਕਰਦੇ ਹਾਂ, ਟਰੱਕ ਵੀ ਬਹੁਤ ਖੜੇ ਆ ਸਾਡੇ ਕੋਲ ਵਿਹਲੇ, ਕਿਉਂਕਿ ਠੰਡ ਦਾ ਸਮਾਂ, ਸਾਰੇ ਟਰੱਕ ਵੀ ਯੂਨੀਅਨ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਟਰੱਕ ਵੀ ਲੈ ਕੇ ਇੱਥੇ ਆ ਜਾਣ, ਤਾਂ ਕਿ ਟਰੱਕ ਖੜ ਜਾਣ ਆਉਣ ਵਾਲੇ ਦਿਨਾਂ 'ਚ। ਸੰਘਰਸ਼ ਜਿਹੜਾ ਹੋਰ, ਜਿਹੜਾ ਇਹ ਕਹਿੰਦੇ ਆ ਵੀ ਜ਼ਿਆਦਾ ਟਰਾਲੀਆਂ ਕੋਈ ਮੁੜ ਰਹੀ ਆ, ਤੁਹਾਨੂੰ ਦੱਸ ਦਿੱਤਾ ਗਿਆ ਵੀ ਇੱਕ ਟਰਾਲੀ ਮੁੜੀ ਆ ਅਤੇ 11 ਆਈਆਂ ਨੇ, ਕਿਉਂਕਿ ਸਭਾ ਦੇ ਦਿਨ ਆ, ਤੁਸੀਂ 2-4 ਦਿਨਾਂ ਦੇ ਵਿੱਚ ਦੇਖਿਓ ਵੀ ਤੇਜ਼ ਕਰਾਂਗੇ। ਇੰਨਾ ਹੀ ਮੈਂ ਅਗਲੇ ਸਾਥੀ ਨੂੰ ਦਿੰਦਾ ਵਾ। ਸਤਿਕਾਰਯੋਗ ਮੀਡੀਆ ਵਾਲੇ ਸਾਥੀਓ, ਮੈਂ ਹਰਦੇਵ ਸਿੰਘ ਸੰਧੂ, ਸਰਪ੍ਰਸਤ ਕਿਰਤੀ ਕਿਸਾਨ ਯੂਨੀਅਨ ਪੰਜਾਬ। ਇਹ ਜੋ ਲੋਕ ਅੰਦੋਲਨ ਬਣ ਗਿਆ ਹੈ, ਜਨ ਅੰਦੋਲਨ ਬਣ ਗਿਆ ਹੈ, ਇਸਦਾ ਕਾਰਨ ਹੈ ਕਿ ਜੋ ਮੋਦੀ ਸਰਕਾਰ ਇਹ ਤਿੰਨੋਂ ਕਾਨੂੰਨ ਲਾਈ ਹੈ, ਉਹ ਤਿੰਨੋਂ ਕਾਨੂੰਨ ਲੋਕੋਂ ਕੇ ਵਿਰੋਧ ਮੇਂ ਹੈ। ਜੋ ਕਿਸਾਨੋਂ ਕੇ ਵਿਰੋਧ ਮੇਂ ਹੈ, ਉਹ ਸਿੱਧਾ ਵਿਰੋਧ ਮੇਂ ਹੈ, ਅਸਿੱਧੇ ਤੌਰ ਤੇ ਸਭੀ ਲੋਕੋਂ ਕੇ ਵਿਰੋਧ ਮੇਂ ਹੈ। ਜੋ ਤੀਸਰਾ ਕਾਨੂੰਨ ਹੈ, ਉਹ ਰਸੋਈ ਪੇ ਛਾਪਾ ਹੈ, ਹਮਾਰੇ ਜੋ ਨਿੱਤ ਵਸਤੂ ਵਰਤੋਂ ਦੀ ਵਸਤੂ ਹੈ, ਉਨਕਾ ਇਹਨਾਂ ਇਤਨਾ ਰੇਟ ਬੜਾ ਦੇਣਾ ਹੈ, ਬਨੋਟਰੀ ਥੁੜ ਪੈਦਾ ਕਰਕੇ, ਸਟੋਰੇਜ ਕਰਕੇ ਜ਼ਖੀਰੇਬਾਜ਼ਾਂ ਨੂੰ ਖੁੱਲ੍ਹ ਦੇ ਦਿੱਤੀ ਹੈ। ਇਸ ਤਰ੍ਹਾਂ ਇੱਕ ਹੋਰ ਝੂਠ ਬੋਲਿਆ ਜਾ ਰਿਹਾ, ਇੱਕ ਤੋਂ ਬਾਅਦ ਇੱਕ ਝੂਠ ਬੋਲਿਆ ਜਾ ਰਿਹਾ, ਇੱਕ ਹੋਰ ਝੂਠ ਬੋਲਿਆ ਜਾ ਰਿਹਾ ਕਿ ਪਹਿਲਾਂ ਵੀ ਕਾਰਪੋਰੇਟ ਜਿਹੜੀ ਹੈਗੀ ਆ ਖੇਤੀ ਚੱਲ ਰਹੀ ਹੈ, ਅੱਜ ਕੀ ਹੋ ਗਿਆ। ਪਹਿਲੀ ਗੱਲ ਤਾਂ ਇਸ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਗਈ, ਦੂਜੀ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਦਖਲਦਾਜ਼ੀ ਕੀਤੀ ਗਈ, ਜਿਹੜਾ ਫੈਡਰਲ ਸਿਸਟਮ ਹੈ ਉਸ ਨੂੰ ਤਹਿਸ ਨਹਿਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਧਾਨ ਦੀ ਸਹੁੰ ਖਾ ਕੇ ਪਾਰਲੀਮੈਂਟ 'ਚ ਦਾਖਲ ਹੁੰਦੇ ਆ, ਉਸੇ ਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਤੋਂ ਇਲਾਵਾ ਜਿਹੜਾ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾਂਦੀ ਖੇਤੀ ਜਾਂ ਪਹਿਲਾਂ ਕੋਈ ਕੰਟਰੈਕਟ ਫਾਰਮਿੰਗ ਹੈਗੀ ਆ, ਉਹਦਾ ਕੋਈ ਬਹੁਤਾ ਅੱਛਾ ਤਜਰਬਾ ਨਹੀਂ ਹੈ। ਜਦ ਜੀ ਕਰਦਾ ਰੇਟ ਘੱਟ ਜਾਣ, ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮਿਸਾਲਾਂ ਦੇ ਸਕਦੇ ਹਾਂ, ਜਦੋਂ ਉਹਦਾ ਰੇਟ ਘੱਟ ਜਾਵੇ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ
ਉਸ ਨੂੰ ਖਰੀਦਣ ਤੋਂ ਇਨਕਾਰ ਕਰ ਦਿੱਤਾ ਜਾਂਦਾ, ਵਿਚਾਰੇ ਕਿਸਾਨ ਉਸ ਨੂੰ ਖੇਤ 'ਚ ਵਾਹ ਦਿੰਦੇ ਆ ਤੇ ਕੋਈ ਪੁੱਛਣ ਵਾਲਾ ਨਹੀਂ ਆ। ਇਸ ਕਰਕੇ ਅਸੀਂ ਜੇ ਇਹਨਾਂ ਨੇ ਕਰਨਾ ਹੀ ਆ ਤਾਂ ਇਹ ਕਰ ਸਕਦੇ ਆ, ਸਰਕਾਰ ਵਿੱਚ ਜ਼ਿੰਮੇਵਾਰੀ ਤੋਂ ਕਿਵੇਂ ਭੱਜਦੀ ਹੈ। ਇਹਨਾਂ ਦਾ ਕੰਮ ਵੋਟਾਂ ਲੈ ਕੇ ਆਪਦੇ ਘਰ ਭਰਨਾ ਹੀ ਨਹੀਂ ਹੈ, ਇਹਨਾਂ ਦਾ ਕੰਮ ਆ ਸੇਵਾ ਕਰਨਾ, ਲੋਕਾਂ ਦੀ ਸੇਵਾ ਕਰਨਾ, ਪਰ ਉਸ ਤੋਂ ਭੱਜ ਚੁੱਕੇ ਆ ਤੇ ਇਹ ਲੋਕਾਂ ਦੇ ਪੱਖ ਦੀ ਥਾਂ ਤੇ ਲੋਕਾਂ ਦੇ ਵਿਰੁੱਧ ਗਿਣਤੀ ਦੇ ਘਰਾਂ ਦੇ ਪੱਖ 'ਚ ਭੁਗਤ ਰਹੇ ਆ। ਤੇ ਅੱਜ ਦੇਸ਼ ਦਾ ਬੱਚਾ ਬੱਚਾ ਬੁੱਢੇ ਬਜ਼ੁਰਗ ਸਾਰੇ ਇਸ ਗੱਲ ਤੇ ਸਟੈਂਡ ਕਰ ਰਹੇ ਆ ਕਿ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਜਾਵਾਂਗੇ, ਚਾਹੇ ਜਿੰਨਾ ਮਰਜ਼ੀ ਲੰਬਾ ਸੰਘਰਸ਼ ਕਰਨਾ ਪਵੇ, ਜਿੰਨਾ ਮਰਜ਼ੀ ਸਾਨੂੰ ਮਿਹਨਤ ਕਰਨੀ ਪਵੇ। ਭਾਵੇਂ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ, ਫਿਰ ਵੀ ਇੱਥੇ ਸੌਖੇ ਨਹੀਂ ਹਾਂ ਬੈਠੇ। ਇੱਥੇ ਜਿਹੜੇ ਲੋਕ ਬੈਠੇ ਆ ਇਹ ਦੁਖੀ ਹੋ ਕੇ ਬੈਠੇ ਹੋਏ ਆ, ਕਿਉਂਕਿ ਉਹ ਚਾਹੁੰਦੇ ਆ ਘਰ ਜਾਣਾ, ਪਰ ਮੋਦੀ ਸਰਕਾਰ ਮੰਗਾਂ ਨਹੀਂ ਮੰਨਦੀ। ਇਸ ਕਰਕੇ ਮੰਗਾਂ ਮਨਾਏ ਬਗੈਰ ਅਸੀਂ ਘਰੇ ਨਹੀਂ ਜਾਣਾ। ਇਹ ਤਿੰਨੇ ਕਾਨੂੰਨ ਤੇ ਦੋਨੇ ਬਿੱਲ, ਤਿੰਨੇ ਕਾਨੂੰਨ ਰੱਦ ਕਰਾਉਣੇ ਆ ਤੇ ਦੋਨੇ ਬਿੱਲ ਵਾਪਸ ਕਰਾਉਣੇ ਆ, ਉਹਨਾਂ 'ਚ ਸਾਡਾ ਸੰਘਰਸ਼ ਜਾਰੀ ਰਹੇਗਾ। ਧੰਨਵਾਦ। ਸ਼ੇਅਰ ਕਰ ਦਿਓ ਵੀਰੇ, ਉਹ ਸ਼ੇਅਰ ਕਰ ਦਿਓ ਯਾਰ, ਮੀਡੀਆ ਵਾਲੇ ਦੇਖੀ ਜਾਂਦੇ ਪਿੱਛੇ। 1000 ਤੋਂ ਨਾ ਘਟਾਓ ਯਾਰ, ਖਿੱਚੋ ਕੰਮ ਨੂੰ, ਸ਼ੇਅਰ ਵਾਲੇ ਪੜਨ ਦੇ ਮਾਰੋ ਹੱਥ ਮਾੜਾ ਜਿਹਾ, ਛੇਤੀ ਛੇਤੀ 5 ਮਿੰਟ ਹੀ ਹੈ। ਸਿੰਘ ਪੁੰਨਾਵਾਲ, ਜਨਰਲ ਸਕੱਤਰ ਆਲ ਇੰਡੀਆ ਕਿਸਾਨ ਸਭਾ ਪੰਜਾਬ। ਜੈਸੇ ਹਮਾਰੇ ਸਾਥੀਓ ਨੇ ਅਗਲਾ ਪ੍ਰੋਗਰਾਮ ਬਤਾਇਆ ਹੈ, ਸਰਕਾਰ ਕਾ ਜੋ ਪ੍ਰਾਪੋਗੰਡਾ ਹੋ ਰਿਹਾ ਹੈ ਕਿਸਾਨੋਂ ਕੇ ਖਿਲਾਫ, ਇਸ ਐਜੀਟੇਸ਼ਨ ਸੇ ਹਮ ਉਸਕਾ ਮੁਕਾਬਲਾ ਕਰਨੇ ਕੇ ਲੀਏ 10 ਲੱਖ ਹਿੰਦੀ ਮੇਂ ਔਰ 10 ਲੱਖ ਪੰਜਾਬੀ ਮੇਂ 5 ਲੱਖ ਅੰਗਰੇਜ਼ੀ ਮੇਂ ਪੈਪਲੇਟਸ ਪਾ ਕੇ ਸਾਰੇ ਦੇਸ਼ ਮੇਂ ਵਾਂਡੇਂਗੇ, ਔਰ ਜੋ ਸਰਕਾਰ ਪ੍ਰਾਪੇਗੰਡਾ ਜੂਠਾ ਕਰ ਰਹੀ ਹੈ ਉਸਕਾ ਮੁਕਾਬਲਾ ਕਰੇਗੀ। ਐਸੇ ਹੀ ਸਰਕਾਰ ਪ੍ਰਾਈਮ ਮਿਨਿਸਟਰ ਜੈਸੇ ਆਪਣੇ ਮਨ ਕੀ ਬਾਤ ਕਰਤੇ ਹੈ, ਔਰ 27 ਤਰੀਕ ਕੋ ਹਮਨੇ ਵੀ ਫੈਸਲਾ ਕੀਆ ਹੈ ਕਿ ਜਬ ਉਹ ਆਪਣੇ ਮਨ ਕੀ ਬਾਤ ਕਰੇਂਗੇ, ਲੋਕੋਂ ਕੇ ਮਨ ਕੀ ਬਾਤ ਤੋਂ ਨਹੀਂ ਸੁਣਤੇ, ਹਮ ਵੀ ਉਸ ਜਗ੍ਹਾ ਤੇ ਤਾਲੀਆਂ ਵਜਾਏਂਗੇ ਤਾਂ ਕਿ ਉਸਕੀ ਬਾਤ ਨਾ ਕੋਈ ਸੁਣੇ। ਹਮਨੇ ਫੈਸਲਾ ਕੀਆ ਕਿ ਜਬ ਉਹ ਆਪਣੇ ਮਨ ਕੀ ਬਾਤ ਕਰੇਂਗੇ। ਦੂਸਰੀ ਹਮ ਕਹਿਣੀ ਚਾਹਤੇ ਹੈ ਕਿ ਸਰਕਾਰ ਇਸ ਐਜੀਟੇਸ਼ਨ ਸੇ ਇਹ ਸੰਘਰਸ਼ ਸੇ ਘਬਰਾ ਕਰ ਸਾਰੇ ਦੇਸ਼ ਮੇਂ ਪ੍ਰਚਾਰ ਕਰ ਰਹੀ ਹੈ, ਖਾਸ ਤੌਰ ਤੇ ਪ੍ਰਾਈਮ ਮਿਨਿਸਟਰ, ਕਿ ਕਿਸਾਨੋਂ ਕਾ ਜਿਹੜਾ ਸੰਘਰਸ਼ ਹੈ, ਬਹੁਤ ਸਾਰੇ ਕਿਸਾਨ ਇਸ ਜਿਹੜਾ ਹੈ ਕਾਨੂੰਨੋਂ ਕੋ ਇਸਕੋ ਚੰਗਾ ਮਾਨਤੇ ਹੈ, ਇਸਕੀ ਸਵਾਗਤ ਕਰਤੇ ਹੈ। ਜੇ ਕਾਨੂੰਨ ਕਿਸਾਨੋਂ ਕੇ ਹਾਕ ਮੇਂ ਹੈ, ਵੋ ਉਨਕੋ ਲਾਭ ਹੋਣੇ ਲਗਾ ਹੈ। ਹਮ ਸਮਝਦੇ ਹਾਂ ਵੀ ਉਹ ਕਿਸਾਨੋਂ ਕੋ ਪੇਸ਼ ਕਰਤੇ ਹੈ, ਉਹ ਕਿਸਾਨ ਨਹੀਂ ਬੀਜੇਪੀ ਕੇ ਆਪਣੇ ਕਾਰਜ ਕਰਤਾ ਹੈ। ਜਬ ਸੇ ਆਰਡੀਨੈਂਸ ਬਨੇ ਹੈ, ਏਕ ਵੀ ਕਿਸਾਨ ਨੇ ਕਿਸੇ ਏਕ ਵੀ ਜਥੇਬੰਦੀ ਨੇ ਇਨਕੀ ਹਿਮਾਇਤ ਨਹੀਂ ਕਰੀ, ਇਨ ਕਾਨੂੰਨੋਂ ਕੀ ਇਨ ਕਾਨੂੰਨੋਂ ਕੋ ਮਾਂਗਾ ਨਹੀਂ। ਜਬ ਸੇ ਆਰਡੀਨੈਂਸ ਬਨਾ ਹੈ, ਕਿਸਾਨ ਉਸਕਾ ਵਿਰੋਧ ਕਰਤੇ ਆ ਰਹੇ ਹੈ। ਅਬ ਸਰਕਾਰ ਇਸ ਸੰਘਰਸ਼ ਸੇ ਘਬਰਾ ਕਰ ਜੇ ਜੂਠਾ ਪ੍ਰਚਾਰ ਕਰ ਰਹੀ ਹੈ, ਉਹ ਬੀਜੇਪੀ ਕੇ ਲੋਕ ਹੈ। ਦੂਸਰਾ ਵੋ ਬੋਲਤੇ ਹੈ ਕੱਲਾ ਪੰਜਾਬ ਔਰ ਹਰਿਆਣੇ ਮੇਂ ਹੈ, ਸਾਰੇ ਦੇਸ਼ ਮੇਂ ਨਹੀਂ ਹੈ। ਆਜ ਜੈਸੇ ਆਪਕੋ ਸਾਥੀਓ ਨੇ ਬਤਾਇਆ, ਸਾਰੇ ਦੁਨੀਆ ਦੇ ਵਿੱਚ ਇਸ ਦੇ ਹੱਕ ਦੇ ਵਿੱਚ ਕਾਨੂੰਨਾਂ ਨੂੰ ਦੇ ਖਿਲਾਫ ਕਿਸਾਨ ਸੰਘਰਸ਼ ਦੇ ਹੱਕ ਦੇ ਵਿੱਚ ਦੇਸ਼ ਪੱਧਰ ਤੇ ਦੁਨੀਆ ਪੱਧਰ ਤੇ ਪ੍ਰੋਟੈਸਟ ਹੋ ਰਹੇ ਹੈ। ਜਹਾਂ ਇਸਕੇ ਹੱਕ ਕੀ ਗੱਲਬਾਤ ਕਰਨੇ ਕੀ ਅਮੈਰੀਕਾ ਮੇਂ ਹੋਈ ਤਾਂ ਉਹ ਬਾਤ ਕਰ ਨਹੀਂ ਸਕੇ। ਐਸਾ ਹੀ ਉੱਤਰਾਖੰਡ ਮੇਂ ਸਰਕਾਰ ਨੇ ਟਰੈਕਟਰ ਰੈਲੀ ਨਿਕਾਲਨੇ ਕੀ ਕੋਸ਼ਿਸ਼ ਕੀ, ਕਿਸਾਨੋਂ ਕੇ ਵਿਰੋਧ ਸਦਕਾ ਵੋ ਟਰੈਕਟਰ ਰੈਲੀ ਨਿਕਾਲ ਨਹੀਂ ਸਕੇ। ਤੋਮਰ ਸਾਹਿਬ ਕੋ ਆਪਣੇ ਹਲਕੇ ਮੇਂ ਵਿਰੋਧ ਹੁਆ। ਮਹਾਰਾਸ਼ਟਰ ਕੇ 3000 ਕੇ ਲਗਭਗ ਕਿਸਾਨ ਜੋ ਜਹਾਂ ਸੇ 1300 ਕਿਲੋਮੀਟਰ ਹੈ ਵਹਾਂ ਸੇ ਤੁਰੇ ਹੈ ਆਪਣੇ ਸਾਧਨੋਂ ਮੇਂ, 24 ਤਰੀਕ ਕੋ ਵਹਾਂ ਦਿੱਲੀ ਪਹੁੰਚ ਰਹੇ ਹੈ। ਇਸਕਾ ਸੰਕੇਤ ਮਿਲਤਾ ਹੈ ਜੇ ਸੰਘਰਸ਼ ਹੈ ਜੋ ਏਕ ਲੋਕ ਰਾਇ ਬਨ ਰਹੀ ਹੈ, ਸਾਰੇ ਦੇਸ਼ ਮੇਂ ਬੜ ਰਹਾ ਹੈ, ਔਰ ਮਾਂਗ ਕਰ ਰਿਹਾ ਹੈ ਕਿ ਇਨ ਤੀਨੋਂ ਕਾਨੂੰਨ ਜੋ ਕਿਸਾਨ ਵਿਰੋਧੀ ਹੈ ਉਨਕੋ ਰੱਦ ਕੀਆ ਜਾਏ, ਔਰ ਹਮ ਉਨਕੋ ਰੱਦ ਕਰਾ ਕਰ ਹੀ ਵਾਪਸ ਜਾਏਂਗੇ। ਸ਼ੇਅਰ ਕਰ ਦਿਓ ਯਾਰ, ਸ਼ੇਅਰ 1000 ਤਾਂ ਕਰੋ, ਮੀਡੀਆ ਬੈਠਾ ਬੜਾ ਲੱਗਦਾ। ਮੈਂ ਓਮਕਾਰ ਸਿੰਘ ਅਗੌਰ, ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ। ਪੰਜਾਬ ਤੋਂ ਚੱਲਿਆ ਅੰਦੋਲਨ ਹਰਿਆਣੇ ਤੋਂ ਹੁੰਦਾ ਹੋਇਆ ਸਾਰੇ ਦੇਸ਼ ਦੇ ਵਿੱਚ ਫੈਲ ਚੁੱਕਿਆ, ਜੋ ਇਕੱਲੇ ਦੇਸ਼ ਦੇ ਵਿੱਚ ਨਹੀਂ ਦੁਨੀਆਂ ਦੇ ਵਿੱਚ ਫੈਲ ਚੁੱਕਿਆ, ਸਾਰੇ ਵਿਰੋਧ ਹੋ ਰਿਹਾ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜੋ ਸਾਡੇ ਆਗੂਆਂ ਨੇ ਮੀਟਿੰਗ ਦੇ ਵਿੱਚ ਸਰਕਾਰ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੂੰ ਨਿਰੋਤਰ ਕੀਤਾ, ਔਰ ਉਹਦੇ ਵਿੱਚ ਸ਼੍ਰੀ ਨਰਿੰਦਰ ਤੋਮਰ ਜੀ ਵੱਲੋਂ ਜੋ ਇਹ ਗੱਲ ਮੰਨੀ ਗਈ
मीडिया के सामने कि हमसे चूक हुई है, हम गलती कर चुके हैं ये बिल बनाने में, मैं समझता ये बहुत बड़ी जीत है किसानों की। दूसरी बात, उन्होंने माना कि जो बिल हम लाए हैं ये ट्रेड और कमर्स के लिए हैं, किसानों खेती के लिए नहीं। मैं समझता हूँ जब खेती के लिए नहीं, किसानों के लिए नहीं, फिर इनको ठंडे बस्ते में क्यों नहीं डाला जा रहा, क्यों किसानों पे ये बिल जो है थोपे जा रहे हैं। सो आज हम किसान सभी देशवासी इस आंदोलन में कूद चुके हैं सारे लोग, और ये बढ़ता ही जाएगा, और जो पीछे लोग रह गए हैं वो भी हमारे आंदोलन में आएंगे, और हमारी जो जीत होगी इन तीनों काले कानूनों को हम वापस करा कर ही दम लेंगे। धन्यवाद। एक बात और नोट करना कि 24 तारीख को 12 बजे हमारे नौजवानों ने किसान आईटी सेल तैयार किया है, जिसका नाम है किसान एकता मोर्चा। किसान एकता मोर्चा ये बड़ी मेहनत के नाल साडा सेल चला रहे हैं नौजवान, 10 मीडिया लोगों तक पहुँच हो चुकी है और ये बड़ी तेजी के नाल मैंबर बढ़ रहे हैं। कोई भी असी किसान जिन्हें भी असी 5 किसान बैठांगे 12 बजे, कोई भी सानू क्वेश्चन करे उसका जवाब देवांगे। हर एक क्वेश्चन का जवाब देवांगे असीं। कोई भी तुसीं मीडिया विच जरूर दे देना, कोई किसी तरह का सवाल करे असीं उहदा लॉजिक दे नाल जवाब देवांगे। कोई ऐ नहीं वी लोक सेवक देवांगे। पहला बीजेपी वाले 9 MP पंजाब भेज के किसी समझा नहीं सके, 20 लाख पैम्फलेट छापिया वंड नहीं सके पंजाब हरियाणा में, इन्ना विरोध पिंडां दे विच हो रहा। तो सिर्फ वैबीनार राही उत्थे मीडिया करके मुड़ के आ गए। एक दिन बीबी जगीर कौर ने कहा तां इह तां साडे बंदे आ, असीं चैलेंज किया कि बीबी जगीर कौर के बंदे ते 5 मिंट स्टेज ते बोल के दिखा ले, पता लग जाऊगा कि वापस आउंदी कि नहीं आउंदी। ये लोग किसान आ, किसानां दे हमायती आ, ये लोक अंदोलन बन चुका, ये किसी पार्टी का मोर्चा नहीं, किसानां दा मोर्चा है, इहदे विच कोई सियासी धिर नहीं हैगी। मेरा नाम बलजीत सिंह है जी, मैं IT बैंक नू हेड कर रहा। 24 तारीख को 12 बजे हम लोग ने वेबिनार प्लान करा है, जो उसका लिंक है जूम का, जो लिंक है वो हम अपने डिजिटल प्लेटफॉर्म के ऊपर डाल देंगे कल सुबह। जो भी हमारे साथ जुड़ना चाहता है, जो भी किसी के सारे भारत में सारे वर्ल्ड में किसी के सवाल हैं, जो समझ में नहीं आ रहे कि हम लोग यहाँ पे क्यों बैठे हुए हैं, वो उसको लिंक के जरिए हमारे साथ रजिस्ट्रेशन कर सकता है। जो पहले 10,000 आदमी एक जूम लिंक के ऊपर 10,000 आदमी हमारे साथ जुड़ सकता है, जो पहले जुड़ जाएगा उनको हम प्लेटफॉर्म के ऊपर लेंगे। और मैं बेनती करना चाहूंगा कंगना रनौत, मुकेश खन्ना, पायल और जो भी ये लोग डिजिटल मीडिया पे हमारे खिलाफ बोल रहे हैं, वो जरूर इस वेबिनार में जुड़ें और अच्छे तरह से तैयारी करके आए इन बिलों की, ताकि हम उनका बहुत समझदारी के साथ उनको समझा सकें कि वाई वी आर सिटिंग हेयर। और हम सभी पार्टियों को कोई भी इसमें वो नहीं है, जो भी किसी भी बैकग्राउंड से है वो इसके साथ जुड़ सकता है। जो 10,000 बंदा हमारे साथ जुड़ेगा, उसके अलावा हमारे फेसबुक, इंस्टाग्राम, यूट्यूब, जितने भी डिजिटल प्लेटफॉर्म्स हैं, सभी जगह से हम लोग लाइव होंगे और वो जो अपने सवाल हैं हमारे आगे रख सकते हैं। धन्यवाद। ਕਮੇਟੀ ਦੇ ਹੱਥ ਫੈਸਲਾ ਹੈ ਜਾਂ ਫਿਰ ਜਿਹੜੀਆਂ 452 ਤੁਸੀਂ ਕਹਿ ਰਹੇ ਹੋ
ਉਹ ਸਾਰੀਆਂ ਜਥੇਬੰਦੀਆਂ ਤੈਅ ਕਰਨਗੀਆਂ, ਇਹ ਕਲੀਅਰ ਕਰ ਦਿਓ। ਜਿਹੜੀਆਂ 452 ਜਥੇਬੰਦੀਆਂ ਆ ਉਹਨਾਂ ਨੇ ਆਪਣਾ ਇੱਕ 7 ਮੈਂਬਰੀ ਗਰੁੱਪ ਬਣਾਇਆ ਆ ਜੀ, ਤੇ ਜਿਹੜੀਆਂ ਪੰਜਾਬ ਦੀਆਂ 32 ਜਥੇਬੰਦੀਆਂ ਆ ਉਹਨਾਂ ਦਾ ਆਪਣਾ ਚੱਲ ਰਿਹਾ। 2 ਜਥੇਬੰਦੀਆਂ ਸਾਡੇ ਨਾਲ ਪੰਜਾਬ ਦੇ ਵਿੱਚ ਤਾਲਮੇਲ ਮੈਕਸ਼ ਕਰ ਰਹੀਆਂ, ਪਰ ਸਾਡਾ ਮੰਗਾਂ ਤੇ ਕੋਈ ਵਿਤਕਰਾ ਨਹੀਂ ਗਾ, ਸਾਰੇ ਸਾਂਝੇ ਆ। ਹੁਣ ਜਦੋਂ ਅਸੀਂ ਜਾਂਦੇ ਹਾਂ ਇਹ 5 ਮੈਂਬਰ ਸੈਂਟਰ ਵਾਲੇ ਜਾਂਦੇ ਜਿਹੜੇ ਇਲੈਕਟਡ ਆ ਸਾਰੀਆਂ ਜਥੇਬੰਦੀਆਂ ਵੱਲੋਂ ਭਾਰਤ ਵਾਸਤੇ, ਤੇ ਉਹਦੇ ਵਿੱਚੋਂ 2 ਪੰਜਾਬ ਦੇ ਆ, ਡੱਲੇਵਾਲ ਸਾਹਿਬ ਤੇ ਰਾਜਾ ਸਾਹਿਬ। ਇੱਦਾਂ ਹੀ ਕੱਕਾ ਜੀ ਆ ਮੱਧ ਪ੍ਰਦੇਸ਼ ਤੋਂ, ਯੂਪੀ ਤੋਂ ਆ ਰਣਜੀਤ ਜੀ ਆ, ਤਜਿੰਦਰ ਜੀ ਆ, ਟਕੈ ਸਾਹਿਬ ਆ। ਇਹ ਇੱਦਾਂ ਕਮੇਟੀ ਬਣੀ ਹੋਈ ਆ ਸਾਡੀ। ਹੁਣ ਸਾਨੂੰ ਚਿੱਠੀ ਵੀ ਜਿਹੜੀ ਆਈ ਆ ਉਹ 39 ਲੋਕਾਂ ਨੂੰ ਆਈ ਆ, 39 ਤੇ 39 ਜਾਵਾਂਗੇ ਅਸੀਂ ਜੇ ਗਏ ਤਾਂ। ਡਿਸੀਜਨ ਇਹਦਾ ਕੱਲ ਨੂੰ ਹੋਊਗਾ, ਕਿਉਂਕਿ ਅੱਜ ਸਾਰੀਆਂ ਜਥੇਬੰਦੀਆਂ ਚਿੱਠੀ ਕੱਲੇ ਆਈ ਹੈ, ਕੱਲ ਰਾਤ ਪਿਛਲੀ ਰਾਤ ਇਹ ਆਈ ਆ। ਅਸੀਂ ਸਾਰਿਆਂ ਨੂੰ ਕਮਿਊਨੀਕੇਟ ਨਹੀਂ ਕਰ ਸਕੇ, ਵੱਖ ਵੱਖਰੇ ਮੋਰਚਿਆਂ ਤੇ ਆ। ਜਿਹੜਾ ਕਈ ਕਹਿੰਦੇ ਨਾ ਭਈ 2 ਹੀ ਮੋਰਚੇ ਆ, ਪਲਬਲ ਵਾਲਾ ਮੋਰਚਾ ਤੇ ਗਾਜੀਪੁਰ ਵਾਲਾ ਮੋਰਚਾ, ਇਹ ਯੂਪੀ ਤੇ ਉੱਤਰਾਖੰਡ ਵਾਲਿਆਂ ਰੋਕਿਆ, ਉਹ ਤਾਂ ਪੰਜਾਬ ਵਾਲਿਆਂ ਨੇ ਰੋਕਿਆ, ਉੱਧਰਲੇ ਲੋਕਾਂ ਨੇ ਰੋਕਿਆ। ਉਹ ਜੈਪੁਰ ਵਾਲਾ ਰਾਸਤਾ ਰਾਜਸਥਾਨ ਵਾਲਿਆਂ ਤੇ ਹਰਿਆਣੇ ਵਾਲਿਆਂ ਨੇ ਰੋਕਿਆ, ਇਹ ਕਾਂਗਰੇ ਵਾਲਾ ਰਹਿੰਦਾ ਉਹ ਵੀ ਥੋੜੇ ਦੇਰ ਮੈਂ ਰੁਕ ਜਾਊਗਾ। ਸਰ ਅਭੀ ਥੋੜੀ ਦੇਰ ਪਹਿਲੇ ਨਰੇਂਦਰ ਸਿੰਘ ਤੋਮਰ ਜੀ ਸੇ ਐਗਰੀਕਲਚਰ ਮਿਨਿਸਟਰ ਸੇ ਕੁਝ ਕਿਸਾਨ ਲੀਡਰਸ ਮਿਲਨੇ ਕੇ ਲਈ ਗਏ, ਮੀਟਿੰਗ ਚੱਲ ਰਹੀ ਹੈ ਔਰ ਕਿਸਾਨ ਸੰਘਰਸ਼ ਸਮਿਤੀ ਕੇ ਕੁਝ ਲੋਕ ਹੈ ਔਰ ਕੁਝ ਲੋਕ ਭਾਰਤੀ ਕਿਸਾਨ ਯੂਨੀਅਨ ਕੌਣ ਲੋਕ ਹੈ ਅਭੀ ਨਹੀਂ ਪਤਾ, ਲੇਕਿਨ ਵਹਾਂ ਮੀਟਿੰਗ ਚੱਲ ਰਹੀ ਹੈ। ਅਜੀਬ ਬਾਤ ਇਹ ਹੈ, ਤੋਮਰ ਕੀ ਆਪਣੀ ਕਿਸਾਨ ਜਥੇਬੰਦੀ ਹੈ, ਕਿਸਾਨ ਮਹਾਂਸੰਘ RSS ਦਾ ਇੱਕ ਹੀ ਮਹਾਂਸੰਘ ਹੈ ਨਾ, ਉਹਨਾਂ ਨੇ ਤਾਂ ਡਿਮੋਸਟ੍ਰੇਟ ਕੀਆ ਹੈ ਕਿ MSP ਕੰਪਲਸਰੀ ਹੋਣੀ ਚਾਹੀਏ, ਲੀਗਲ ਹੋਣੀ ਚਾਹੀਏ ਔਰ ਸਰਕਾਰੀ ਫੀਸ ਦੀ ਗਰੰਟੀ ਹੋਣੀ ਚਾਹੀਏ। ਉਨਕੋ ਕਿਉਂ ਨਹੀਂ ਬੁਲਾਤੇ, ਉਨਸੇ ਬਿਆਨ ਦੇ ਕੇ ਜੇ ਇਹ ਕਾਨੂੰਨ ਅੱਛੇ ਹੈ। ਜੇ ਜੋ ਡੰਮੀ ਫੇਕ ਔਰਗੇਨਾਈਜੇਸ਼ਨ ਖੜੀ ਕੀ ਜਾ ਰਹੀ ਹੈ, ਇਹ ਕੋਈ ਔਰਗੇਨਾਈਜੇਸ਼ਨ ਨਹੀਂ ਹੈ, ਇਨਕਾ ਕੋਈ ਬੈਕਗ੍ਰਾਉਂਡ ਨਹੀਂ ਹੈ, ਕੇਂਦਰ ਸਰਕਾਰ ਇਨਕਾ ਨੋ, ਇਹਨਾਂ ਦਾ ਕੋਈ ਪਾਸਟ ਨਹੀਂ, ਕੋਈ ਜਥੇਬੰਦੀ ਨਹੀਂ। ਤੋ ਤੁਸੀਂ ਦੇਖਿਆ ਹੋਊਗਾ ਪਹਿਲੇ ਦਿਨ ਜਿੱਦਣ ਉਹਨਾਂ ਨੇ ਮੀਟਿੰਗ ਕੀਤੀ ਆ, 500-500 ਰੁਪਏ ਨੂੰ ਦਿਹਾੜੀ ਤੇ ਲੈ ਕੇ ਆਇਆ ਮੁਲਾਜ਼ਮਾਂ ਨੂੰ। ਉਹਨਾਂ ਨੂੰ ਪੁੱਛਿਆ ਤੁਸੀਂ ਕੀ ਕਰਨਾ ਆ, ਉਹ ਕਹਿੰਦੇ ਹਮ ਤੋ ਜਾਣਤੇ ਨਹੀਂ, ਕਿਉਂ ਆਏ ਹੋ, ਉਹ ਬੋਲਦੇ ਹਮਾਰੇ ਦਿਹਾੜੀ 500 ਰੁਪਏ ਕੋਈ ਵੀ ਲੈ ਜਾਏ, ਐਸੇ ਤੋਂ ਪੈਸੇ ਦੇ ਕਰ ਕੋਈ ਵੀ ਲਾਇਆ ਜਾ ਸਕਦਾ ਹੈ। ਕਿਸਾਨ ਮਹਾਂਸੰਘ ਨੇ ਅੱਜ ਤੱਕ ਬਿਆਨ ਕਿਉਂ ਨਹੀਂ ਦਿਆ ਉਨਕੇ ਫੇਵਰ ਮੇਂ? ਸਰ ਆਪ ਲੋਗ ਯਹਾਂ ਸੇ ਕਿਆ ਬਾਤ ਕਰਨੇ ਕੇ ਲੀਏ ਜਾਏਂਗੇ ਯਾ ਫਿਰ ਬਲੈਕ ਐਂਡ ਵਾਈਟ ਮੇਂ ਕਿ ਯਾ ਤੋ ਰਿਵੀਲ ਕੀਜੀਏ ਯਾ ਤੋ ਫਿਰ ਹਮ ਯਹਾਂ ਚਲੇ ਜਾਏ? ਨਹੀਂ, ਵੋ ਬਾਤ ਨਹੀਂ ਹੈ। ਆਪਨੇ ਕਹਾ ਕਿ ਜੋ ਅਟਾਰਨੀ ਜਨਰਲ ਹੈ ਉਹਨੇ ਰਿਸਪੋਂਡ ਨਹੀਂ ਕੀਆ, ਤੋ ਆਪਨੇ ਐਸਾ ਕਿਉਂ ਕਹਾ? ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਕੋ ਬੋਲਾ ਕਿ ਆਪ ਜੇ ਪਹਿਲੀ ਵਾਰ ਤੋਂ PI ਸੀ ਸੜਕੇ ਖਾਲੀ ਕਰਾਉਣੇ ਕੇ ਲੀਏ, ਜੇ ਪਹਿਲੀ ਵਾਰ ਹੁਆ ਕਿ ਦੇਸ਼ ਕੀ ਸਬਸੇ ਬੜੀ ਅਦਾਲਤ ਨੇ ਕਿਸਾਨੋ ਕੀ ਐਜੀਟੇਸ਼ਨ ਕੋ ਜਸਟੀਫਾਈਡ ਕਹਾ, ਪੀਸਫੁਲ ਜਸਟੀਫਾਈਡ ਐਂਡ ਮੋਸਟ ਡਿਸਿਪਲਿਨਡ, ਇਹ ਪਹਿਲੀ ਵਾਰ ਇਹ ਪੇਸ਼ ਕੋਰਟ ਬੋਲ ਰਹੀ ਹੈ। ਔਰ ਉਸਨੇ ਬੋਲਾ ਕਿ ਕਿਸਾਨੋ ਨੇ ਰਾਸਤਾ ਨਹੀਂ ਰੋਕਾ, ਸਰਕਾਰ ਨੇ ਕਿਸਾਨੋ ਕੋ ਮਜਬੂਰ ਕੀਆ ਜਹਾਂ ਬੈਠਨੇ ਕੇ ਲੀਏ, ਜੇ ਪਹਿਲੀ ਵਾਰ ਹੁਆ ਨਾ। ਉਹਨੇ ਇੱਕ ਹੋਰ ਸਵਾਲ ਰੇਜ਼ ਕੀਆ AG ਕੇ ਸਾਹਮਣੇ ਕਿ ਆਪ ਬੋਲੋ ਆਪਕੀ ਸਰਕਾਰ ਇੱਕ ਅੱਛੇ ਇਕੋਨੋਮਿਸਟ ਐਗਰੀਕਲਚਰਿਸਟ ਕਿਸਾਨ ਲੀਡਰਸ ਉਨਕੋ ਬਣਾ ਕਰ ਕਮੇਟੀ ਬਣਾਓ ਔਰ ਜਿਤਨਾ ਦੇਰ ਤੱਕ ਕਮੇਟੀ ਮੇਂ ਡਿਸਕਸ਼ਨ ਹੋਤੀ ਹੈ ਜੇ ਤੀਨੋ ਕਾਲੇ ਕਾਨੂੰਨ ਇਨਕੋ ਫਰੀਜ ਕਰ ਦੋ, ਰੋਕ ਦੋ ਇਨਕੋ, ਤੋ ਇਸ ਉਸਕੇ ਬਾਰੇ ਮੇਂ ਅਭੀ ਤੱਕ ਨਾ ਸਰਕਾਰ ਬੋਲੀ ਹੈ ਨਾ AG ਬੋਲਾ ਹੈ। ਸਰ ਮੇਰਾ ਜੋ ਸਵਾਲ ਹੈ ਕਿ ਆਪ ਡਾਇਲੋਗ ਮੇਂ ਆਗੇ ਜਾਏਂਗੇ ਯਾ ਫਿਰ ਆਪਕਾ ਕਲੀਅਰ ਸਟੈਂਡ ਹੈ ਕਿ ਰਿਪੀਟ ਕੀਜੀਏ? ਮੈਨੇ ਆਪਕੋ ਬੋਲਾ ਹੈ ਕਿ ਹਮਾਰੀ ਔਰਗੇਨਾਈਜੇਸ਼ਨ ਕੋਈ ਆਟੋਕ੍ਰੈਟਿਕ ਥੋੜੀ ਹੈ। BJP ਸਰਕਾਰ ਬਣ ਗਈ, ਇੱਕ ਮੰਤਰੀ ਸੰਭਾਲ ਕਰ ਬੈਠਾ ਹੈ, ਖੇਤੀ ਮੰਤਰੀ ਕੇ ਪਾਸ ਰਾਈਟ ਹੀ ਕੋਈ ਨਹੀਂ ਹੈ, 5 ਮਿੰਟ ਜਾਂ ਕੀ ਹੈ, ਤੋ ਖੇਤੀ ਮੰਤਰੀ ਕੋ 10 ਮਿੰਟ ਬਾਅਦ ਪੁੱਛਣਾ ਪੜਤਾ ਹੈ ਕਿ ਮੈਂ ਕਿਆ ਬੋਲੂੰ ਕਿਆ ਨਾ ਬੋਲੂੰ। ਜੇ ਕੋਈ ਕੈਬਨਿਟ ਥੋੜੀ ਹੈ, ਹਮਾਰੀ ਔਰਗੇਨਾਈਜੇਸ਼ਨ ਹੈ, ਡੈਮੋਕ੍ਰੇਟਿਕ ਹੈ, ਹਮ ਮੀਟਿੰਗ ਕਰਤੇ ਹੈ, ਮੀਟਿੰਗ ਮੇਂ ਜੋ ਬਹੁਤ ਸਮਤੀ ਕਾ ਫੈਸਲਾ ਹੋਤਾ ਹੈ ਵੋ ਹੀ ਲਾਗੂ ਕਰਤੇ ਹੈ, ਵੋ ਮੀਟਿੰਗ ਕੱਲ ਹੋਗੀ। ਮੈਂ ਜੇ ਹੀ ਬੋਲ ਰਹਾ ਹੂੰ,
अगर किसी कानून में या किसी भी आर्टिकल में अमेंडमेंट की जरूरत हो तो इसका मतलब पूरा ठीक नहीं है वो। इसका मतलब है कि अगर अमेंडमेंट होने के लिए सरकार तैयार होती है मजदूर बिंदु पर, क्या कोई तरीका निकल सकता है बातचीत का? नहीं, हम रिपील के बगैर मानने को तैयार नहीं है। मैंने पहले बोला है कि कानून पास करना ही उनके प्रीव्यू में नहीं है, ये स्टेट सब्जेक्ट है एग्रीकल्चर और मार्केटिंग, ये स्टेट सब्जेक्ट है। चिट्ठी है जो 5 तरीक बार बार गल उन्होंने कोड किया है, इन्नी तरीक मीटिंग हुई चाह गल हुई, इन्नी तरीक मीटिंग हुई आ गल हुई, ओद कोई नवी गल तो है नहीं। तुम अजीब गल देखो कि यह जी सरकार आ जिन्होंने लोगों लुटना, जिन्होंने नजायज कमाई करनी, उन्होंने तो कानून बनाए गए हैं, सिक्योरिटी दी गई है। साढ़े वास्ते MSP की सिक्योरिटी देने तैयार नहीं, सरकार सरकारी खरीद की गरंटी का कानून बनाने तैयार नहीं। सरकार जिस चो सब तो वड्डी लुट होनी है एसेंशियल कमोडिटी एक्ट, जिस चो किसान नूं भाव नहीं ठीक मिलने, कंज्यूमर नूं महंगे भाव दे चीज़ा मिलनिया, उहदे विच एक भी अमेंडमेंट करने तैयार नहीं। सदा तो लोगों के अपना नक् बचाने वास्ते सदा आ, पहली बार होया असी तैनूं व्यक्ति कहिंदे, वैसे तो भी सरकार सानू पुछ रही है कदों आओगे, नहीं तो सरकार कहते कहते साढ़े को टाइम नहीं। ये लोगों का प्रैशर आ, किसानां दी कुर्बानी आ, जिहदे करके सरकार सानू पुछ रही है कि तुसीं कदों आओगे, उह असीं कल विचारांगे जाना कि नहीं जाना। रास्ता बंद कहने तुसीं कहदे कल्ले ट्राले बंद कीते आ, कोई बंद नहीं कीता। एक जिहड़ा हैगा मैं तुहाडे तों पुछणा चाहुंदा जी, एक जिहड़ा अज एक नवां प्रोपे खंडा खेडा गया दुआबे दे विच, एक मिनट तुसीं कीर्ति किसान जन तों लाइव चल रहे आ, एक मिनट चली जाता, एक मिनट बापू बस एक गल ही पुछनी है। दुआबे दे विच हुण BJP द्वारा यह प्रचार किया जा रहा, अज काफी जिहड़ा उत्थों जिहड़ा हैगा इनपुट आई है सामने कि यह जिहड़ा हुण उन्होंने जिहड़ा हैगा पंजाब दे विच दो भाईचारे लड़ाउण दी कोशिश कीती, उन्होंने कहिंदे वी जिहड़ियां जमीना हैगियां इह जिहड़ियां है गरीबां दे विच वंडियां जाणगियां, मोदी तों तां किसान औखे आ, इहनूं तुसीं किवें कोड करोगे? आउण वाले टाइम झूठ बोलदे आ, झूठ बोलदे आ। इन्हां ने 500 तो 1000 तक के फार्म बनाने हैं, इन्हां ने जिहड़े कारपोरेट घराने आ उन्हां नूं जमीना ते काबज कराउणा, इन्हां ने किसानां नूं पता ही नहीं लगन देना कदों उन्हां दी जमीना खुस जाणियां, ये सारा झूठ है। कोई आई भाईचारक झगड़ा नहीं है, सारे मिलके रह रहे, मिलके आ रहे हैं। एक मैं तुहानूं दस्सदा तुहाडे वास्ते लेटेस्ट इनफॉर्मेशन है कि जिहड़ा मोदी दिखा रहा है भी मैं गुजरात में जिहड़े किसानां नाल गल कीती आ, उन्हां किसानां ने हुण मैनूं एक वीडियो भेजी आ बना के, आप उह कहिंदे साडा एक गुरद्वारा कमेटी सीगी ते सानू जिहड़ा कमेटी कन्नों सद्दा पत्र आया सी मोदी ने मिलना कमेटी नूं, गुरद्वारा कमेटी नूं, जदकि उह जी न्यूज़ ने इस तरह खबर चनाई बाद दे विच वी इह जिहड़ा है गुजरात दे पंजाबी भाईचारे दे किसानां नूं मिल रहा, तुसीं इहनूं किड्डा कि वड्डा झूठ मानदे हो? जदों साडी इह समझ आ वी पहलां तोमर फिर अमित शाह ते फिर हुण मोदी, सारी सरकार झूठ बोलण ते लगी हुई है। जे अज उन्हां नूं बोलना पै लिया पै रिहा साडे अंदोलन दे खिलाफ, तो इको एक भी साढ़े यह संघर्ष की जित है। लगातार अफवाहों का आने वाले समय के कोई जो मुकाबला किस तरह किया जाना, क्योंकि रोज 20 to 50 अफवाहों लगियां लगातार कि देखो सरकार के को सारा साधन है, पैसा लोगों का खर्ची जा रही हैगी है, वो जो वो ये सारा कुछ कर रहे हैं। पर असी जी कल की मीटिंग है वो असी इन्हों टाकरा कर ली, पहले तो IT सैल बन गया, हाँ जी हाँ जी, ये एक बहुत तकड़ा वधिया रोल अदा कर रहा। इस तो अलावा थोड़े मीडिया राही भी साढ़े जो जवाब जा रहे हैं। तीसरी गल साडी लोग कोई जवाब दे नहीं, जदके तो पुछदे भी लंगर कित्थों चलदे आ जां दूजे चलदे आ, इस तरीके नूं तुसीं की देखदे? सारा झूठ बोली जांदे, सब नूं पता भी लंगर कित्थों चलदे आ, लोक लंगर दी इक परंपरा आ, लंगर दे नां ते लोक कदे भी लंगर नूं खत्म नहीं होण दित्ते।
ਲੰਗਰ ਦੇ ਵਾਸਤੇ ਕਿਸੇ ਵਾਸਤੇ ਰੋਕ ਨਹੀਂ, ਸਾਰਿਆਂ ਵਾਸਤੇ ਚੱਲਦਾ ਤੇ ਲੰਗਰ ਦਾ ਜਿਹੜਾ ਰਾਸ਼ਨ ਪਾਣੀ ਕਦੇ ਵੀ ਖਤਮ ਨਹੀਂ ਹੁੰਦਾ। ਚਲੋ ਧੰਨਵਾਦ। ਸੋ ਇਹ ਸੀਗੇ ਕਿਰਤੀ ਕਿਸਾਨ ਯੂਨੀਅਨ ਦੇ ਸਰਪ੍ਰਸਤ, ਜਿਨ੍ਹਾਂ ਨਾਲ ਮੈਂ ਉਹਨਾਂ ਦੇ ਧਿਆਨ 'ਚ ਵੀ ਗੱਲਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਥੋੜ੍ਹੀ ਜਿਹੀ, ਅਤੇ ਸਵਾਲਾਂ ਦੇ ਥਰੂ ਜਿਹੜਾ ਹੈਗਾ ਇਹ ਚੀਜ਼ਾਂ ਚੱਲੀਆਂ। ਉਹ ਤੁਸੀਂ ਅੱਜ ਬੜਾ ਯਾਰ ਬੜਾ ਸਾਥ ਦਿੱਤਾ ਸਾਰਿਆਂ ਨੇ, ਨਜ਼ਾਰਾ ਬੰਨਤਾ, ਲਗਾਤਾਰ ਤੁਸੀਂ ਜੁੜੇ ਰਹੇ ਅਤੇ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ, ਜਿਹੜੇ ਇੰਨਾ ਖਿੱਚੀ ਤਰੀਆਉਣਾ ਕੰਮ। ਲਾਈਟ ਲੋਕਾਂ ਦੀ ਲਾਈਵ ਆਪਣਾ ਚਲਾਈ ਚਲ ਗਏ, ਲਾਈਵ ਬੰਦ ਹੋ ਗਈ, ਬੰਦੇ ਖਰਾਬ ਆ ਥੋੜ੍ਹੇ। ਅਤੇ ਉਧਰਲੇ ਪਾਸੇ ਅੰਦਰ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ, ਤੁਹਾਨੂੰ ਫਿਰ ਦਰਸ਼ਨ ਦੁਰਸ਼ਨ ਕਰਾ ਜਾਈਦੇ ਮੈਂ ਵੀ, ਕਦੇ ਚੇਂਜ ਹੋ ਤਾਂ ਨਹੀਂ ਆ ਗਿਆ। ਸੋ ਉਸ ਤਰ੍ਹਾਂ ਹੀ ਲਗਾਤਾਰ ਇੱਥੇ ਅੱਡ ਅੱਡ ਕਿਸਾਨ ਆਗੂ ਆ ਜਿਹੜੇ ਉਹ ਆਪਦੀ ਗੱਲ ਰੱਖ। ਦੇਖੋ ਯਾਰ ਇਹੋ ਜਿਹੀ ਥਾਂ ਦੇ ਵਿਚਾਰੇ ਸਾਡੇ ਜਿਹੜੇ ਬੰਦੇ ਬੁੜੀਆਂ ਰਹਿੰਦੇ ਆ ਵਿਚਾਰੇ, ਠੀਕ ਹੈ। ਅਤੇ ਤੁਸੀਂ ਇਹ ਚੀਜ਼ਾਂ ਵੀ ਸ਼ੇਅਰ ਕਰਦਿਆ ਕਰੋ, ਜੇ ਕਿਸੇ ਨੂੰ ਕੋਈ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹਾਂ। ਅਤੇ ਮੈਂ ਬੇਨਤੀ ਕਰਦਾ ਗੁਰਪ੍ਰੀਤ ਕੋਟਲੀ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ, ਨਾਲ ਨਾਲ ਗੁਰਪ੍ਰੀਤ ਕੋਟਲੀ ਪੇਜ ਤਾਂ ਤੁਸੀਂ ਸਬਸਕ੍ਰਾਈਬ ਨਾਲ ਨਾਲ ਕਰੀ ਜਾਂਦੇ ਹੋ ਨਾ, ਫੋਲੋ ਕਰੀ ਜਾਂਦੇ ਹੋ, ਟਵਿੱਟਰ 'ਤੇ ਵੀ ਹਾਂ ਅਤੇ ਆਪਾਂ ਵੈਸੇ ਵੀ ਹਾਂ। ਬਹੁਤ ਬਹੁਤ ਧੰਨਵਾਦ। ਇੱਕ ਮੈਂ ਹੁਣ ਬੜੀ ਤਕੜੀ ਵੀਡੀਓ ਪਾਉਣੀ ਹੈ ਅਤੇ ਬੜੀ ਰੀਅਲਿਟੀ ਹੈ ਕਿ ਮੋਦੀ ਨੇ ਕਿਵੇਂ ਝੂਠ ਬੋਲਿਆ, ਜਦਕਿ ਉੱਥੇ ਜਿਹੜੇ ਕਿਸਾਨ ਆ ਜਿਹੜੇ ਗੁਜਰਾਤ ਦੇ ਦਿਖਾਏ, ਉਹਨਾਂ ਨੇ ਇਹ ਕਿਹਾ ਮੋਦੀ ਨੇ ਵੀ ਇਹ ਜਿਹੜੇ ਗੁਜਰਾਤ ਦੇ ਕਿਸਾਨ ਮੈਨੂੰ ਮਿਲਣ ਆਇਆ, ਜਦਕਿ ਉਹ ਸੀਗੇ ਗੁਰਦੁਆਰੇ ਦੇ ਜਿਹੜੇ ਆਪਾਂ ਗੁਰਦੁਆਰਾ ਕਮੇਟੀ ਸੀਗੀ। ਤਾਂ ਉਹ ਵੀਡੀਓ ਮੈਂ ਹੁਣੇ ਕੁਝ ਟਾਈਮ ਬਾਅਦ ਲਾਂਚ ਕਰੂੰਗਾ, ਠੀਕ ਆ, ਬਕਾਇਦਾ ਜੀ ਨਿਊਜ਼ ਦਾ ਵੀ ਪਰਦਾਫਾਸ਼ ਕਰਾਂਗੇ, ਵਿੱਚ ਮੋਦੀ ਦਾ ਵੀ ਕਰਾਂਗੇ। ਸੋ ਉਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ। ਇਸ ਤੋਂ ਬਿਨਾਂ ਜਿਹੜੀਆਂ ਪੁਰਾਣੀਆਂ ਵੀਡੀਓ ਜਿਵੇਂ ਤੁਹਾਨੂੰ ਦਿਖਾਇਆ, ਮੈਂ ਮੋਦੀ ਜਿਹੜੀ ਹੈਗਾ ਉਹ ਮੈਨੂੰ ਬਾਅਦ 'ਚ ਪਤਾ ਲੱਗਾ, ਇੰਡੀਆ ਟੀ ਵੀ ਸ਼ਾਇਦ ਦੀ ਉਹ ਐਂਕਰ ਸੀਗੀ ਜਿਹੜੀ ਕਿਸ ਤਰ੍ਹਾਂ ਖਬਰਾਂ ਬਣਾ ਰਹੀ ਸੀ, ਉਹ ਤੋਂ ਪਹਿਲਾਂ ਆਰ ਭਾਰਤ ਜਿਹਨੂੰ ਰਿਪਬਲਿਕ ਟੀ ਵੀ ਕਹਿੰਦੇ ਆ, ਉਹਦੇ ਵਾਲਾ ਵੀ ਦਿਖਾਇਆ। ਸੋ ਤੁਸੀਂ ਇਹ ਚੀਜ਼ਾਂ ਨੂੰ ਜ਼ਰੂਰ ਜ਼ਰੂਰ ਵੀਰੇ, ਲਾਈਵ ਸੀਗਾ ਕੱਲ੍ਹ ਬਈ ਕਲਦੀਪ, ਅਤੇ ਜਿਹੜਾ ਹੈਗਾ ਸ਼ੇਅਰ ਕਰੋਗੇ, ਮੈਨੂੰ ਆਸ ਆ ਤੁਸੀਂ ਮੈਨੂੰ ਜਿਹੜਾ ਹੈਗਾ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋਗੇ, ਆਪਣੇ ਭਰਾ ਦਾ ਹੌਂਸਲਾ ਵਧਾਉਂਦੇ ਰਹੋਗੇ, ਤੁਹਾਡਾ ਦੁਨੀਆਂ ਭਰ ਦੇ ਵਿੱਚ ਬੈਠੇ ਸਾਰੇ ਲੋਕਾਂ ਦਾ ਜਿਹੜੇ ਦੇਖਦੇ ਹੋ ਅਤੇ ਜਿਹੜੇ ਵੀਡੀਓ ਵਗੈਰਾ ਭੇਜਦੇ ਰਹਿੰਦੇ ਹੋ, ਸੱਚ ਜਾਗਰ ਕਰਨ ਵਾਸਤੇ ਮੇਰਾ ਸਾਥ ਦਿੰਦੇ ਹੋ ਵੀਰੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਗਾਜ਼ੀਪੁਰ ਬਾਰਡਰ ਵੀ ਦਿਖਾਵਾਂਗੇ, ਠੀਕ ਆ, ਅੱਜ ਇਹ ਜ਼ਰੂਰੀ ਸੀਗਾ, ਤੁਸੀਂ ਪਿੱਛੇ ਦੇਖ ਲਿਆ ਆ ਸਾਰਾ ਕੁਝ। ਮੇਰੀ ਕੋਸ਼ਿਸ਼ ਤੁਹਾਨੂੰ ਇਹੀ ਰਹਿੰਦੀ ਹੈ ਵੀ ਤੁਹਾਨੂੰ ਸੱਚ ਦਿਖਾਇਆ ਜਾਵੇ, ਠੀਕ ਆ, ਕਿਉਂਕਿ ਗੋਦੀ ਮੀਡੀਆ ਅਤੇ ਮੋਦੀ ਮੀਡੀਆ ਇੱਕੋ ਹੀ ਹੈ। ਅਤੇ ਇੱਕ ਇਹ ਵੀ ਗੱਲ ਆ, ਜਿਹੜਾ ਮੀਡੀਆ ਕਾਰਪੋਰੇਟ ਦੇ ਹੱਥ 'ਚ ਹੋਊਗਾ, ਹੁਣ ਆਪਣਾ ਮੇਰਾ ਮੋਬਾਇਲ ਆ ਯਾਰ ਸਿੱਧਾ ਹੱਥ 'ਚ ਹੈ ਮੇਰੇ, ਹੈ ਨਾ, ਅਤੇ ਬਾਕੀ ਜ਼ਬਾਨ ਖਾਂਦੇ ਆਪਾਂ ਲੰਗਰਾਂ ਦਾ, ਪਾਉਣੇ ਆਪਾਂ ਇੱਥੋਂ ਦਾ। ਸੋ ਮੈਂ ਸੱਚ ਬੋਲੂੰਗਾ, ਅਤੇ ਜਿਹੜਾ ਕੋਈ ਵੀ ਮੀਡੀਆ ਹੁਣ ਅੱਜ ਨਹੀਂ ਤਾਂ ਕੱਲ੍ਹ ਵਿਕ ਸਕਦਾ, ਸੋ ਉਹ ਤਾਂ ਸਾਨੂੰ ਹਮੇਸ਼ਾ ਹੀ ਜਿਹੜਾ ਹੈਗਾ ਆਪਾਂ ਨੂੰ ਨਜ਼ਰ ਰੱਖਣੀ ਪੈਂਦੀ ਹੈ ਵੀਰੇ। ਅਤੇ ਤੁਸੀਂ ਹਮੇਸ਼ਾ ਸਾਥ ਦੇਣਾ, ਬਹੁਤ ਧੰਨਵਾਦ ਹੈ। ਸਾਰੇ ਜਣੇ ਗੁਰਪ੍ਰੀਤ ਕੋਟਲੀ ਪੇਜ ਨੂੰ ਫੋਲੋ ਕਰ ਲਓ। ਗੁਰਪ੍ਰੀਤ ਕੋਟਲੀ ਮੇਰਾ ਨੰਬਰ 9599279529 ਇੰਪੋਰਟੈਂਟ, ਜਿਵੇਂ ਬਾਈ ਨੇ ਵੀਡੀਓ ਭੇਜੀ ਕੋਈ ਰਾਤ 'ਚੋਂ, ਜਾਂ ਬਹੁਤ ਜਣੇ ਕੰਬਲਾਂ ਵਾਲੀ ਗੱਲ ਕਰਦੇ ਆ, ਕੋਈ ਹੈਲਪ ਵਾਲਾ ਗੱਲ ਕਰਦਾ, ਹੈ ਨਾ, ਉਸ ਤਰ੍ਹਾਂ ਦੀਆਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਵੀਰੇ, ਤੁਹਾਡਾ ਬਹੁਤ ਧੰਨਵਾਦ ਹੈ। ਠੀਕ ਆ, ਜੇ ਇਹ ਵੀਡੀਓ ਕਿਸੇ ਵੀ ਪੇਜ ਨੇ ਪਾਉਣੀ ਹੈ ਤਾਂ ਪੂਰੀ ਪਾਇਓ, ਹੈਸ਼ਟੈਗ ਗੁਰਪ੍ਰੀਤ ਕੋਟਲੀ ਜ਼ਰੂਰ ਲਾਇਓ, ਪੇਜਾਂ 'ਤੇ ਚੱਲਦੀਆਂ ਬਹੁਤ ਹੈ, ਮੈਨੂੰ ਬੜੇ ਜਣੇ ਮੈਸੇਜ ਕਰਦੇ ਆ, ਹੈਸ਼ਟੈਗ ਨਹੀਂ ਹੁੰਦਾ ਉਹ ਬੜੀ ਗਲਤ ਗੱਲ ਆ ਯਾਰ, ਮੈਨੂੰ ਪਤਾ ਲੱਗਣਾ ਚਾਹੀਦਾ ਕਿ ਪੂਰੀ ਵੀਡੀਓ ਪਾਈ ਜਾਂਦੀ ਪਈ ਆ। ਸੋ ਤੁਹਾਡਾ ਸਾਰਿਆਂ ਦਾ, ਬਹਿਜੋ ਬਹਿਜੋ ਤੁਹਾਡਾ ਹੀ ਹੈ, ਮੈਂ ਤਾਂ ਵੈਸੇ ਠੇਠ ਹੀ ਕਰਦਾ ਲੋਕਾਂ ਨੂੰ। ਸੋ ਧੰਨਵਾਦ। ਸੋ ਇੱਥੇ ਬਾਈਆਂ ਨੇ ਕਰਨੀ ਆਪਦੀ ਵੀਡੀਓ, ਸੋ ਕੋਈ ਚੱਕਰ ਨਹੀਂ। ਸੋ ਬਹੁਤ ਟਾਈਮ ਹੋ ਗਿਆ ਨਾ ਲਾਈਵ ਹੋਏ ਨੂੰ, ਮੂੰਗਫਲੀਆਂ ਖਾਣਾ ਅਤੇ ਤੁਸੀਂ ਵੀ ਖਾਓ, ਅਤੇ ਉਦੋਂ ਬਾਅਦ ਵੀਡੀਓ ਪਾਵਾਂਗੇ ਘੰਟੇ ਦੋ ਘੰਟਿਆਂ ਨੂੰ, ਅਤੇ ਸ਼ੇਅਰ ਵਾਲਾ ਬਟਨ ਦੱਬ ਦਿਓ। ਇੱਕ ਜਿਹੜਾ ਹੈਗਾ ਮੈਂ ਅਫਵਾਹਾਂ ਦਾ ਪਰਦਾਫਾਸ਼ ਭਾਗ ਚਲਾਏ ਹੋਏ ਆ, ਬਹੁਤ ਜ਼ਰੂਰੀ ਹੈ ਆਪਾਂ ਕਹਿੰਦੇ ਇਹ ਸਰਕਾਰ ਦਾ ਮੁਕਾਬਲਾ ਕਰਨ ਵਾਸਤੇ। ਸੋ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਜਿੰਨੇ ਪੁਰਾਣੀਆਂ ਵੀਡੀਓ ਆ ਵੀਰੋ, ਜਿੰਨੇ 616 ਜਣੇ ਦੇਖੀਆਂ ਨੇ, ਉਹ ਸਾਰੇ ਜਣੇ ਸ਼ੇਅਰ ਕਰੋ ਪੁਰਾਣੀਆਂ ਵੀਡੀਓ, ਮੇਰਾ ਪੇਜ ਦੇਖੋ, ਉਹਨਾਂ ਨੂੰ ਲਾਈਵ ਦੀ ਸਾਡੀ ਵੀਡੀਓ ਵੀ ਵਾਰ ਸ਼ੇਅਰ ਕਰੋ। ਧੰਨਵਾਦ ਤੁਹਾਡਾ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅੱਲਾ ਅੱਲਾ ਰਾਮ ਰਾਮ। ਧੰਨਵਾਦ ਯਾਰ, ਬਹੁਤ ਖੁਸ਼ ਕਰਦਾ ਤੁਸੀਂ ਅੱਜ ਮੈਨੂੰ ਇੰਨਾ ਸ਼ੇਅਰ ਕਰਕੇ ਵੀਰ ਮੇਰੇ, ਥੈਂਕ ਯੂ।